इस प्रोग्राम दे विच मैं कोशिश हुंदी है कि उस शख्सियत नूं शामिल करां जिहदा कम देखदे हुए तुसीं इह गल महसूस करो कि कम बहुत वधिया कीता है, पर इह व्यक्ति इन्ना वधिया कम करन दे विच कामयाब किवें होया, इह किहो जिहे इहनूं चैलेंजेस आए होणगे, इह व्यक्ति ने किहो जिहे अपने गोल्स मिथे होणगे, किवें इह दिन भर जिहड़ा है उह अपने टाइम नूं मैनेज करदा होएगा, ਕਿੱਥੋਂ ਇਹਨੂੰ ਸਪੋਰਟ ਮਿਲਦੀ ਹੋਏਗੀ, ਕਿੱਥੋਂ ਇਹਨੂੰ ਐਨਰਜੀ ਮਿਲਦੀ ਹੋਏਗੀ। ਬਹੁਤ ਵਾਰ ਅਸੀਂ ਆਪਣੇ ਜਿਹੜੇ ਪੈਰ ਨੇ ਉਹਨਾਂ ਦੇ ਸ਼ੂਜ਼ ਦੇ ਵਿੱਚ ਪਾ ਕੇ ਨਹੀਂ ਦੇਖਦੇ, ਪਰ ਜਦੋਂ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਫਿਰ ਸਾਨੂੰ ਬਹੁਤ ਨਵੀਆਂ ਚੀਜ਼ਾਂ ਦਾ, ਨਵੀਆਂ ਗੱਲਾਂ ਦਾ ਗਿਆਨ ਹੁੰਦਾ ਹੈ। ਸੋ ਇਹ ਇੰਟਰਵਿਊਜ਼ ਕਰਨ ਦਾ ਮਕਸਦ ਜਿਹੜਾ ਮੁੱਖ ਤੌਰ 'ਤੇ ਉਹ ਇਹੀ ਹੈ, ਅਦਰਵਾਈਜ਼ ਤੁਸੀਂ ਬਹੁਤ ਕੁਝ ਹੈ ਜਿਹੜਾ ਗੂਗਲ ਤੋਂ ਲੱਭ ਲੈਂਦੇ ਹੋ। ਅੱਜ ਜਿਹੜੇ ਮੇਰੇ ਮਹਿਮਾਨ ਨੇ, ਸਭ ਤੋਂ ਪਹਿਲੀ ਉਹਨਾਂ ਦੀ ਪਹਿਚਾਣ ਇਹ ਵੀ ਹੈ ਕਿ ਮੇਰੇ ਬਹੁਤ ਚੰਗੇ ਦੋਸਤ ਨੇ। ਦੂਸਰੀ ਗੱਲ, ਜਦੋਂ ਹੁਣ ਤੁਹਾਡੀ ਮੈਂ ਗੱਲ ਕਰਾਂ, ਤੁਸੀਂ ਸਾਰੇ ਕਿਵੇਂ ਜਾਣਦੇ ਹੋ ਉਹਨਾਂ ਨੂੰ? ਇੱਕ ਐਕਟਰ ਦੇ ਤੌਰ 'ਤੇ ਪਹਿਚਾਣਦੇ ਹੋ, ਪਰ ਉਹ ਨਾ ਸਿਰਫ ਇੱਕ ਐਕਟਰ ਨੇ, ਨਾ ਸਿਰਫ ਉਹ ਰਾਈਟਰ ਨੇ, ਨਾ ਸਿਰਫ ਪ੍ਰੋਡਿਊਸਰ ਨੇ, ਨਾ ਉਹ ਇੱਕ ਉੱਦਮੀ ਨੇ, ਔਂਟਰਪ੍ਰਨਿਓਰ ਨੇ, ਇੱਕ ਬਹੁਤ ਵਧੀਆ ਇਨਸਾਨ ਵੀ ਨੇ। ਮੈਂ ਤੁਹਾਡੇ ਰੂਬਰੂ ਕਰ ਰਹੀ ਹਾਂ ਅੱਜ ਕੁਲਜਿੰਦਰ ਸਿੱਧੂ ਹੋਣਾ ਨੂੰ। ਕੁਲਜਿੰਦਰ ਜੀ, ਆਇਆਂ ਨੂੰ ਥੈਂਕ ਯੂ ਵੈਰੀ ਮੱਚ ਨਵਜੋਤ, ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ, ਸ਼ੇਰੇ ਪੰਜਾਬ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸ਼ੁਕਰੀਆ ਸਮਾਂ ਕੱਢਣ ਦੇ ਲਈ। ਮੈਂ ਹਮੇਸ਼ਾ ਮਾਫ਼ੀ ਚਾਹੁੰਦੀ ਹੁੰਦੀ ਹਾਂ ਕਿ ਇਸ ਵੇਲੇ ਤੜਕਾ ਹੋਇਆ ਹੁੰਦਾ, ਇੰਡੀਆ ਉਹ ਸਮਾਂ ਹੁੰਦਾ ਹੈ ਜਦੋਂ ਲੋਕ ਰੱਬ ਦਾ ਨਾਮ ਲੈਣਾ ਸ਼ੁਰੂ ਕਰਦੇ ਆ, ਅਤੇ ਅਸੀਂ ਤੁਹਾਨੂੰ ਜਗਾ ਕੇ ਇੱਧਰ ਆਪਣੇ ਵਾਲੇ ਪਾਸੇ ਲਾ ਲੈਂਦੇ ਹਾਂ, ਅਤੇ ਇਹ ਆਪਣੇ ਆਪ ਦੇ ਵਿੱਚ ਦੇਖਿਆ ਜਾਵੇ ਇੱਕ ਗੁਨਾਹ ਵੀ ਹੈਗਾ, ਪਰ ਫਿਰ ਵੀ ਉਹ ਕਰ ਰਹੇ ਹਾਂ। ਨਹੀਂ ਨਹੀਂ, ਗੁਨਾਹ ਨਹੀਂ ਜੀ, ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ, ਅੰਮ੍ਰਿਤ ਵੇਲੇ ਉਠਾਤਾ ਤੁਸੀਂ ਜੀ। ਮੈਂ ਖੈਰ ਸੁੱਤਾ ਹੀ ਨਹੀਂ, ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਗੱਲ ਕਰਨੀ ਆ, ਤੇ ਮੈਂ ਔਨ ਐਂਡ ਔਨ ਹੀ ਚੱਲ ਰਿਹਾ। ਸੋ ਕੋਈ ਪਾਰਟੀ ਵੀ ਸੀਗੀ, ਬਰਥਡੇ ਪਾਰਟੀ, ਉੱਥੋਂ ਸਿੱਧਾ ਫਿਰ ਥੋੜਾ ਜਿਹਾ ਮੈਂ ਨੋਰਮਲੀ ਪਾਰਟੀਸ ਤੇ ਜਾਂਦਾ ਨਹੀਂ, ਅੱਜ ਮੈਂ ਕਿਹਾ ਚਲੋ ਚੱਲ ਜਾਂਦੇ ਹਾਂ। ਸਾਡੀ ਵੀ ਸ਼ੇਰੇ ਪੰਜਾਬੀ ਬਰਥਡੇ ਪਾਰਟੀ ਤੁਸੀਂ ਸ਼ਾਮਿਲ ਹੋ ਗਏ। ਹਾਂ ਯੈਸ ਯੈਸ, ਮੁਬਾਰਕਾਂ ਤੁਹਾਨੂੰ। ਹੁਣੇ ਮੈਂ ਸੁਣਿਆ ਕਿ ਤੁਸੀਂ ਫਸਟ ਐਨਵਰਸਰੀ ਆਪਣੀ ਸੈਲੀਬ੍ਰੇਟ ਕਰ ਰਹੇ ਹੋ, ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ, ਐਂਡ ਸਾਰੇ ਸਰੋਤਿਆਂ ਨੂੰ ਵੀ ਵਧਾਈਆਂ। ਥੋੜ੍ਹਾ ਜਿਹਾ ਮੈਂ ਕੁਲਜਿੰਦਰ ਸਿੱਧੂ ਬਾਰੇ ਹੋਰ ਦੱਸਦਿਆਂ ਕਿ ਕੁਲਜਿੰਦਰ ਸਿੱਧੂ ਜਦੋਂ ਲਾਈਮ ਲਾਈਟ ਦੇ ਵਿੱਚ ਆਏ, ਉਹਨਾਂ ਦੀ ਫਿਲਮ ਸੀ ਐਜ਼ ਐਨ ਐਕਟਰ ਉਹ ਸਾਡਾ ਹੱਕ, ਲਿਖੀ ਵੀ ਉਹਨਾਂ ਦੀ ਹੋਈ ਸੀ ਫਿਲਮ, ਪਰ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਕੁਝ ਫਿਲਮਾਂ ਦੇ ਲਈ ਕੰਮ ਕੀਤਾ, ਰਾਈਟਿੰਗ ਕੀਤੀ, ਖਾਸ ਕਰਕੇ ਮਿੰਨੀ ਪੰਜਾਬ ਆਈ ਸੀ ਜਿਹਦੇ ਵਿੱਚ ਗੁਰਦਾਸ ਮਾਨ ਹੁਣੀ ਬਤੌਰ ਹੀਰੋ ਆਏ ਸਨ। ਉਸ ਤੋਂ ਬਾਅਦ ਸਾਡਾ ਹੱਕ ਤੋਂ ਬਾਅਦ ਬਹੁਤ ਕੁਝ ਹੋਇਆ, ਸਾਡਾ ਹੱਕ ਚਰਚਾ ਦੇ ਵਿੱਚ ਆਈ, ਵਿਵਾਦ ਦੇ ਵਿੱਚ ਵੀ ਆਈ, ਪਰ ਉਹ ਸਮਾਂ ਹੁੰਦਾ ਜਿਸ ਵੇਲੇ ਹੌਸਲੇ ਢਹਿਣ ਦੀ ਵੀ ਬਹੁਤ ਵੱਡੀ ਸੰਭਾਵਨਾ ਹੁੰਦੀ ਹੈ। ਪਰ ਕੁਲਜਿੰਦਰ ਸਿੱਧੂ ਜਿਸ ਵੀ ਰੋਲ ਦੇ ਵਿੱਚ ਆਏ, ਚਾਹੇ ਐਜ਼ ਐਨ ਐਕਟਰ ਆਏ ਜਾਂ ਪ੍ਰੋਡਿਊਸਰ ਦੇ ਤੌਰ 'ਤੇ ਆਏ ਜਾਂ ਰਾਈਟਰ ਦੇ ਤੌਰ 'ਤੇ ਆਏ, ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਇਸ ਸਾਰੇ ਦੌਰ ਦੇ ਵਿੱਚੋਂ ਹੋਰ ਨਿਖਾਰ ਕੇ ਪੇਸ਼ ਕੀਤਾ। ਸੋ ਅੱਜ ਕੁਲਜਿੰਦਰ ਦੀ ਜਰਨੀ ਬਾਰੇ ਹੀ ਗੱਲਬਾਤ ਕਰਨੀ ਹੈ। ਕੁਲਜਿੰਦਰ, ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਗੱਲ ਕਿੱਥੋਂ ਸ਼ੁਰੂ ਕਰਾਂ। ਚਲੋ ਪਹਿਲਾ ਸਵਾਲ ਤੁਹਾਡੇ ਲਈ ਇਹੀ ਹੈ, ਬੇਸ਼ੱਕ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੋਸਤ ਹੋਣ ਦੇ ਨਾਤੇ ਮੈਂ ਜਾਣਦੀ ਹਾਂ, ਪਰ ਮੈਂ ਲਿਸਨਰਸ ਦੇ ਬਿਹਾਫ 'ਤੇ ਇਹ ਪ੍ਰੋਗਰਾਮ ਕਰ ਰਹੀ ਹਾਂ, ਉਹਨਾਂ ਦੇ ਨਜ਼ਰੀਏ ਦੇ ਵਿੱਚ ਕਿਹੜੇ ਕਿਹੜੇ ਸਵਾਲ ਹੋਣਗੇ ਉਹ ਤੁਹਾਡੇ ਸਾਹਮਣੇ ਮੈਂ ਅੱਜ ਰੱਖੂੰਗੀ। ਸੋ ਕੁਲਜਿੰਦਰ, ਐਕਟਰ ਕਿਵੇਂ ਬਣ ਗਏ? ਨਵਜੋਤ, ਐਕਟਰ ਬਣਦਾ ਨਾ ਇੱਕ ਕੀੜਾ ਹੁੰਦਾ। ਸੋ ਮੈਨੂੰ ਲੱਗਦਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਮੈਂ ਜਦੋਂ ਪੜ੍ਹ ਰਿਹਾ ਸੀ, ਮੈਂ ਉੱਥੇ BA ਦੇ ਵਿੱਚ ਜਦੋਂ ਐਡਮਿਸ਼ਨ ਲਈ, ਅਤੇ ਮੈਨੂੰ ਸੀਗਾ ਕਿ ਖਾਲਸਾ ਕਾਲਜ ਦੀ ਇੱਕ ਡਰਾਮਾ ਟੀਮ ਹੈ, ਉਹਨਾਂ ਦੇ ਕੋਲ ਮੈਂ ਗਿਆ, ਥੋੜ੍ਹਾ ਬਹੁਤਾ ਉਹਨਾਂ ਨਾਲ ਮੈਂ ਜਾਣ ਪਛਾਣ ਕੀਤੀ, ਅਤੇ ਮੇਰਾ ਇੱਕ ਸਾਥੀ ਦੋਸਤ ਸੀਗਾ, ਸੋ ਉਹਦਾ ਨਾਂ ਨਹੀਂ ਲੈਣਾ ਮੇਰਾ, ਅਤੇ ਉਹਨੇ ਮੈਨੂੰ ਕਹਿਣਾ ਯਾਰ ਤੂੰ ਇਹ ਡਰਾਮੇ ਵਾਲਿਆਂ ਨਾਲ ਮਤਲਬ ਕਿਉਂ ਮਿਲਦਾ ਗਿਲਦਾ, ਅਤੇ ਇਹ ਤਾਂ ਵਿਹਲੇ ਬੰਦੇ ਹੁੰਦੇ ਆ, ਨਾ ਇਹਨਾਂ ਨੇ ਪੜ੍ਹਨਾ ਲਿਖਣਾ, ਬਸ ਆਹੀ ਕੰਮ ਕਰਨਾ ਹੁੰਦਾ। ਅਤੇ ਮੈਂ ਕਿਹਾ ਨਹੀਂ ਯਾਰ, ਮੈਨੂੰ ਵੀ ਥੋੜ੍ਹਾ ਜਿਹਾ ਨਾ ਲੱਗਦਾ ਕਿ ਮੈਂ ਵੀ ਐਕਟਰ ਬਣ ਸਕਦਾ ਸ਼ਾਇਦ, ਇੱਦਾਂ ਮੈਂ ਨਾ ਡਬਲ ਮਾਈਂਡਡ ਜਾਂ ਡਾਊਟਫੁੱਲ ਜਿਹਾ ਇੱਦਾਂ ਦਾ ਜਵਾਬ ਉਹਨੂੰ ਦਿੱਤਾ। ਕਹਿੰਦਾ ਉਹ ਛੱਡ ਤੂੰ ਕੀ ਗੱਲਾਂ ਕਰਦਾ, ਅਤੇ ਮੈਨੂੰ ਨਾ ਉਹਨੇ ਜਿਹੜੀ ਜਿਹੜਾ ਉਹਨੇ ਸ਼ਬਦ ਵਰਤਿਆ ਮੈਂ ਰੇਡੀਓ 'ਤੇ ਵਰਤ ਨਹੀਂ ਸਕਦਾ, ਤੈਨੂੰ ਤੇਰਾ ਨਾ ਉਹਨਾਂ ਨੇ ਖਿੱਚ ਕੇ ਐਵੇਂ ਦੀਵਾਰ 'ਤੇ ਟੰਗ ਦੇ ਨਾ ਤੂੰ ਇਸ ਕੰਮ 'ਚ ਨਾ ਜਾਈ। ਉਹਦੇ ਉਹ ਜਿਹੜੇ ਸ਼ਬਦ ਸੀਗੇ, ਮੇਰਾ ਦੋਸਤ ਸੀਗਾ, ਅਤੇ ਉਹਦੀ ਉਹ ਜਿਹੜੀ ਗੱਲ ਸੀ ਨਾ ਮੈਨੂੰ ਬੜੀ ਮਤਲਬ ਹਰਟ ਕਰ ਗਈ, ਪਿੰਚ ਕਰ ਗਈ, ਅਤੇ ਮੈਨੂੰ ਲੱਗਾ ਅੱਛਾ। ਅਤੇ ਖੈਰ ਮੈਂ ਫਿਰ ਥੋੜ੍ਹਾ ਜਿਹਾ ਉਹਦੇ ਨਾਲ ਰਹਿਣਾ ਜਾਣਾ ਸੀ, ਅਤੇ ਮੈਨੂੰ ਥੋੜ੍ਹਾ ਜਿਹਾ ਹਿਚਕਚਾਉਣਾ ਸ਼ੁਰੂ ਕਰਤਾ, ਨਹੀਂ ਮੈਂ ਫਿਰ ਡਰਾਮਾ ਜਿਹੜਾ ਮੈਂ ਡਿਪਾਰਟਮੈਂਟ ਜੁਆਇਨ ਕਰਨਾ ਚਾਹੁੰਦਾ ਸੀ ਉਹ ਨਹੀਂ ਕੀਤਾ ਮੈਂ ਉੱਥੇ ਦਾ, ਅਤੇ ਉਹ ਸੰਭਵ ਮੈਂ ਫਿਰ ਉਸ ਤੋਂ ਬਾਅਦ ਹੋਰ ਐਕਟੀਵਿਟੀ ਜਿਹੜੀਆਂ ਕਾਲਜ ਦੇ ਵਿੱਚ ਚੱਲ ਰਹੀਆਂ ਸੀਗੀਆਂ,
ਸਟੂਡੈਂਟਸ ਯੂਨੀਅਨ ਦੀਆਂ ਫੈਡਰੇਸ਼ਨ ਚੱਲਦੀ ਸੀ ਉੱਥੇ, ਮੈਂ ਉਸ ਪਾਸੇ ਹੋ ਕੇ ਪੋਲੀਟੀਕਲ ਐਕਟੀਵਿਟੀਜ਼ ਵਿੱਚ ਜੁਆਇਨ ਕਰ ਗਿਆ ਅਤੇ ਮੈਂ 2-3 ਸਾਲ ਜਿਹੜੇ ਖਾਲਸਾ ਕਾਲਜ ਦੇ ਵਿੱਚ ਸੀਗੇ। ਸੋ ਇੱਕ ਮੈਂ ਪਛਾਣ ਮੈਨੂੰ ਲੱਗਦਾ ਸੀ ਕਿ ਮੈਂ ਜ਼ਰੂਰ ਆਪਣੀ ਬਣਾਉਣੀ ਚਾਹੁੰਦਾ ਸੀ ਉਸ ਟਾਈਮ ਦੇ ਵਿੱਚ। ਸੋ ਇਸੇ ਕਰਕੇ ਹੀ ਸ਼ਾਇਦ ਮੈਂ ਡਰਾਮੇ ਵਾਲੇ ਪਾਸੇ ਨੂੰ ਮੇਰਾ ਝੁਕਾਅ ਹੋ ਰਿਹਾ ਸੀਗਾ ਕਿ ਕੁਛ ਬੰਦੇ ਦੀ ਇੱਕ ਪਹਿਚਾਣ ਬਣੀ, ਇੱਕ ਆਇਡੈਂਟੀ ਬਣੀ। ਸੋ ਉਹਦੇ ਕਰਕੇ ਫਿਰ ਮੈਂ ਸਮਝ ਲਓ ਕਿ ਸਟੂਡੈਂਟ ਯੂਨੀਅਨ ਉੱਥੇ ਫੈਡਰੇਸ਼ਨ ਹੁੰਦੀ ਸੀਗੀ ਖਾਲਸਾ ਕਾਲਜ ਦੇ ਵਿੱਚ, ਬੜੀ ਪਾਪੂਲਰ ਔਰਗੇਨਾਈਜੇਸ਼ਨ ਸੀ ਸਟੂਡੈਂਟ ਫੈਡਰੇਸ਼ਨ। ਸੋ ਮੈਂ ਉਹਨੂੰ ਜੁਆਇਨ ਕਰ ਲਿਆ। ਫਿਰ ਮੈਨੂੰ ਉਹਨਾਂ ਨੇ ਅਗਲੇ 2 ਸਾਲ ਦੇ ਵਿੱਚ BA 1 ਤੋਂ ਬਾਅਦ 2nd ਈਅਰ 'ਚ ਮੈਨੂੰ ਉਹਦਾ ਪ੍ਰਧਾਨ ਵੀ ਬਣਾਤਾ। ਫਿਰ ਅਸੀਂ ਹੋਰ ਹੀ ਪਾਸੇ ਲੱਗ ਗਏ, ਸਟ੍ਰਾਈਕਾਂ ਕਰਨ ਜਾਂ ਹੋਰ ਨਾਰੇਬਾਜ਼ੀ ਜਾਂ ਹੋਰ ਮਤਲਬ ਚੰਗੇ ਕੰਮ ਵੀ ਕਰੀਦੇ ਸੀ ਸਟੂਡੈਂਟਸ ਲਈ। ਸੋ ਇਹ ਮਤਲਬ ਟਰੈਕ ਹੀ ਚੇਂਜ ਹੋ ਗਿਆ ਮੇਰਾ। ਤੇ ਉਸ ਤੋਂ ਮਤਲਬ ਤੁਸੀਂ ਪੁੱਛਿਆ ਸਵਾਲ ਕਿ ਐਕਟਰ ਬਣਨ ਦਾ ਕੀੜਾ ਮੇਰਾ ਉਦੋਂ ਹੀ ਜਾਗ ਗਿਆ ਸੀਗਾ, ਪਰ ਉਹ ਫਿਰ ਬਹੁਤ ਉਸ ਤੋਂ ਬਾਅਦ ਲੰਬੀ ਦੇਰ ਮੈਨੂੰ ਲੱਗੀ, 10-12 ਸਾਲ ਇੱਧਰ ਉੱਧਰ ਨਿਕਲ ਗਏ। ਅਤੇ ਉਸ ਤੋਂ ਬਾਅਦ ਦੁਬਾਰਾ ਮੈਨੂੰ ਲੱਗਾ ਕਿ ਨਹੀਂ ਯਾਰ, ਉਹ ਇੱਕ ਡ੍ਰੀਮ ਹੈਗਾ ਅੰਦਰ ਮੈਨੂੰ। ਉਹ ਤੁਹਾਨੂੰ ਨਾ ਜਿਹੜੀ ਚੀਜ਼ ਤੁਹਾਡੇ ਅੰਦਰ ਕਿਤੇ ਪਈ ਹੁੰਦੀ ਆ, ਤੁਹਾਨੂੰ ਮੈਨੂੰ ਲੱਗਦਾ ਹੌਂਟ ਕਰਦੀ ਰਹਿੰਦੀ ਆ, ਜਾਂ ਤੁਹਾਨੂੰ ਕਿਤੇ ਨਾ ਕਿਤੇ ਉਹ ਮਤਲਬ ਅੰਦਰੋਂ ਤੁਹਾਡੇ ਉਹ ਮਤਲਬ ਤੁਹਾਨੂੰ ਝੰਝਲਾਉਂਦੀ ਰਹਿੰਦੀ, ਕਿਤੇ ਨਾ ਕਿਤੇ ਤੁਹਾਨੂੰ ਉਹ ਟ੍ਰਬਲ ਕਰਦੀ ਰਹਿੰਦੀ ਆ ਕਿ ਯਾਰ ਤੂੰ ਆ ਕਿਉਂ ਨਹੀਂ ਇਸ ਪਾਸੇ ਜਾ ਰਿਹਾ। ਸੋ ਆਈ ਥਿੰਕ ਮੈਨੂੰ ਉਹ ਚੀਜ਼ ਮੇਰੇ ਅੰਦਰ ਰਹੀ ਅਤੇ ਉਹ ਮੈਂ ਉਹਨੂੰ ਕਾਫੀ ਦੇਰ ਮੈਂ ਦੱਬ ਛੱਡਿਆ। ਮੈਨੂੰ ਲੱਗਦਾ ਉਹ ਦੱਬਣਾ ਨਹੀਂ ਸੀ ਚਾਹੀਦਾ, ਜਿੰਨਾ ਜਲਦੀ ਮੈਂ ਉਹਨੂੰ ਲੈ ਆਉਂਦਾ ਸਾਹਮਣੇ ਉਹਨਾਂ ਚੰਗਾ ਸੀ, ਪਰ ਚਲੋ ਦੇਰ ਆਏ ਦਰੁਸਤ ਆਏ। ਠੀਕ ਹੈ, ਜਦੋਂ ਗੋਲ ਦੀ ਗੱਲ ਕਰਦੇ ਹਾਂ, ਦੇਖੋ ਐਕਟਿੰਗ ਕਰਨਾ ਤੁਹਾਨੂੰ ਲੱਗਦਾ ਕਿ ਵੀ ਉਹ ਜਿਹੜਾ ਕੀੜਾ ਸੀ, ਤੁਸੀਂ ਕੀੜੇ ਦਾ ਨਾਮ ਦਿੰਦੇ ਹੋ, ਪਰ ਕੀੜੇ ਨੂੰ ਆਪਾਂ ਗੋਲ ਨਹੀਂ ਕਹਿ ਸਕਦੇ, ਗੋਲ ਕੀ ਸੀਗਾ? ਇੱਕ ਮੈਂ ਸ਼ਬਦ ਤੁਹਾਡਾ ਹੋਰ ਪਿਕ ਕੀਤਾ ਜਿਹੜਾ ਤੁਸੀਂ ਕਿਹਾ ਕਿ ਆਪਣੀ ਪਹਿਚਾਣ ਬਣਾਉਣ ਦਾ ਸੀ, ਹੈ ਨਾ? ਜਿਹੜੀ ਆਪਣੀ ਪਹਿਚਾਣ ਹੈ ਉਹਦੇ ਲਈ ਕੋਈ ਫਰੇਮ ਰੱਖਿਆ ਹੋਇਆ ਸੀ ਕਿ ਵੀ ਇਸ ਫਰੇਮ ਦੇ ਵਿੱਚ ਮੇਰੀ ਪਛਾਣ ਬਣੂਗੀ? ਹਾਂ ਨਹੀਂ, ਮੈਂ ਫਰੇਮ ਨਵਜੋਤ ਮੇਰੇ ਖਿਆਲ ਨਾਲ ਨਹੀਂ ਸੀ ਉਸ ਵੇਲੇ ਕੋਈ, ਕਿਉਂਕਿ BA ਦੇ ਵਿੱਚ ਕਰਦੇ ਕਰਦੇ ਮੈਨੂੰ ਫਾਈਨਲ ਈਅਰ ਤੱਕ ਨਹੀਂ ਸੀ ਪਤਾ ਕਿ ਮੈਂ ਅੱਗੇ ਕੀ ਕਰਨਾ। ਇਹ ਕਿਤੇ ਪਤਾ ਸੀ ਕਿ ਆਪਣੀ ਪਹਿਚਾਣ ਬਣਾਉਣੀ ਆ ਜਾਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਹੈ, ਸਾਬਤ ਕਰਨਾ ਹੈ। ਸੋ BA ਫਾਈਨਲ ਤੋਂ ਬਾਅਦ ਮੈਂ ਪਹਿਲਾਂ ਤਾਂ LLB ਦੇ ਟੈਸਟ ਦਿੱਤਾ ਅਤੇ ਉਹਦੇ 'ਚ ਮੈਂ ਫੇਲ ਹੋ ਗਿਆ। ਸੋ ਫਾਦਰ ਸਾਹਿਬ ਮੇਰੇ ਜਰਨਲਿਸਟ ਸੀਗੇ, ਪੰਜਾਬੀ ਦੇ ਵਰਨੈਕੁਲਰ ਪੇਪਰ ਦੇ ਜਰਨਲਿਸਟ ਸੀਗੇ, ਅਕਾਲੀ ਪੱਤਰਕਾਲੀ ਉਹ ਕਰਦੇ ਸੀਗੇ ਰਿਪੋਰਟਿੰਗ ਅੰਮ੍ਰਿਤਸਰ ਤੋਂ। ਅਤੇ ਉਹਨਾਂ ਨਾਲ ਮੈਂ ਥੋੜ੍ਹੀ ਬਹੁਤੀ ਜਰਨਲਿਜ਼ਮ 'ਚ ਵੀ ਰੁਚੀ ਲੈਣੀ ਅਤੇ ਉਹਨਾਂ ਕਹਿਣਾ ਵੀ ਇਹ ਵਰਨੈਕੁਲਰ ਅਖਬਾਰਾਂ ਵਾਲੇ ਜਿਹੜੇ ਨੇ ਪੰਜਾਬੀ ਅਖਬਾਰਾਂ ਵਾਲੇ, ਇਹ ਸੈਲਰੀ ਸੁਲਰੀ ਕੁਛ ਦਿੰਦੇ ਨਹੀਂ ਆ, ਤਾਂ ਬਸ ਸੇਵਾ ਹੀ ਆ। ਸੋ ਇਸ ਪਾਸੇ ਤੂੰ ਨਾ ਸੋਚ, ਜੇ ਤੂੰ ਜਰਨਲਿਜ਼ਮ ਕਰਨੀ ਆ ਤਾਂ ਜਾਂ ਤਾਂ ਤੂੰ ਕਿਸੇ TV ਚੈਨਲ ਜਾਂ ਇੰਗਲਿਸ਼ ਮੀਡੀਆ ਦੇ ਵਿੱਚ ਆ ਕੇ ਬਤੌਰ ਜਰਨਲਿਸਟ ਬਣ। ਸੋ ਮੇਰੀ ਇੰਗਲਿਸ਼ ਵਧੀਆ ਸੀਗੀ ਨਹੀਂ, ਮੈਂ ਬਹੁਤ ਮਸੀਂ ਪਾਸ ਹੁੰਦਾ ਹੁੰਦਾ ਸੀ ਇੰਗਲਿਸ਼ ਦੇ ਵਿੱਚ 33-34 ਨੰਬਰ ਲੈ ਕੇ। ਸੋ ਮੈਨੂੰ ਲੱਗਾ ਚੈਲੰਜਿੰਗ ਹੈ ਉਹ ਕੰਮ, ਮੈਂ LLB ਲਈ ਟਰਾਈ ਕੀਤੀ, ਉਹ 'ਚ ਮੈਂ ਫੇਲ ਹੋ ਗਿਆ। ਫਿਰ ਮੇਰੇ ਕੋਲ ਜਦੋਂ ਕੋਈ ਆਪਸ਼ਨ ਨਹੀਂ ਬਚੀ, ਫਿਰ ਲਾਸਟ ਆਪਸ਼ਨ ਮੈਨੂੰ ਲੱਗਾ, ਮੈਂ ਫਾਦਰ ਸਾਹਿਬ ਨੇ ਕਿਹਾ, ਮੈਂ ਕਿਹਾ ਡੈਡ ਜਰਨਲਿਜ਼ਮ 'ਚ ਹੀ ਐਡਮਿਸ਼ਨ ਕਰਵਾ ਦਿਉ। ਅਤੇ ਜਰਨਲਿਜ਼ਮ ਦੀ ਐਡਮਿਸ਼ਨ ਦਾ ਪ੍ਰੋਸੈਸ ਇਹ ਸੀਗਾ ਕਿ ਉਹਦਾ ਟੈਸਟ ਹੁੰਦਾ ਸੀ, ਅਤੇ ਉਹ ਟੈਸਟ ਜਿਹੜਾ ਹੋਇਆ ਉਹ ਟੈਸਟ ਦੇ ਵਿੱਚੋਂ ਵੀ ਮੈਂ ਫੇਲ ਹੋ ਗਿਆ। ਸੋ ਹਾਂਜੀ, ਸੋ ਫਿਰ ਮੈਂ ਸਿਫਾਰਿਸ਼ ਪੂਰਨ ਦਵਾ ਕੇ ਬੜੀ ਮੁਸ਼ਕਲ ਜਰਨਲਿਜ਼ਮ ਡਿਪਾਰਟਮੈਂਟ ਦੇ ਵਿੱਚ ਐਡਮਿਸ਼ਨ। ਇਹ ਰਾਜ਼ ਦੀ ਗੱਲ ਦੱਸੀ ਅੱਜ ਤੁਸੀਂ। ਅੱਛਾ ਜੀ ਜੀ ਜੀ, ਠੀਕ ਹੈ। ਮੈਂ ਸੁਣਨ ਵਾਲੇ ਨੂੰ ਦੱਸਦੀ ਹਾਂ ਕਿ ਕੁਲਜਿੰਦਰ ਇੱਕ ਸਾਲ ਮੇਰੇ ਨਾਲੋਂ ਜੂਨੀਅਰ ਸਨ। ਇਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਆਪਣੀ ਬੈਚਲਰਸ ਇਨ ਜਰਨਲਿਜ਼ਮ ਕਰਕੇ ਆਏ ਸੀ, ਅਤੇ ਮਾਸਟਰਸ ਕਰਨ ਦੇ ਲਈ ਇਹਨਾਂ ਨੂੰ 1 ਸਾਲ ਹੋਰ ਲਾਉਣਾ ਪੈਣਾ ਸੀ, ਜਿਹੜਾ ਇਹ ਕਰਨ ਦੇ ਲਈ ਜਲੰਧਰ ਆ ਗਏ। ਉਸ ਤੋਂ ਬਾਅਦ ਜਲੰਧਰ ਇੱਕ ਢੰਗ ਦੇ ਨਾਲ ਇਹਨਾਂ ਦਾ ਪੱਕਾ ਟਿਕਾਣਾ ਬਣ ਗਿਆ ਸੀ। ਮੈਨੂੰ ਜਿਹੜੀਆਂ ਗੱਲਾਂ ਕੁਛ ਯਾਦ ਨੇ ਉਹ ਵੀ ਮੈਂ ਵਿੱਚ ਐਡ ਕਰਦੀ ਜਾਊਂਗੀ। ਕੁਲਜਿੰਦਰ ਜੀ, ਤੁਸੀਂ ਇਹ ਕਿਹਾ ਕਿ ਮੈਂ ਕੋਈ ਆਪਣੇ ਲਈ ਗੋਲ ਨਹੀਂ ਸੀ ਮਿੱਥਿਆ ਹੋਇਆ, ਪਰ 2-3 ਫੇਲੀਅਰਸ ਦੀ ਤੁਸੀਂ ਜ਼ਰੂਰ ਗੱਲ ਕੀਤੀ ਹੈ ਕਿ ਵੀ ਮੈਂ LLB ਦਾ ਟੈਸਟ ਦਿੱਤਾ, ਮੈਂ ਜਰਨਲਿਜ਼ਮ ਦਾ ਦਿੱਤਾ, ਅਤੇ ਫਿਰ ਮੈਂ ਫਾਈਨਲੀ ਆਪਣੇ ਮਨ ਦੇ ਵਿੱਚ ਇਹ ਗੱਲ ਸੋਚੀ ਕਿ ਚਲੋ ਜਰਨਲਿਜ਼ਮ ਹੀ ਕਰ ਲੈਂਦੀ ਹਾਂ। ਜਰਨਲਿਜ਼ਮ ਦੀ ਡਿਗਰੀ ਤੁਹਾਡੀ ਕੰਪਲੀਟ ਹੋ ਗਈ, ਉਸ ਤੋਂ ਬਾਅਦ ਕੀ ਚੇਂਜ ਆਈ ਲਾਈਫ ਦੇ ਵਿੱਚ, ਕੀ ਵੱਖਰਾ ਹੋ ਗਿਆ? ਲੱਗਦਾ ਕਿ ਆਪਣੀ ਪਹਿਚਾਣ ਬਣਾਉਣ ਦੇ ਲਈ ਹੁਣ ਜਿਹੜਾ ਰਸਤਾ ਬੜਾ ਕਲੀਅਰ ਦਿਸਣਾ ਸ਼ੁਰੂ ਹੋ ਗਿਆ। ਹਾਂਜੀ, ਜਰਨਲਿਜ਼ਮ ਦੀ ਦੇਖੋ ਜਿਹੜੀ ਤਾਂ ਡਿਗਰੀ ਮੇਰੀ ਕੰਪਲੀਟ ਹੋਈ ਨਾ, ਪਹਿਲਾਂ ਤਾਂ ਮੈਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਖਾਲਸਾ ਕਾਲਜ ਤੋਂ ਮੈਂ ਉਦੋਂ ਉਹਨੂੰ ਬੈਚਲਰਸ ਇਨ ਮਾਸ ਕਮਿਊਨੀਕੇਸ਼ਨ ਕਹਿੰਦੇ ਸੀਗੇ BM, ਉਹ ਮੈਂ ਕਰਕੇ ਉੱਥੋਂ ਆ ਗਿਆ। ਐਂਡ 2nd ਈਅਰ ਦੇ ਵਿੱਚ ਮੈਂ ਜਲੰਧਰ ਆਇਆ ਜਿੱਥੇ ਤੁਸੀਂ ਮਿਲੇ, ਤੁਸੀਂ ਸਾਡੇ ਸੀਨੀਅਰ ਸੀਗੇ। ਸੋ ਮੈਂ ਇੱਥੇ ਤੁਹਾਡੇ ਸਰੋਤਿਆਂ ਨੂੰ ਇਹ ਵੀ ਦੱਸਦਾ ਕਿ ਜਦੋਂ ਅਸੀਂ ਮੈਂ ਪਹੁੰਚਿਆ ਹੀ ਹਾਂ ਉੱਥੇ ਜਲੰਧਰ ਦੇ ਵਿੱਚ, ਅਤੇ ਸਾਨੂੰ ਪਤਾ ਲੱਗਾ ਕਿ ਇਸ ਡਿਪਾਰਟਮੈਂਟ ਦੀਆਂ 3 ਕੁੜੀਆਂ ਜਿਹੜੀਆਂ ਨੇ
ਇੰਡੀਅਨ ਐਕਸਪ੍ਰੈਸ ਦੀ ਉਹਨਾਂ ਦੀ ਟ੍ਰੇਨਿੰਗ ਲੱਗਦੀ ਹੈ। ਸੋ ਅਸੀਂ ਜਿਹੜੇ ਦੇਸੀ ਮਾਝੇ ਦੇ ਦੋ ਮੈਂ ਤੇ ਮੇਰਾ ਦੋਸਤ ਸ਼ੇਰ ਜੰਗ ਅਸੀਂ ਲੱਗਿਆ ਕਿ ਅੱਛਾ ਇੰਡੀਅਨ ਐਕਸਪ੍ਰੈਸ ਤੱਕ ਵੀ ਡਿਪਾਰਟਮੈਂਟ ਦੀ ਪਹੁੰਚ ਹੈਗੀ ਹੈ। ਅਸੀਂ ਤਾਂ ਪੰਜਾਬੀ ਅਖਬਾਰ ਤੱਕ ਦਾ ਵੱਧ ਤੋਂ ਵੱਧ ਸੁਪਨਾ ਲੈ ਕੇ ਆਏ ਸੀ ਕਿ ਹਾਂ ਸ਼ਾਇਦ ਕਿਸੇ ਠੀਕ ਠਾਕ ਜੀ ਪੰਜਾਬੀ ਅਖਬਾਰ ਦੇ ਵਿੱਚ ਸਾਨੂੰ ਜੋਬ ਮਿਲ ਜੂਗੀ ਫਾਈਨਲੀ। ਸੋ ਕਿਤੇ ਨਾ ਕਿਤੇ ਮੈਂ ਉਹ ਗੱਲ ਤੋਂ ਵੀ ਮੈਨੂੰ ਸੀਗਾ ਕਿ ਡੈਡ ਨੇ ਮਨਾ ਕੀਤਾ ਕਿ ਯਾਰ ਪੰਜਾਬੀ ਅਖਬਾਰਾਂ 'ਚ ਕੁਛ ਬਣਦਾ ਨਹੀਂ ਹੈ, ਕੋਈ ਸੈਲਰੀ ਨਹੀਂ ਹੈ, ਕੋਈ ਸਿਸਟਮ ਨਹੀਂ ਉਹਨਾਂ ਦਾ। ਅਤੇ ਪਰ ਸਾਡੇ ਲਈ ਇੱਕ ਨਾ ਰੋਲ ਮਾਡਲ ਤੁਸੀਂ ਅਤੇ ਨਵਜੋਤ, ਅੰਜੂ ਅਤੇ ਅਮਰਵੀਰ ਇਹ ਤਿੰਨ ਜਿਨ੍ਹਾਂ ਦੀ ਜਨਰਲ ਉੱਥੇ ਟ੍ਰੇਨਿੰਗ ਲੱਗੀ ਸੀ ਇੰਡੀਅਨ ਐਕਸਪ੍ਰੈਸ, ਮਤਲਬ ਆਉਂਦਿਆਂ ਹੀ ਇੱਕ ਨਾ ਮਤਲਬ ਰੋਲ ਮਾਡਲ ਮਿਲ ਗਏ ਕਿ ਹਾਂ ਅੱਛਾ ਜੇ ਇਹ ਕੁੜੀਆਂ ਕਰ ਸਕਦੀਆਂ ਤਾਂ ਸ਼ਾਇਦ ਸਾਡੇ 'ਚੋਂ ਵੀ ਕੋਈ ਨਾ ਕੋਈ ਇਸ ਕਰ ਸਕਦਾ ਕਿ ਇੰਗਲਿਸ਼ ਅਖਬਾਰ ਵਿੱਚ ਤੁਸੀਂ ਐਂਟਰ ਕਰ ਸਕਦੇ ਹੋ ਘੱਟੋ ਘੱਟ। ਸੋ ਉਹ ਥੋੜ੍ਹੀ ਜਿਹੀ ਇੰਸਪਾਇਰਿੰਗ ਸੀਗਾ। ਫਿਰ ਉੱਥੇ ਜਿਹੜੇ ਸਾਡੇ ਹੈੱਡ ਦਿੱਲੀ ਤੋਂ ਆਏ ਸੀਗੇ ਅਵਿਨਾਸ਼ ਸਰ, ਸੋ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਸੀਗੇ, ਸੋ ਉਹ ਕਿਤੇ ਨਾ ਕਿਤੇ ਇੰਸਪਾਇਰ ਕਰਦੀਆਂ ਸੀ। ਸੋ ਮੈਨੂੰ ਲੱਗਦਾ ਜਦੋਂ ਮੈਂ ਜਰਨਲਿਜ਼ਮ ਕਰ ਰਿਹਾ ਸੀਗਾ ਨਾ, ਤਾਂ ਜਰਨਲਿਜ਼ਮ ਦੇ ਵਿੱਚ ਜਿਹੜੀ ਇੱਕ ਟਰਨਿੰਗ ਪੁਆਇੰਟ ਮੇਰਾ ਉਹ ਜਿਹੜਾ ਫਾਈਨਲ ਈਅਰ ਸੀਗਾ ਸੈਕਿੰਡ ਈਅਰ ਅਤੇ ਮਾਸ ਕਮਿਊਨੀਕੇਸ਼ਨ ਦਾ, ਉਹਦੇ ਵਿੱਚ ਜਿਹੜਾ ਉਹ ਗ੍ਰਿਲ ਕਰਦੇ ਸੀ ਪ੍ਰੋਫੈਸਰ ਅਵਿਨਾਸ਼ ਖਾਸ ਤੌਰ 'ਤੇ ਮੈਨੂੰ ਬਹੁਤ ਜ਼ਿਆਦਾ ਗ੍ਰਿਲ ਕਰਦੇ ਸੀਗੇ, ਕਿਉਂਕਿ ਮੇਰੀ ਜਿਹੜੀ ਐਡਮਿਸ਼ਨ ਹੋਈ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਸਿਫਾਰਿਸ਼ ਨਾਲ ਹੋਈ ਸੀਗੀ, ਅਤੇ ਉਹਨਾਂ ਦੀਆਂ ਵਿਸ਼ਿਜ਼ ਦੇ ਅਗੇਂਸਟ ਮੈਂ ਆਇਆ ਹੋਇਆ ਇੱਕ ਸਟੂਡੈਂਟ ਸੀ, ਉਹਨਾਂ ਨੂੰ ਲੱਗਦਾ ਸੀ ਵੀ ਇਹ ਨਲਾਇਕ ਜਿਹਾ ਹੈਗਾ, ਇਹਨੇ ਇੱਕ ਸੀ ਟੀ ਖਰਾਬ ਕੀਤੀ ਆ ਕੇ। ਸੋ ਜੀ ਜੀ ਤੇ ਉਹ ਮੈਨੂੰ ਖਾਸ ਗ੍ਰਿਲ ਕਰਦੇ ਸੀ, ਤੇ ਉਹਨਾਂ ਨੇ ਮਤਲਬ ਇੱਕ ਰਸਮ ਸੀਗੀ ਕਿ ਜਦੋਂ ਵੀ ਕੋਈ ਗੈਸਟ ਆਉਂਦਾ ਸੀ ਬਾਹਰੋਂ ਤੇ ਸਾਰੇ ਸਟੂਡੈਂਟ ਜਿਹੜੇ ਵੀ ਸੀਗੇ 12-15 ਸਟੂਡੈਂਟ ਬੈਚ ਦੇ ਹੁੰਦੇ ਸੀ, ਉਹਨਾਂ ਨੇ ਆਪਣੀ ਆਪਣੀ ਉੱਠ ਕੇ ਇੰਟਰੋਡਕਸ਼ਨ ਦੇਣੀ ਹੁੰਦੀ ਸੀ ਕਿ ਸਰ ਆਮ ਕੁਲਜਿੰਦਰ ਸਿੰਘ ਸਿੱਧੂ, ਮੈਂ ਆਮ ਫਰੋਮ ਅੰਮ੍ਰਿਤਸਰ ਐਂਡ ਆਈ ਵਾਂਟ ਟੂ ਬਿਕਮ ਦਿਸ 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 ਵਟ ਐਵਰ ਯੂਅਰ ਗੋਲ, ਜਿਵੇਂ ਤੁਸੀਂ ਪੁੱਛਿਆ ਨਾ ਗੋਲ ਦੀ ਗੱਲ। ਅੱਛਾ, ਸੋ ਉਹ ਵੀ ਪੁੱਛਦੇ ਹੁੰਦੇ ਸੀ ਗੋਲ, ਤੇ ਮੈਂ ਇੰਨੀ ਇੰਟਰੋਡਕਸ਼ਨ ਇੰਗਲਿਸ਼ ਦੇ ਵਿੱਚ ਦੇਣ ਦੇ ਵਿੱਚ ਹੀ ਮੇਰੀਆਂ ਲੱਤਾਂ ਜਿਹੜੀਆਂ ਸੀ ਕੰਬਦੀਆਂ ਹੁੰਦੀਆਂ ਸੀ, ਖੜੇ ਹੋ ਕੇ ਤੇ ਮੈਂ ਕਹਿਣਾ ਜੀ ਆਈ ਐਮ ਕੁਲਜਿੰਦਰ ਸਿੰਘ ਸਿੱਧੂ, ਅਟਕ ਅਟਕ ਕੇ ਮਤਲਬ ਆਪਣੇ ਨਾਂ ਦੇ ਉੱਤੇ ਹੀ ਮੈਂ ਮਤਲਬ ਕਨਫਿਊਜ਼ ਹੋ ਜਾਣਾ ਉਹਦੇ ਵਿੱਚ ਹੀ। ਸੋ ਉਹ ਫਿਰ ਮੈਂ ਮਤਲਬ ਉਹ ਇੰਟਰੋਡਕਸ਼ਨ ਤੇ ਹੀ ਜਿਹੜੀ ਮਤਲਬ ਇੱਕ ਤਰੀਕੇ ਦੀ ਉਹ ਗ੍ਰਿਲ ਕਰਨਾ ਉਹਨਾਂ ਨੇ, ਐਂਡ ਮੈਂ ਅੱਗੋਂ ਗੋਲ ਆਪਣਾ ਕੋਈ ਦੱਸ ਨਹੀਂ ਪਾਉਣਾ, ਤੇ ਉਹ ਅਕਸਰ ਹਾਸੇ ਦਾ ਮੈਂ ਪਾਤਰ ਬਣਦਾ ਹੁੰਦਾ ਸੀ ਆਪਣੀ ਕਲਾਸ ਵਿੱਚ। ਸੋ ਉਹ ਜਿਹੜੀ ਸੀਗੀ ਉਹ ਖੁੰਦਕ ਕਹਿ ਲਓ ਜਾਂ ਉਹ ਜਿਹੜਾ ਹਿਊਮੀਲੇਸ਼ਨ ਉਦੋਂ ਹੁੰਦੀ ਸੀਗੀ, ਉਦੋਂ ਕਿਤੇ ਨਾ ਕਿਤੇ ਲੱਗਦਾ ਸੀ ਕਿ ਯਾਰ ਨਹੀਂ, ਮਤਲਬ ਮੈਨੂੰ ਆਪਣੇ ਆਪ ਨੂੰ ਪਤਾ ਸੀ ਕਿ ਮੇਰੇ ਕੋਲ ਨੌਲੇਜ ਬਹੁਤ ਹੈ, ਮੈਂ ਪੜ੍ਹਦਾ ਬਹੁਤ ਸੀਗਾ, ਅਖਬਾਰਾਂ ਮੈਂ ਸਾਰੀਆਂ ਪੜ੍ਹਦਾ ਸੀ, ਜਿੰਨੇ ਵੀਕਲੀ ਮੈਗਜ਼ੀਨਸ ਆਉਂਦੇ ਸੀਗੇ ਇੰਡੀਆ ਟੂਡੇ ਦਾ ਵੀਕ ਜਾਂ ਹੋਰ ਜਿਹੜੇ ਆਊਟਲੁੱਕ ਵਗੈਰਾ, ਸਾਰਿਆਂ ਦੀ ਮੈਨੂੰ ਪਤਾ ਹੁੰਦਾ ਸੀ, ਪੂਰੀ ਇੰਡੀਆ ਦੀ ਪੋਲੀਟਿਕਸ, ਪੰਜਾਬ ਦੀ ਪੋਲੀਟਿਕਸ, ਇੱਕ ਇੱਕ ਗੱਲ ਮੈਨੂੰ ਪਤਾ ਹੁੰਦੀ ਸੀ, ਪਰ ਮੈਂ ਕਮਿਊਨੀਕੇਟ ਨਹੀਂ ਕਰ ਪਾ ਰਿਹਾ ਹੁੰਦਾ ਸੀ, ਐਕਸਪ੍ਰੈਸ਼ਨ ਨਹੀਂ ਸੀ ਆ ਰਿਹਾ, ਯਾ ਐਕਸਪ੍ਰੈਸ ਨਹੀਂ ਕਰ ਪਾ ਰਿਹਾ ਸੀ ਐਗਜੈਕਟਲੀ। ਸੋ ਉਹ ਸਮਹਾਉ ਜਿਹੜਾ ਮੇਰਾ ਹਿਡਨ ਟੈਲੈਂਟ ਸੀ ਉਹ ਮੇਰਾ ਐਕਸਪ੍ਰੈਸ ਕਰਨ ਦੇ ਵਿੱਚ ਮੈਨੂੰ ਬਹੁਤ ਪ੍ਰੋਬਲਮ ਆ ਰਹੀ ਸੀ, ਪਰ ਫਾਈਨਲੀ ਮੈਂ ਥੋੜ੍ਹਾ ਇੰਗਲਿਸ਼ ਉਂਗਲਿਸ਼ ਦੇ ਨਾਲ ਮੱਥਾ ਮੁੱਥਾ ਮਾਰ ਕੇ ਥੋੜ੍ਹਾ ਮੈਨੂੰ ਉੱਥੇ ਹੀ ਇੱਕ ਤਰੀਕੇ ਦਾ ਟ੍ਰਿਗਰ ਮੇਰਾ ਹੋਇਆ, ਅਤੇ ਉਸ ਤੋਂ ਬਾਅਦ ਮਤਲਬ ਇਟ ਵਾਸ ਕਾਇੰਡ ਆਫ ਟੇਕ ਆਫ, ਉਹ ਪ੍ਰੋਫੈਸਰ ਅਵਿਨਾਸ਼ ਹੋਣਾ ਨੇ ਹੀ ਉਹਨੂੰ ਰੈਕਗਨਾਈਜ਼ ਸਭ ਤੋਂ ਪਹਿਲਾਂ ਕੀਤਾ, ਐਕਨੋਲੇਜ ਕੀਤਾ ਕਿ ਹਾਂ ਨਹੀਂ ਤੇਰੇ 'ਚ ਚੇਂਜ ਆ ਰਹੀ ਹੈ। ਸੋ ਸਡਨਲੀ ਮੈਨੂੰ ਉਹ ਮਤਲਬ ਮੇਰੀ ਬੇਇੱਜ਼ਤੀ ਕਰਦੇ ਕਰਦੇ ਉਹਨਾਂ ਨੇ ਇੱਕ ਮੈਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰਤੀ ਹੌਲੀ ਹੌਲੀ, ਸੋ ਉਹਨਾਂ ਦੀ ਹੱਲਾਸ਼ੇਰੀ, ਅਤੇ ਉਸ ਤੋਂ ਬਾਅਦ ਮੈਨੂੰ ਆਪਣੇ ਆਪ 'ਚ ਵੀ ਚੇਂਜ ਆਉਣੀ ਲੱਗੀ, ਅਤੇ ਫਿਰ ਉੱਥੋਂ ਬਾਅਦ ਜਿਹੜਾ ਸੀਗਾ ਤੁਸੀਂ ਪੁੱਛਿਆ ਡਿਗਰੀ ਤੋਂ ਬਾਅਦ ਵਾਲਾ ਕੰਮ, ਅਤੇ ਡਿਗਰੀ ਤੋਂ ਬਾਅਦ ਇਹੀ ਡਿਸੀਜਨ ਸੀ ਨਵਜੋਤ, ਕੋਈ ਬਹੁਤ ਵੱਡਾ ਸੁਪਨਾ ਨਹੀਂ ਸੀ ਇਹ ਸੀ ਕਿ ਕਿਸੇ ਅੰਗਰੇਜ਼ੀ ਅਖਬਾਰ 'ਚ ਜੋਬ ਮਿਲ ਜੇ ਜਾਂ ਕਿਸੇ ਚੈਨਲ 'ਚ ਲੱਗ ਜਾਈਏ, ਅਤੇ ਘਰ ਨਹੀਂ ਜਾਣਾ ਵਾਪਸ, ਕਿਉਂਕਿ ਅੰਮ੍ਰਿਤਸਰੋਂ ਮੈਂ ਆਇਆ ਸੀਗਾ ਅਤੇ ਮੇਰਾ ਇੱਕ ਸਾਥੀ ਦੋਸਤ ਜਿਹੜਾ ਮੇਰਾ ਰੂਮਮੇਟ ਸੀਗਾ ਸ਼ੇਰ ਜੰਗ, ਉਹ ਵੀ ਅੰਮ੍ਰਿਤਸਰੋਂ ਆਇਆ ਸੀ, ਅਤੇ ਇੱਕ ਸਾਡਾ ਦੋਸਤ ਹੋਰ ਬਣ ਗਿਆ ਦਿਨੇਸ਼ ਲੁਧਿਆਣੇ ਤੋਂ ਜਿਹੜਾ ਆਇਆ ਸੀਗਾ। ਸੋ ਅਸੀਂ ਇਹ 3-4 ਜਣੇ, ਅਤੇ ਅਸੀਂ ਇਹ ਸੋਚਦੇ ਹੁੰਦੇ ਸੀ ਕਿ ਯਾਰ ਹੁਣ ਘਰ ਜਾ ਕੇ ਘਰਦਿਆਂ ਕੋਲੋਂ ਦੁਬਾਰਾ ਪੈਸੇ ਮੰਗਣੇ ਬੜੇ ਔਖੇ ਆ, ਸੋ ਕਿਸੇ ਨਾ ਕਿਸੇ ਤਰੀਕੇ ਆਪਣੇ ਪੈਰਾਂ 'ਤੇ ਖੜੇ ਹੋਈਏ। ਸੋ ਆਪਣੇ ਪੈਰਾਂ 'ਤੇ ਖੜੇ ਹੋਣ ਦੀ ਜਿਹੜੀ ਜਰਨੀ ਸੀ ਉਹ ਮਾਸ ਕਮਿਊਨੀਕੇਸ਼ਨ ਤੋਂ ਇਮੀਡੀਏਟਲੀ ਬਾਅਦ ਜਿਹੜੀ ਸੀ ਉਹ ਸ਼ੁਰੂ ਹੋ ਗਈ। ਇੱਕ ਅਖਬਾਰ ਸਾਨੂੰ ਮਿਲ ਗਈ ਜਿਹਦੇ ਲਈ ਮੈਂ ਬਤੌਰ ਰਿਪੋਰਟਰ ਅਤੇ ਬਤੌਰ ਫੋਟੋਗ੍ਰਾਫਰ ਕੰਮ ਕਰਦਾ ਸੀਗਾ, ਅਤੇ ਉਹਦੇ 'ਚ ਥੋੜ੍ਹੇ ਥੋੜ੍ਹੇ ਪੈਸੇ ਮਿਲਣੇ ਸ਼ੁਰੂ ਹੋ ਗਏ, ਅਤੇ ਅਸੀਂ ਜਿਹੜਾ ਸੀ ਜਲੰਧਰ ਟਿਕੇ ਰਹਿਣ ਜੋਗੇ, ਮਤਲਬ ਰੂਮ ਦਾ ਰੈਂਟ ਦੇ ਲਓ ਜਾਂ ਮਾੜਾ ਮੋਟਾ ਖਰਚਾ ਜਿਹੜਾ ਸੀ ਉੱਥੋਂ ਨਿਕਲ ਜਾਂਦਾ ਸੀ। ਕੁਲਜਿੰਦਰ, ਕੁਝ ਗੱਲਾਂ ਜਿਹੜੀਆਂ ਜ਼ਰੂਰੀ ਬਣਦੀਆਂ ਨੇ ਸਾਡੇ ਸੁਣਨ ਵਾਲਿਆਂ ਦਾ ਇੰਟਰਸਟ ਹੋਏਗਾ। ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਹੌਲੀ ਹੌਲੀ ਕਰਕੇ ਇਹ ਹੈ ਕਿ
ਕਈ ਵਾਰ ਆਪਾਂ ਜ਼ਿੰਦਗੀ ਦੇ ਵਿੱਚ ਗੋਲ ਬਣਾਉਂਦੇ ਨਹੀਂ, ਕੁਦਰਤੀ ਤੌਰ 'ਤੇ ਬਹੁਤ ਕੁਝ ਹੋ ਜਾਂਦਾ, ਪਰ ਕਈ ਚੀਜ਼ਾਂ ਮਿੱਥ ਕੇ ਕੀਤੀਆਂ ਜਾਂਦੀਆਂ ਨੇ। ਤੁਸੀਂ ਇਸ ਚੀਜ਼ ਨੂੰ ਕਿੱਦਾਂ ਮਹਿਸੂਸ ਕਰਦੇ ਹੋ ਕਿ ਕੁਝ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਸੀ ਜਿਹੜੀਆਂ ਤੁਸੀਂ ਮਿੱਥੀਆਂ ਮਿੱਥ ਕੇ ਕੀਤੀਆਂ ਅਤੇ ਉਹਦੇ ਵਿੱਚ ਕਾਮਯਾਬ ਹੋ ਗਏ? ਹਾਂਜੀ ਨਵਜੋਤ, ਮੇਰੇ ਖਿਆਲ ਨਾਲ ਕਾਫ਼ੀ ਚੀਜ਼ਾਂ ਜਿਹੜੀਆਂ ਨੇ ਮਿੱਥੀਆਂ ਸੀ ਅਤੇ ਮਿੱਥ ਕੇ ਕੀਤੀਆਂ। ਜਿਵੇਂ ਸਾਡਾ ਹੱਕ ਜਿਹੜਾ ਮੇਰੀ ਕਰੀਅਰ ਦਾ ਇੱਕ ਟਰਨਿੰਗ ਪੁਆਇੰਟ ਸੀ, ਉਹ ਮੈਂ ਬਹੁਤ ਪਹਿਲਾਂ ਤੋਂ ਮਿੱਥਿਆ ਹੋਇਆ ਸੀਗਾ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਦਾ ਪੜ੍ਹਿਆ ਅਤੇ ਉੱਥੇ ਮੈਂ ਫੈਡਰੇਸ਼ਨ ਦੀਆਂ ਐਕਟੀਵਿਟੀਜ਼ ਵਿੱਚ ਵੀ ਇਨਵੋਲਵ ਹੋ ਗਿਆ ਅਤੇ ਬਹੁਤ ਸਾਰੇ ਉਸ ਟਾਈਮ 'ਤੇ ਜਿਹੜੇ ਨੌਜਵਾਨ ਮੁੰਡੇ ਜਿਹੜੇ ਇਸ ਖਾੜਕੂ ਲਹਿਰ ਦੇ ਵਿੱਚ ਵਿਚਰ ਰਹੇ ਸੀਗੇ ਉਹਨਾਂ ਦੇ ਨਾਲ ਵੀ ਮੇਰਾ ਸੰਪਰਕ ਹੁੰਦਾ ਸੀਗਾ ਜਾਂ ਮੇਲ ਗੇੜ ਹੁੰਦਾ ਸੀਗਾ। ਸੋ ਉਹ ਇੱਕ ਉਹ ਲੋਕਾਂ ਦੀ ਇੱਕ ਕਹਾਣੀ ਜਿਹੜੇ ਉਹ ਇਸ ਪਾਸੇ ਨੂੰ ਤੁਰੇ ਹੋਏ ਸੀ ਗੰਨਾ ਚੱਕ ਕੇ। ਸੋ ਮੈਨੂੰ ਲੱਗਦਾ ਸੀ ਕਿ ਜਦੋਂ ਮੈਂ ਜਰਨਲਿਜ਼ਮ ਦੇ ਵਿੱਚ ਆਇਆ ਅਤੇ ਉਸ ਤੋਂ ਬਾਅਦ ਜਦੋਂ ਥੋੜ੍ਹਾ ਬਹੁਤ ਮੈਂ ਦੂਰਦਰਸ਼ਨ ਜਿਹੜਾ ਆਪਣਾ ਜਲੰਧਰ ਦੂਰਦਰਸ਼ਨ ਸੀਗਾ ਉਹਦੇ ਲਈ ਵੀ ਕੰਮ ਕਰਨਾ ਸ਼ੁਰੂ ਕੀਤਾ, ਉਹਦੇ ਲਈ ਛੋਟੇ ਛੋਟੇ ਅਸੀਂ ਜਿਹੜੇ ਸੀਗੇ ਪ੍ਰੋਗਰਾਮ ਪ੍ਰੋਡਿਊਸ ਕਰਨੇ ਸ਼ੁਰੂ ਕਰਤੇ। ਉੱਥੇ ਕਾ ਕੇ ਮੈਨੂੰ 2002 ਜਾਂ 2003 ਦੇ ਆਸ ਪਾਸ ਦੀ ਗੱਲ ਹੈ ਕਿ ਉੱਥੇ ਕਾ ਕੇ ਮੈਨੂੰ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਇੱਕ ਕਹਾਣੀ ਮੈਂ ਉਸ ਦੌਰ ਦੀ ਖਾੜਕੂਵਾਦ ਦੇ ਦੌਰ ਦੀ ਜਿਹੜਾ ਪੰਜਾਬ ਨੇ ਇੱਕ ਬੜਾ ਵੱਡਾ ਦੁਖਾਂਤ ਹੰਡਾਇਆ ਉਹ ਪੁਆਇੰਟ ਆਫ ਵਿਊ ਜਿਹੜਾ ਮੁੰਡੇ ਜਿਹੜੇ ਸੀ ਇਸ ਪਾਸੇ ਤੁਰੇ ਉਹਨਾਂ ਦਾ ਜ਼ਰੂਰ ਦਿਖਾਊਂਗਾ ਦੱਸੂਂਗਾ। ਇਹ ਗੱਲਾਂ ਮੈਂ ਦਿਨੇਸ਼ ਦੇ ਨਾਲ ਉਦੋਂ ਕਰਨੀਆਂ ਸ਼ੁਰੂ ਕਰਤੀਆਂ ਸੀਗੀਆਂ। ਸੋ ਇਹ ਕਹਿ ਲਓ ਕਿ ਇੱਕ ਗੋਲ ਮੇਰਾ ਮਿੱਥ ਕੇ ਸੀਗਾ ਕਿ ਉਹ ਮੈਂ ਕਹਾਣੀ ਦੱਸਣ ਦਾ ਇੱਕ ਗੋਲ ਜਿਹੜਾ ਮੈਂ ਰੱਖਿਆ ਹੋਇਆ ਸੀਗਾ। ਸੋ ਉਸ ਵੇਲੇ ਵੀ ਮੇਰੇ ਦਿਮਾਗ ਦੇ ਵਿੱਚ ਇਹੀ ਸੀਗਾ ਕਿ ਕਹਾਣੀ ਮੈਂ ਥੋੜ੍ਹੀ ਬਹੁਤ ਲਿਖਣੀ ਸ਼ੁਰੂ ਕਰਤੀ ਐਂਡ ਉਸ ਕਹਾਣੀ ਦਾ ਜਿਹੜਾ ਮੁੱਖ ਪਾਤਰ ਜਿਹੜਾ ਮੇਰੇ ਨਜ਼ਰਾਂ ਦੇ ਵਿੱਚ ਘੁੰਮ ਰਿਹਾ ਸੀ ਉਹ ਮੈਨੂੰ ਲੱਗ ਰਿਹਾ ਸੀ ਕਿ ਮੈਂ ਹੀ ਪਲੇ ਕਰ ਰਿਹਾ ਉਹਨੂੰ। ਸੋ ਇਹੋ ਜਿਹਾ ਉਹ ਗੋਲ ਮੇਰਾ ਪਹਿਲੀ ਮਤਲਬ ਮੈਨੂੰ ਲੱਗਦਾ ਕਿ ਪਹਿਲਾ ਇੱਕ ਕਲੀਅਰ ਕੱਟ ਜਿਹਾ ਉਹ ਗੋਲ ਮੇਰਾ ਬਣਿਆ ਸੀਗਾ ਲਾਈਫ ਦਾ ਜਾਂ ਕਰੀਅਰ ਦਾ ਉਸ ਵੇਲੇ। ਓਕੇ, ਉਹ ਮੁੰਡਾ ਜਿਹਨੂੰ ਇਹ ਲੱਗਦਾ ਸੀ ਕਿ ਈਵਨ ਜਦੋਂ ਮਾਸਟਰਸ ਡਿਗਰੀ ਕਰ ਰਿਹਾ ਸੀ, ਮੈਂ ਕੋਈ ਛੋਟੀਆਂ ਕਲਾਸਿਸ ਦੀ ਗੱਲ ਨਹੀਂ ਕਰ ਰਹੀ, ਕਿ ਮੈਂ ਜਦੋਂ ਕਲਾਸ ਵਿੱਚ ਬੋਲਦਾ ਮੈਨੂੰ ਆਪਣਾ ਨਾਮ ਕਹਿਣਾ ਅਤੇ ਆਪਣਾ ਆਪਣੀ ਇੰਟਰੋਡਕਸ਼ਨ ਦੇਣੀ ਉਹ ਮੈਨੂੰ ਔਖੀ ਲੱਗਦੀ ਹੈ, ਮੈਨੂੰ ਡਰ ਲੱਗਦਾ। ਅਤੇ ਉਸ ਤੋਂ ਬਾਅਦ ਅਚਾਨਕ ਉਹ ਸਾਹਮਣੇ ਪੇਸ਼ ਹੁੰਦਾ ਹੈ ਇੰਨੇ ਚੈਲੇਂਜਿੰਗ ਰੋਲ ਦੇ ਵਿੱਚ ਸਾਡਾ ਹੱਕ ਦੇ ਵਿੱਚ, ਫਿਰ ਪਤਾ ਲੱਗਾ ਕਿ ਉਹ ਲਿਖਦਾ ਵੀ ਹੈ। ਬੇਸ਼ੱਕ ਆਪਾਂ ਇਕੱਠੇ ਪੜ੍ਹੇ ਹਾਂ ਪਰ ਇੰਨੀ ਜਾਣਕਾਰੀ ਨਹੀਂ ਸੀ ਕਿ ਤੁਸੀਂ ਇਸ ਢੰਗ ਦੇ ਨਾਲ ਲਿਖਦੇ ਹੋ ਜਾਂ ਤੁਸੀਂ ਇੰਨਾ ਜ਼ਿਆਦਾ ਤੁਸੀਂ ਪੜ੍ਹਦੇ ਹੋ, ਬੇਸ਼ੱਕ ਐਕਸਪ੍ਰੈਸ ਨਹੀਂ ਸੀ ਕਰਦੇ ਇਹ ਸਾਰਾ ਕੁਝ। ਉਹ ਜਿਹੜਾ ਫੀਅਰ ਫੈਕਟਰ ਸੀ ਉਹ ਕਿੱਦਾਂ ਲਾ ਕੇ ਤੁਸੀਂ ਸੁੱਟ ਦਿੱਤਾ? ਇਹ ਰਾਤ ਵਿਚਾਲੇ ਕੋਈ ਇਹੋ ਜਿਹੀ ਚੀਜ਼ ਹੋ ਗਈ ਕਿ ਵੀ ਹਾਂ ਮੈਂ ਤਾਂ ਇੱਕ ਐਕਟਰ ਬਣ ਸਕਦਾ, ਜਿਹੜਾ ਕੀੜਾ ਸੀ ਬਹੁਤ ਦੇਰ ਦਾ ਸੁੱਤਾ ਹੋਇਆ ਸੀ ਹੁਣ ਉਹ ਜਾਗ ਪਿਆ ਹੈਗਾ, ਹੁਣ ਉਹਦੇ ਵਿੱਚ ਐਨਰਜੀ ਆ ਗਈ ਹੈਗੀ ਆ, ਉਸ ਐਕਟਿੰਗ ਦੇ ਕੀੜੇ ਦੀ ਮੈਂ ਗੱਲ ਕਰ ਰਹੀ ਹਾਂ। ਥੋੜ੍ਹਾ ਜਿਹਾ ਦੱਸੋ ਕਿ ਵੀ ਕੀ ਸੈਲਫ 'ਤੇ ਕੋਈ ਕੰਮ ਕੀਤਾ ਜਾਂ ਕਿਸੇ ਹੋਰ ਨੇ ਬਾਹਰੋਂ ਹੱਲਾਸ਼ੇਰੀ ਦੇ ਦਿੱਤੀ, ਮੋਟੀਵੇਸ਼ਨ ਤੁਹਾਨੂੰ ਆਈ ਕਿਸੇ ਪਾਸਿਓਂ ਕਿ ਵੀ ਹਾਂ ਕੁਲਜਿੰਦਰ ਤੂੰ ਕਰ ਸਕਦਾ, ਤੂੰ ਹੋ ਜਾ ਸ਼ੁਰੂ? ਨਵਜੋਤ, ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਨਾ ਸਭ ਤੋਂ ਪਹਿਲਾਂ ਕੌਨਫੀਡੈਂਸ ਬਿਲਡ ਕਰਨਾ ਕਿ ਤੁਸੀਂ ਇਹ ਕਰ ਸਕਦੇ ਹੋ ਉਹ ਬਹੁਤ ਇੰਪੋਰਟੈਂਟ ਹੁੰਦਾ। ਸੋ ਮੇਰੇ 'ਚ ਉਹ ਕੌਨਫੀਡੈਂਸ ਬਿਲਡ ਹੁੰਦੇ ਹੁੰਦੇ ਬਹੁਤ ਟਾਈਮ ਲੱਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਰਨਲਿਜ਼ਮ ਦੇ ਵਿੱਚ ਜਦੋਂ ਮੈਂ ਆਇਆ ਜੁਆਇਨ ਕੀਤਾ ਅਤੇ ਜਿਵੇਂ ਤੁਸੀਂ ਗੱਲ ਕੀਤੀ ਮੈਂ ਆਪਣੀ ਇੰਟਰੋਡਕਸ਼ਨ ਨਹੀਂ ਸੀ ਦੇ ਪਾਉਂਦਾ ਹੁੰਦਾ, ਗੱਲ ਨਹੀਂ ਸੀ ਕਰਨੀ ਆਉਂਦੀ ਹੁੰਦੀ ਮੈਨੂੰ ਕਿਸੇ ਦੇ ਨਾਲ, ਅਤੇ ਮਤਲਬ ਬਹੁਤ ਜ਼ਿਆਦਾ ਮੈਂ ਅੰਡਰ ਕੌਨਫੀਡੈਂਟ ਹੁੰਦਾ ਸੀ, ਕੌਨਫੀਡੈਂਸ ਹੁੰਦਾ ਹੀ ਨਹੀਂ ਸੀ। ਸੋ ਹੌਲੀ ਹੌਲੀ ਜਰਨਲਿਜ਼ਮ ਦੇ ਵਿੱਚ ਉਹ ਕੌਨਫੀਡੈਂਸ ਬਿਲਡ ਹੋਇਆ ਅਤੇ ਉਹ ਮੈਨੂੰ ਆਪਣੇ ਆਪ 'ਚ ਇੱਕ ਐਵੋਲਿਊਸ਼ਨ ਲੱਗੀ ਕਿ ਮੈਂ ਹੌਲੀ ਹੌਲੀ ਉਹਦੇ 'ਚ ਗਰੋ ਕੀਤਾ। ਸੋ ਇਸੇ ਤਰ੍ਹਾਂ ਜਦੋਂ ਫਿਲਮ ਦੀ ਵੀ ਗੱਲ ਸੀਗੀ ਤਾਂ ਫਿਲਮ ਵੀ ਮੈਂ ਤੁਹਾਨੂੰ ਦੱਸਿਆ 2002-03 ਦੀ ਮੈਂ ਗੱਲ ਕਰ ਰਿਹਾ ਸੀਗਾ ਦਿਨੇਸ਼ ਨਾਲ ਅਤੇ ਪਰ ਉਹਨੂੰ ਬਣਦੇ ਦੇਈ ਦੇਖੋ 2012 ਦੇ ਵਿੱਚ ਜਾ ਕੇ ਉਹ ਫਿਲਮ ਬਣੀ। ਸੋ 10 ਸਾਲ ਕਿਉਂ ਲੱਗੇ? ਉਹ ਫੀਅਰ ਸੀਗਾ, ਉਹ ਕੌਨਫੀਡੈਂਸ ਨਹੀਂ ਸੀ ਇੰਨਾ ਬਣ ਪਾ ਰਿਹਾ ਕਿ ਮੈਂ ਕਰ ਪਾਊਂਗਾ। ਜਦੋਂ ਫਿਰ ਮੈਂ ਫਾਈਨਲੀ ਡਿਸੀਜਨ ਲਿਆ 2010-11 ਦੇ ਵਿੱਚ ਹੀ ਮੈਂ ਡਿਸੀਜਨ ਲੈ ਲਿਆ ਕਿ ਨਹੀਂ ਇਹ ਫਿਲਮ ਤਾਂ ਹੁਣ ਬਣੂਗੀ ਨੋ ਮੈਟਰ ਵਟ। ਮੈਂ ਆਪਣੇ ਪਾਰਟਨਰ ਦਿਨੇਸ਼ ਨੂੰ ਵੀ ਕਹਿਤਾ, ਆਪਣੀ ਫੈਮਿਲੀ ਨੂੰ ਵੀ ਕਹਿਤਾ, ਸਾਰਿਆਂ ਨੂੰ ਕਹਿਤਾ ਕਿ ਨੋ ਮੈਟਰ ਵਟ, ਜੋ ਵੀ ਰਿਸਕ ਨੇ ਸਾਰੇ ਮੈਨੂੰ ਪਤਾ ਹੈ, ਕੋਈ ਚੱਕਰ ਨਹੀਂ, ਆਈ ਵਿਲ ਟੇਕ ਦਿਸ ਚਾਂਸ। ਜਦੋਂ ਫਾਈਨਲੀ ਮੈਂ ਉਹ ਡਿਸੀਜਨ ਲਿਆ ਤਾਂ ਫਿਰ ਉਹ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਸੀਗੀਆਂ ਆਪਣੇ ਆਪ ਬੈਠਣੀਆਂ ਸ਼ੁਰੂ ਹੋ ਗਈਆਂ ਟਿਕਾਣੇ ਸਿਰ, ਕਿਉਂਕਿ ਆਪ ਇੱਕ ਉਹ ਡਿਸੀਜਨ ਤੁਹਾਨੂੰ ਆਪ ਹੀ ਲੈਣਾ ਪੈਂਦਾ ਮੈਨੂੰ ਲੱਗਦਾ। ਸੋ ਇਸੇ ਤਰ੍ਹਾਂ ਹੀ ਜ਼ਿੰਦਗੀ 'ਚ ਜਿਹੜੇ ਵੀ ਡਿਸੀਜਨ ਨੇ ਜਦੋਂ ਤੁਸੀਂ ਕਿਸੇ ਮੁਕਾਮ 'ਤੇ ਟੀਚੇ 'ਤੇ ਪਹੁੰਚਣਾ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਕਨਵਿੰਸ ਕਰਨਾ ਹੁੰਦਾ। ਜਦੋਂ ਤੁਸੀਂ ਆਪ ਹੀ ਨਹੀਂ, ਤੁਹਾਡੇ ਕੋਲ ਹੀ ਕਨਵਿਕਸ਼ਨ ਨਹੀਂ, ਤੁਹਾਡੇ ਕੋਲ ਹੀ ਕੌਨਫੀਡੈਂਸ ਨਹੀਂ, ਕੋਈ ਤੁਹਾਡੇ 'ਤੇ ਯਕੀਨ ਨਹੀਂ ਕਰੂਗਾ, ਕੋਈ ਤੁਹਾਡੇ 'ਤੇ ਦਾਅ ਨਹੀਂ ਲਗਾਊਗਾ। ਸੋ ਉਹ ਮੈਨੂੰ ਲੱਗਦਾ ਕਿ ਆਪਣੇ ਆਪ 'ਤੇ ਹੀ ਬੰਦੇ ਨੂੰ ਕੰਮ ਕਰਨਾ ਪੈਂਦਾ। ਸੋ ਦੁਨੀਆ ਬਾਅਦ 'ਚ ਤੁਹਾਡੇ 'ਤੇ ਬਿਲੀਵ ਕਰਦੀ, ਪਹਿਲਾਂ ਤੁਸੀਂ ਖੁਦ ਆਪਣੇ ਆਪ 'ਤੇ ਬਿਲੀਵ ਕਰਦੇ ਹੋ। ਆਪਣੇ ਆਪ ਨਾਲ ਲੜਾਈ ਕਿਹੋ ਜਿਹੀ ਹੁੰਦੀ ਸੀ?
ਆਪਣੇ ਆਪ ਨਾਲ ਲੜਾਈ ਇਹੀ ਸੀਗੀ ਕਿ ਫਰਸਟ੍ਰੇਸ਼ਨ ਵੀ ਆਉਂਦੀ ਸੀਗੀ ਕਿ ਮੈਂ ਟਾਈਮ ਵੇਸਟ ਕਰੀ ਜਾ ਰਿਹਾ, ਮਤਲਬ ਰਹਿ ਰਹਿ ਕੇ ਜਿੱਦਾਂ ਹੁੰਦਾ ਨਾ ਆਪਣੇ ਆਪ 'ਤੇ ਗੁੱਸਾ ਆਉਣਾ, ਖੁੰਦਕ ਆਉਣੀ ਕਿ ਮੈਂ ਕਿਉਂ ਨਹੀਂ ਕਰ ਪਾ ਰਿਹਾ, ਜਿਹੜੀ ਚੀਜ਼ ਮੈਂ ਚਾਹ ਰਿਹਾ ਉੱਥੇ ਕਿਉਂ ਨਹੀਂ ਪਹੁੰਚ ਪਾ ਰਿਹਾ। ਸੋ ਕਈ ਵਾਰ ਜਦੋਂ ਕਿਸੇ ਨਾਲ ਗੱਲਾਂ ਕਰਦੇ ਹੁੰਦੇ ਸੀ, ਆਹ ਜਿਹੜੀਆਂ ਚੀਜ਼ਾਂ ਆ ਕਿਸੇ ਦੇ ਨਾਲ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਸੀ, ਕਈ ਵਾਰ ਇਹ ਹੁੰਦਾ ਕਿ ਆਪਣਾ ਕੋਈ ਕਲੋਜ਼ ਸਰਕਲ ਹੈਗਾ, ਪੇਰੈਂਟਸ ਹੈਗੇ ਆ, ਵੀ ਮੈਂ ਆਹ ਸੋਚਦਾ ਹਾਂ, ਮੈਂ ਸੋਚ ਰਿਹਾ। ਤੁਸੀਂ ਹੌਲੀ ਹੌਲੀ ਜਦੋਂ ਦਿਨੇਸ਼ ਉਹਨਾਂ ਦੀ ਗੱਲ ਕੀਤੀ ਉਹਨਾਂ ਦੇ ਨਾਲ, ਕਿਉਂਕਿ ਉਹ ਤੁਹਾਡੇ ਬਿਜ਼ਨਸ ਪਾਰਟਨਰ ਸਨ, ਤੁਸੀਂ ਇਕੱਠਿਆਂ ਨੇ ਫਿਲਮ ਬਣਾਉਣੀ ਸੀ, ਉਹਨਾਂ ਨਾਲ ਤਾਂ ਗੱਲ ਕਰਨੀ ਹੀ ਪੈਣੀ ਸੀ, ਪਰ ਜਿਹੜੀ ਇੰਟਰਨਲ ਸਟਰਗਲ ਚੱਲਦੀ ਹੁੰਦੀ ਹੈ ਉਹ ਆਪਾਂ ਲੁਕਾਉਂਦੇ ਹੀ ਰਹਿੰਦੇ ਹਾਂ, ਉਹਦੇ ਬਾਰੇ ਗੱਲ ਨਹੀਂ ਕਰਦੇ, ਪਰ ਫਿਰ ਵੀ ਕਈ ਵਾਰ ਇੱਕ ਦੋ ਇਨਸਾਨ ਸਾਨੂੰ ਮਿਲ ਜਾਂਦੇ ਆ। ਤੁਸੀਂ ਕਰਦੇ ਸੀ ਕਿਸੇ ਦੇ ਨਾਲ? ਨਹੀਂ, ਮੈਂ ਨਹੀਂ ਗੱਲ ਕੀਤੀ। ਦਰਅਸਲ ਮੈਂ ਦਿਨੇਸ਼ ਤੋਂ ਬਿਨਾਂ ਕਿਸੇ ਹੋਰ ਨਾਲ ਗੱਲ ਨਹੀਂ ਸੀ ਕਰ ਰਿਹਾ ਇਸ ਜੋ ਮੈਂ ਕਰਨਾ ਚਾਹ ਰਿਹਾ ਸੀ, ਅਤੇ ਦਿਨੇਸ਼ ਕਨਵਿੰਸ ਨਹੀਂ ਸੀਗਾ, ਕਿਉਂਕਿ ਅਸੀਂ ਮਸੀ ਪੈਰਾਂ ਸਿਰ ਆਪਣੇ ਹੋਏ ਸੀਗੇ, ਥੋੜ੍ਹਾ ਬਹੁਤ ਆਪਣਾ ਰੁਜ਼ਗਾਰ ਸੈੱਟ ਕੀਤਾ ਸੀ ਇੱਕ ਐਡਵਰਟਾਈਜ਼ਿੰਗ ਏਜੰਸੀ ਦੇ ਵਿੱਚ। ਬਹੁਤ ਜ਼ਿਆਦਾ ਇਨਕਮ ਨਹੀਂ ਹੁੰਦੀ, ਇੱਕ ਸਰਟਨ ਕਮਿਸ਼ਨ ਹੀ ਮਿਲਦੀ ਹੈ ਏਜੰਸੀ ਦੇ ਵਿੱਚ ਕੰਮ ਕਰਦਿਆਂ। ਸੋ ਉਹ ਕਿਸੇ ਵੀ ਤਰੀਕੇ ਦੇ ਨਾਲ ਦਿਨੇਸ਼ ਸਹਿਮਤ ਨਹੀਂ ਸੀ ਕਿ ਆਪਾਂ ਜਿੰਨੀ ਕੁ ਥੋੜ੍ਹੀ ਬਹੁਤੀ ਸੇਵਿੰਗ ਕੀਤੀ ਆ ਅਤੇ ਉਹਨੂੰ ਆਪਾਂ ਇੱਕ ਛੋਟੀ ਮੋਟੀ ਹੀ ਫਿਲਮ ਬਣਾਉਣ ਦੇ ਉੱਤੇ ਲਾਈਏ। ਸੋ ਨੰਬਰ ਵਨ, ਨੰਬਰ ਟੂ ਉਹਨੂੰ ਇਹ ਸੀਗਾ ਕਿ ਜਿਹੜੇ ਟੋਪਿਕ ਦੀ ਤੂੰ ਗੱਲ ਕਰ ਰਿਹਾ ਉਹਦੇ 'ਤੇ ਮੇਰਾ ਟੋਟਲੀ ਡਿਫਰੈਂਟ ਪੁਆਇੰਟ ਆਫ ਵਿਊ ਹੈ, ਮੇਰੀ ਫੈਮਿਲੀ ਦਾ, ਮੇਰੇ ਬ੍ਰਦਰਸ ਦਾ, ਕਿ ਉਹ ਜਿਹੜਾ ਅੱਤਵਾਦ ਦਾ ਕਾਲਾ ਦੌਰ ਅਤੇ ਕਿਸ ਤਰੀਕੇ ਦੇ ਨਾਲ ਹਿੰਦੂਆਂ ਨੂੰ ਬੱਸਾਂ ਤੋਂ ਲਾ ਕੇ ਮਾਰਿਆ ਜਾਂਦਾ ਸੀ, ਉਹਦਾ ਟੋਟਲ ਡਿਫਰੈਂਟ ਪੁਆਇੰਟ ਆਫ ਵਿਊ ਸੀ। ਸੋ ਮੇਰਾ ਟੋਟਲ ਡਿਫਰੈਂਟ ਪੁਆਇੰਟ ਆਫ ਵਿਊ ਸੀ, ਮੈਂ ਉੱਧਰਲੀ ਸਾਈਡ ਦੀ ਗੱਲ ਕਰਦਾ ਸੀ, ਉਹ ਉੱਧਰਲੀ ਦੂਸਰੀ ਸਾਈਡ ਦੀ ਗੱਲ ਕਰਦਾ ਸੀ, ਗੌਰਮੈਂਟ ਪੁਆਇੰਟ ਆਫ ਵਿਊ ਦੀ ਜਾਂ ਇੱਕ ਪ੍ਰੋਪੇਗੰਡਾ ਜਿਹੜਾ ਮੀਡੀਆ ਨੇ ਉਸ ਵੇਲੇ ਬਣਾਇਆ ਹੋਇਆ ਸੀਗਾ ਕਿ ਪਾਕਿਸਤਾਨ ਦੇ ਟ੍ਰੇਨਡ ਅੱਤਵਾਦੀ ਆ ਜਿਨ੍ਹਾਂ ਨੇ ਗੰਦ ਪਾਇਆ ਹੋਇਆ ਪੰਜਾਬ ਦੇ ਵਿੱਚ। ਸੋ ਉਹ ਸਾਡੀ ਸਹਿਮਤੀ ਨਹੀਂ ਸੀ ਹੁੰਦੀ ਪਹਿਲੀ ਗੱਲ ਤਾਂ ਡਿਸਕਸ਼ਨਸ ਦੇ ਵਿੱਚ ਕਿ ਆਪਾਂ ਇਹ ਪੁਆਇੰਟ ਆਫ ਵਿਊ ਨੂੰ ਅਤੇ ਦੂਸਰੇ ਪੁਆਇੰਟ ਆਫ ਵਿਊ ਨੂੰ ਬੈਲੈਂਸ ਕਰਕੇ ਕਿੱਦਾਂ ਦਿਖਾਵਾਂਗੇ। ਸੋ ਦੂਸਰੀ ਗੱਲ ਹੁੰਦੀ ਸੀਗੀ ਕਿ ਫਿਰ ਪੈਸੇ ਕਿਉਂ ਲਾਈਏ ਆਪਾਂ ਰਿਸਕ, ਫਿਰ ਤੀਸਰਾ ਹੁੰਦਾ ਸੀ ਭਾਈ ਇਹੋ ਜਿਹਾ ਕੰਮ ਕਰਾਂਗੇ ਤਾਂ ਸਰਕਾਰ ਨੇ ਚੱਕ ਕੇ ਪੁਲਿਸ ਨੇ ਅੰਦਰ ਕਰ ਦੇਣਾ, ਕਿਉਂਕਿ ਗੱਲਾਂ ਇਹ ਹੁੰਦੀਆਂ ਸੀਗੀਆਂ ਕਿ ਉਸ ਦੌਰ ਦੀ ਗੱਲ ਹੀ ਨਾ ਕਰੋ। ਸੋ ਇਹ ਕਾਫੀ ਇੱਦਾਂ ਦੇ ਚੈਲੰਜਸ ਸੀਗੇ ਅਤੇ ਦਿਨੇਸ਼ ਤੋਂ ਬਿਨਾਂ ਮੈਂ ਕਿਸੇ ਹੋਰ ਨਾਲ ਇਹ ਗੱਲ ਕਰਦਾ ਨਹੀਂ ਸੀ, ਸੋ ਮੈਨੂੰ ਲੱਗਦਾ ਵੀ ਨਹੀਂ ਸੀ ਕਿ ਕਿਸੇ ਹੋਰ ਨਾਲ ਗੱਲ ਕਰਨ ਦਾ ਕੋਈ ਫਾਇਦਾ, ਕਿਉਂਕਿ ਮੈਨੂੰ ਲੱਗਦਾ ਸੀ ਕਿ ਜੇ ਦਿਨੇਸ਼ ਕਨਵਿੰਸ ਹੋ ਜਾਂਦਾ ਤਾਂ ਫਿਰ ਅਸੀਂ ਇਸ ਪ੍ਰੋਜੈਕਟ ਨੂੰ ਇਨੀਸ਼ੀਏਟ ਕਰਾਂਗੇ। ਪਰ ਖੈਰ ਗੱਲ ਅਲਟੀਮੇਟਲੀ ਬਾਹਰ ਨਿਕਲਣੀ ਸੀ। ਮੈਨੂੰ ਪਤਾ ਕਿ ਤੁਸੀਂ ਐਕਟਰ ਬਣਨ ਤੋਂ ਪਹਿਲਾਂ ਪ੍ਰੋਡਿਊਸਰ ਬਣੇ, ਐਕਟਰ ਬਣਨ ਤੋਂ ਪਹਿਲਾਂ ਤੁਸੀਂ ਰਾਈਟਰ ਸੀ, ਰਾਈਟਰ ਹੈਗੇ ਹੋ। ਈਵਨ ਜਿਹੜੀ ਪਹਿਲਾਂ ਫਿਲਮ ਆਈ ਸੀ ਗੁਰਦਾਸ ਮਾਨ ਉਹਨਾਂ ਦੇ ਨਾਲ ਬਤੌਰ ਹੀਰੋ ਤੁਸੀਂ ਉਹਨਾਂ ਨੂੰ ਲਿਆ ਸੀ ਉਸ ਫਿਲਮ ਦੇ ਵਿੱਚ, ਮੈਂ ਬੜੀ ਹੈਰਾਨ ਹਾਂ ਕਿ ਤੁਹਾਡੇ ਅੰਦਰ ਤਾਂ ਐਕਟਿੰਗ ਦਾ ਕੀੜਾ ਆਪ ਪਿਆ ਸੀ, ਉਹਨੂੰ ਤੁਸੀਂ ਉਦੋਂ ਨਹੀਂ ਜਾਗਣ ਦਿੱਤਾ? ਮਿੰਨੀ ਪੰਜਾਬ ਦੇ ਵਿੱਚ ਤੁਸੀਂ ਕੋਈ ਰੋਲ ਨਹੀਂ ਰੱਖਿਆ ਆਪਣੇ ਲਈ? ਨਵਜੋਤ, ਬਿਲਕੁਲ ਰੱਖਿਆ ਸੀ। ਪਹਿਲੀ ਗੱਲ ਤਾਂ ਮਿੰਨੀ ਪੰਜਾਬ ਜਿਹੜੀ ਹੈ ਨਾ, ਫਿਲਮ ਬਣਦੇ ਬਣਦੇ ਅਸੀਂ ਬਣਾ ਰਹੇ ਸੀਗੇ, ਸਾਡਾ ਹੱਕ। ਦਿਨੇਸ਼ ਕੁਛ ਹੱਦ ਤੱਕ ਕਨਵਿੰਸ ਹੋ ਗਿਆ ਅਤੇ ਕੁਛ ਹੱਦ ਤੱਕ ਜਿੱਦਾਂ ਕਹਿ ਲਓ ਕਿ ਮੈਂ ਉਹਦੇ ਨਾਲ ਧੱਕਾ ਜਿਹਾ ਕਰਕੇ ਇੱਕ ਡਾਇਰੈਕਟਰ ਸਾਈਨ ਕਰ ਲਿਆ, ਧੱਕਾ ਕਰਕੇ ਅਸੀਂ ਆਡੀਸ਼ਨ ਉਡੀਸ਼ਨ ਜੇ ਇੱਦਾਂ ਦੇ ਕਰੀ ਜਾ ਰਹੇ ਸੀਗੇ, ਸਾਰਾ ਕੰਮ ਚੱਲ ਰਿਹਾ ਸੀ, ਦਿਨੇਸ਼ ਦੇ ਸਾਹਮਣੇ ਹੋ ਰਿਹਾ ਸੀ। ਦਿਨੇਸ਼ ਅੰਦਰੋਂ ਕਨਵਿੰਸ ਨਹੀਂ ਸੀਗਾ ਪਰ ਉਹਦੇ ਸਾਹਮਣੇ ਕੰਮ ਸ਼ੁਰੂ ਹੋ ਗਿਆ। ਸੋ ਜਦੋਂ ਉਹਨੂੰ ਪਤਾ ਲੱਗਿਆ ਕਿ ਇਹਨੇ ਹਟਣਾ ਨਹੀਂ ਹੈ, ਇਹਨੇ ਹੁਣ ਪੰਗਾ ਲੈਣਾ ਹੀ ਆ ਫਿਲਮ ਦਾ ਅਤੇ ਐਕਟਰ ਵੀ ਐਕਟਿੰਗ ਵੀ ਕਿਤੇ ਕਰਨੀ ਚਾਹੁੰਦਾ, ਇਹਦੇ ਅੰਦਰ ਐਕਟਿੰਗ ਦਾ ਕੀੜਾ ਹੈ। ਸੋ ਉਹਨੂੰ ਇੱਕ ਸਾਡੇ ਕੋਲ ਕਹਾਣੀ ਇਹ ਮਿੰਨੀ ਪੰਜਾਬ ਦੀ ਆ ਗਈ। ਸੋ ਮਿੰਨੀ ਪੰਜਾਬ ਦੀ ਕਹਾਣੀ ਮੇਰੀ ਨਹੀਂ ਸੀ ਲਿਖੀ, ਰਿੰਪੀ ਪ੍ਰਿੰਸ ਉਹਨਾਂ ਨੇ ਕਹਾਣੀ ਲਿਖੀ ਸੀਗੀ। ਸੋ ਉਹ ਸਾਡੇ ਨਾਲ ਹੀ, ਤੁਸੀਂ ਪ੍ਰੋਡਿਊਸਰ ਸੀ ਉਹਦੇ ਲਈ? ਪ੍ਰੋਡਿਊਸਰ ਸੀ ਜੀ ਜੀ ਹਾਂਜੀ, ਮੈਂ ਅਸੀਂ ਪ੍ਰੋਡਿਊਸਰ ਸੀਗੇ। ਸੋ ਉਹ ਕਹਾਣੀ ਉਹ ਲੈ ਕੇ ਸਾਡੇ ਕੋਲ ਜਦੋਂ ਆਏ ਅਤੇ ਉਹ ਕਹਿੰਦੇ ਆ ਵੀ ਇੰਨਾ ਕੀ ਭਾਲੇ ਦੋ ਅੱਖੀਆਂ, ਦਿਨੇਸ਼ ਨੂੰ ਲੱਗਾ ਵੀ ਯਾਰ ਤੂੰ ਛੱਡ ਆਹ ਫਿਲਮ ਆਪਾਂ ਕਰਨੀ, ਜੇ ਫਿਲਮ ਹੀ ਬਣਾਉਣੀ ਆ ਅਤੇ ਆਪਾਂ ਫਿਲਮ ਆਹ ਬਣਾਉਣੀ ਆ, ਆਹ ਵਾਲਾ ਤੂੰ ਸਾਡਾ ਹੱਕ ਵਾਲਾ ਪੰਗਾ ਛੱਡ। ਅਤੇ ਮੈਨੂੰ ਵੀ ਉਦੋਂ ਕਨਵਿੰਸ ਕਰ ਲਿਆ ਦਿਨੇਸ਼ ਨੇ ਕਿ ਚੱਲ ਪਹਿਲੀ ਫਿਲਮ ਹੈ, ਆਪਾਂ ਪਹਿਲੀ ਫਿਲਮ 'ਤੇ ਹੀ ਆਪਾਂ ਕੋਈ ਲੇਬਲ ਠੱਪਾ ਲਵਾ ਬੈਠਾਂਗੇ ਖਾਲਿਸਤਾਨੀਆਂ ਦਾ ਜਾਂ ਕੋਈ ਇਹੋ ਜਿਹਾ। ਸੋ ਉਹਦੇ ਨਾਲ ਚੰਗਾ ਕਿ ਆਪਾਂ ਇੱਕ ਪਹਿਲਾਂ ਇੱਕ ਕਮਰਸ਼ੀਅਲ ਫਿਲਮ ਕਰੀਏ, ਉਹ ਸਕਸੈਸਫੁਲ ਹੋਊਗੀ, ਉਸ ਤੋਂ ਬਾਅਦ ਜਿਹੜੀ ਤੂੰ ਕਰਨੀ ਚਾਹੁੰਦਾ ਕਹਾਣੀ, ਜਿਹੜੀ ਤੂੰ ਕਹਿਣੀ ਚਾਹੁੰਦਾ ਤੂੰ ਉਹ ਕਹਿ ਲਈ। ਸੋ ਮੈਂ ਸਮਹਾਉ ਕਨਵਿੰਸ ਹੋ ਗਿਆ ਅਤੇ ਮੈਨੂੰ ਲੱਗਾ ਕਿ ਚਲੋ ਇੱਥੋਂ ਹੱਥ ਖੋਲ੍ਹ ਲੈਂਦੇ ਹਾਂ, ਗੁਰਦਾਸ ਮਾਨ ਸਾਹਿਬ ਨੂੰ ਲੈ ਕੇ ਫਿਲਮ ਬਣਾਉਣੀ ਆ। ਅਤੇ ਮਤਲਬ ਉਦੋਂ ਲੱਗਦਾ ਹੁੰਦਾ ਸੀ ਕਿ ਗੁਰਦਾਸ ਮਾਨ ਸਾਹਿਬ ਇੰਨੇ ਵੱਡੇ ਸਟਾਰ ਨੇ ਅਤੇ ਫਿਲਮ 'ਤੇ ਜਿੰਨੇ ਕੁ ਪੈਸੇ ਲਾਵਾਂਗੇ ਪੂਰੇ ਹੋ ਹੀ ਜਾਣੇ ਆ। ਸੋ ਅਸੀਂ ਉਦੋਂ ਮੈਂ ਅਤੇ ਦਿਨੇਸ਼ ਨੇ ਆਪਣੀ ਸੇਵਿੰਗ ਕਰਕੇ ਜਲੰਧਰ ਦੇ ਵਿੱਚ ਹੀ, ਉੱਥੇ ਬੰਬੇ ਕੈਬਰੀ ਹੁੰਦੀ ਸੀ, ਉੱਥੇ ਅਸੀਂ ਇੱਕ ਦੋ ਪਲਾਟ ਵੀ ਲੈ ਰਹੇ ਸੀਗੇ ਕਿ ਇੱਥੇ ਹੁਣ ਆਪਾਂ ਥੋੜ੍ਹੇ ਥੋੜ੍ਹੇ ਘਰ ਵੀ ਬਣਾਵਾਂਗੇ 250-250 ਗਜ ਦੇ।
ਪਲਾਟ ਲੈ ਕੇ ਅਸੀਂ ਤੇ ਉਹ ਜਦੋਂ ਫਿਲਮ ਦਾ ਬਣਿਆ ਗੁਰਦਾਸ ਮਾਨ ਸਾਹਿਬ ਨਾਲ ਫਿਲਮ ਬਣਾਉਣੀ ਆ ਪਤਾ ਸੀ ਬਜਟ ਬਹੁਤ ਵੱਡੇ ਲੱਗਣੇ ਅਸੀਂ ਸਭ ਤੋਂ ਪਹਿਲਾਂ ਤਾਂ ਸਾਨੂੰ ਉਹ ਪਲਾਟ ਵੇਚਣੇ ਪਏ ਅਸੀਂ ਪਲਾਟ ਪਲੂਟ ਵੇਚ ਕੇ ਪੈਸੇ ਪੂਸੇ ਇਕੱਠੇ ਕਰਕੇ ਫਿਲਮ ਬਣਾਉਣੀ ਸ਼ੁਰੂ ਕਰਤੀ ਤੇ ਦਿਨੇਸ਼ ਨੂੰ ਪਤਾ ਸੀ ਵੀ ਹਾਂ ਮੇਰੇ ਅੰਦਰ ਐਕਟਿੰਗ ਵੀ ਮੈਂ ਕਰਨੀ ਚਾਹੁੰਦਾ ਪਰ ਨਾ ਤਾਂ ਮੈਂ ਕੋਈ ਮੇਰਾ ਸੀਗਾ ਐਕਸਪੀਰੀਅੰਸ ਐਕਟਿੰਗ ਦਾ ਨਾ ਮੈਂ ਕੋਈ ਥੀਏਟਰ ਕੀਤਾ ਥੀਏਟਰ ਵੀ ਮਾੜਾ ਜਿਹਾ ਨਾ ਮਾਤਰ ਖਾਲਸਾ ਕਾਲਜ ਵਿੱਚ ਇੱਕ ਛੋਟਾ ਜਿਹਾ ਮੈਂ ਪਲੇ ਦੇ ਵਿੱਚ ਇੱਕ ਪਾਰਟ ਲਿਆ ਸੀਗਾ ਸੋ ਓਵਰਆਲ ਮੇਰਾ ਕੋਈ ਐਕਸਪੀਰੀਅੰਸ ਸੀਗਾ ਨਹੀਂ ਤੇ ਬੰਬੇ ਵਿੱਚ ਜਦੋਂ ਅਸੀਂ ਜਾ ਕੇ ਫਿਲਮ ਦੀ ਪ੍ਰੋਡਕਸ਼ਨ ਸ਼ੁਰੂ ਕੀਤੀ ਤੇ ਮੈਂ ਉੱਥੇ ਐਕਟਿੰਗ ਦੀਆਂ ਕਲਾਸਿਸ ਜੁਆਇਨ ਕਰ ਲਈਆਂ ਦਿਨੇਸ਼ ਵੀ ਮੇਰੇ ਨਾਲ ਜਾਂਦਾ ਸੀ ਦਿਨੇਸ਼ 'ਚ ਵੀ ਸੀਗਾ ਕਿ ਚਲੋ ਮੈਨੂੰ ਵੀ ਸ਼ਾਇਦ ਕੋਈ ਨਾ ਕੋਈ ਰੋਲ ਮਿਲ ਜੂਗਾ ਸੋ ਨਹੀਂ ਨਾਲੇ ਇਸ ਗੱਲ ਦਾ ਤਾਂ ਹੁੰਦਾ ਹੀ ਆ ਵੀ ਆਪ ਪ੍ਰੋਡਿਊਸਰ ਆ ਮਨ ਚਾਹਿਆ ਰੋਲ ਲੈ ਲਵਾਂਗੇ ਲੈ ਲਵਾਂਗੇ ਐਗਜ਼ੈਕਟਲੀ ਮੈਨੂੰ ਵੀ ਇਹੀ ਸੀਗਾ ਤੇ ਉਹ ਜਦੋਂ ਫਾਈਨਲੀ ਇੱਕ ਕਰੈਕਟਰ ਮੈਂ ਉਸ ਸਕ੍ਰਿਪਟ ਦੇ ਵਿੱਚ ਆਈਡੈਂਟੀਫਾਈ ਕੀਤਾ ਕਿ ਯੈਸ ਆਈ ਕੈਨ ਪਲੇ ਐਂਡ ਆਈ ਕੈਨ ਜਸਟੀਫਾਈ ਦਿਸ ਕਰੈਕਟਰ ਤੇ ਉਹਦੇ ਲਈ ਜਦੋਂ ਮੈਂ ਆਪਣੇ ਡਾਇਰੈਕਟਰ ਨਾਲ ਗੱਲ ਕੀਤੀ ਉਹ ਬੜਾ ਹੈਰਾਨ ਹੋਇਆ ਕਹਿੰਦਾ ਸਰ ਸਾਹਿਬ ਤੁਸੀਂ ਤੁਸੀਂ ਐਕਟਿੰਗ ਕਰੋਗੇ ਤੁਸੀਂ ਕਿਉਂ ਐਕਟਿੰਗ ਕਰੋਗੇ ਮੈਂ ਮੈਂ ਕਿਉਂ ਨਹੀਂ ਕਰੂੰਗਾ ਕਹਿੰਦਾ ਨਹੀਂ ਨਹੀਂ ਤੁਸੀਂ ਪ੍ਰੋਡਿਊਸਰ ਹੋ ਨਾ ਤੁਸੀਂ ਮੇਰੇ ਬੌਸ ਹੋ ਮੈਂ ਆਪਣੇ ਬੌਸ ਕੋਲੋਂ ਐਕਟਿੰਗ ਕਰਵਾ ਹੀ ਨਹੀਂ ਸਕਦਾ ਰਿੰਪੀ ਵੱਡਾ ਤੇ ਛੋਟਾ ਪ੍ਰਿੰਸ ਪ੍ਰਿੰਸ ਵੀ ਸੀਗਾ ਪ੍ਰਿੰਸ ਕਹਿੰਦਾ ਯਾਰ ਵੀਰੇ ਆਪਾਂ ਆਡੀਸ਼ਨ ਲੈ ਲੈਂਦੇ ਹਾਂ ਕੁਲਜਿੰਦਰ ਭਾਜੀ ਦਾ ਆਡੀਸ਼ਨ ਲੈ ਲੈਂਦੇ ਹਾਂ ਮੈਂ ਕਿਹਾ ਹਾਂ ਹਾਂ ਬਿਲਕੁਲ ਲਓ ਮੇਰਾ ਆਡੀਸ਼ਨ ਮੈਂ ਬਿਲਕੁਲ ਤਿਆਰ ਹਾਂ ਫਿਲਮ ਬੰਦ ਕਰ ਦੂੰਗਾ ਮੈਂ ਵੀ ਬਤੌਰ ਪ੍ਰੋਡਿਊਸਰ ਮੈਂ ਕਹਿੰਦਾ ਕਰਨੀ ਕਰ ਦਿਓ ਮੈਂ ਐਕਚੁਲੀ ਮਿਸਿਜ ਮਾਨ ਕੋਲ ਚਲੇ ਗਿਆ ਮੈਂ ਕਿਹਾ ਜੀ ਮੈਂ ਇੱਦਾਂ ਫਿਲਮ 'ਚ ਇੱਕ ਛੋਟਾ ਜਿਹਾ ਪਾਰਟ ਕਰਨਾ ਚਾਹੁੰਦਾ ਸੀਗਾ ਅਤੇ ਇੱਦਾਂ ਮੇਰਾ ਡਾਇਰੈਕਟਰ ਮੰਨ ਨਹੀਂ ਰਿਹਾ ਸੋ ਮੈਂ ਆਪਣੇ ਰਿਪਲੇਸ ਕਰ ਦੂੰਗਾ ਜਾਂ ਫਿਲਮ ਬੰਦ ਕਰ ਦੂੰਗਾ ਉਹ ਕਹਿੰਦੇ ਡਾਇਰੈਕਟਰ ਤਾਂ ਰਿਪਲੇਸ ਨਹੀਂ ਹੋਣਾ ਫਿਲਮ ਬੰਦ ਕਰਨੀ ਕਰ ਦਿਓ ਤੁਸੀਂ ਅੱਛਾ ਤੇ ਉਦੋਂ ਸਾਡੇ ਮਤਲਬ 30-35 ਲੱਖ ਰੁਪਇਆ ਜਿਹੜਾ ਫਿਲਮ 'ਚ ਜਾ ਚੁੱਕਾ ਸੀ ਸਾਈਨਿੰਗਾਂ ਸੁਈਨਿੰਗਾਂ ਗੁਰਦਾਸ ਮਾਨ ਸਾਹਿਬ ਦੀ ਸਾਈਨਿੰਗ ਡੀ ਓ ਪੀ ਦੀ ਸਾਈਨਿੰਗ ਫਾਈਲ ਡਾਇਰੈਕਟਰ ਜੇ ਉਹ ਇਨੀਸ਼ੀਅਲ ਜਿਹੜੇ ਖਰਚੇ ਹੁੰਦੇ ਨਾ ਫਿਲਮ ਦੀ ਪ੍ਰੀ ਪ੍ਰੋਡਕਸ਼ਨ ਦੇ ਵਿੱਚ ਤੇ ਉਹ ਹੋ ਚੁੱਕੇ ਸੀਗੇ ਤੇ ਇਹ ਗੱਲਬਾਤ ਤੋਂ ਬਾਅਦ ਦਿਨੇਸ਼ ਮੇਰੇ ਨਾਲ ਸੀਗਾ ਤੇ ਮੈਡਮ ਨੇ ਵੀ ਸਮਝਾਇਆ ਕਿ ਨਹੀਂ ਤੁਸੀਂ ਕਿਉਂ ਮਤਲਬ ਇੱਦਾਂ ਦਾ ਜਿੱਦ ਨਾ ਕਰੋ ਇਹ ਫਿਲਮ ਨੂੰ ਤੁਸੀਂ ਜਿੱਦਾਂ ਡਾਇਰੈਕਟਰ ਚਾਹੁੰਦਾ ਉਹਦੀ ਵਿਲ ਦੇ ਹਿਸਾਬ ਨਾਲ ਬਣਾਓ ਸੋ ਉਸ ਤੋਂ ਬਾਅਦ ਜਿਹੜੇ ਹੋਰ ਵੀ ਫਿਲਮ ਦੇ ਵਿੱਚ ਪਾਰਟਨਰ ਸੀ ਉਹ ਸਾਰਿਆਂ ਨੇ ਰਲ ਕੇ ਮੈਨੂੰ ਮਨਾ ਲਿਆ ਕਿ ਤੂੰ ਛੱਡ ਪਰੇ ਰੋਲ ਅਤੇ ਫਿਲਮ ਬਣਾਈ ਆ ਆਪਾਂ ਸੋ ਅਲਟੀਮੇਟਲੀ ਮੈਨੂੰ ਆਈ ਹੈਡ ਟੂ ਗਿਵ ਅਪ ਉਹ ਮੈਨੂੰ ਆਪਣਾ ਉੱਥੇ ਜਿਹੜਾ ਡ੍ਰੀਮ ਸੀ ਐਕਟਿੰਗ ਕਰਨ ਦਾ ਉੱਥੇ ਮੈਨੂੰ ਛੱਡਣਾ ਪਿਆ ਸੋ ਫਿਲਮ ਬਣੀ ਮਿੰਨੀ ਪੰਜਾਬ ਪਰ ਉਹ ਜਿਹੜਾ ਖਾਬ ਸੀ ਐਕਟਰ ਬਣਨ ਦਾ ਉਹ ਉੱਥੇ ਖਤਮ ਨਹੀਂ ਹੋਇਆ ਮਤਲਬ ਜਿਹੜੀ ਉਹ ਇੱਕ ਮਨ ਦੇ ਵਿੱਚ ਹੈ ਸੀ ਚੀਜ਼ ਉਹ ਨੀਂਦ ਤੋਂ ਜਾਗਣ ਦਾ ਇੰਤਜ਼ਾਰ ਤੁਸੀਂ ਹਾਲੇ ਵੀ ਕਰ ਰਹੇ ਸੀ ਕਿ ਵੀ ਇਹ ਚੀਜ਼ ਹੁਣ ਕਿਉਂਕਿ ਰਿਜੈਕਸ਼ਨ ਹੋ ਚੁੱਕੀ ਸੀ ਇੱਕ ਐਕਟਰ ਦੇ ਤੌਰ ਦੇ ਉੱਤੇ ਤੁਸੀਂ ਆਡੀਸ਼ਨ ਦਿੱਤਾ ਉੱਥੇ ਤੁਹਾਡੇ ਚਾਂਸਿਸ ਹੈਗੇ ਸੀ ਕਿ ਜੇ ਪ੍ਰੋਡਿਊਸਰ ਖੁਦ ਹੈਗੇ ਆ ਹੁਣ ਕੌਣ ਨਾ ਕਰ ਸਕਦਾ ਪਰ ਉਹਦੇ ਨਾਲ ਇੱਕ ਜਿਹੜੀ ਆਪਣਾ ਅੰਦਰਲਾ ਹੁੰਦਾ ਉਹਨੂੰ ਵੀ ਸੱਟ ਵੱਜਦੀ ਆ ਜਿਹਨੂੰ ਸਵੈਮਾਨ ਕਹਿੰਦੇ ਆ ਕਿ ਦੱਸੋ ਜੇ ਆਪਣੀ ਫਿਲਮ 'ਚ ਹੀ ਨਹੀਂ ਕੰਮ ਕਰ ਸਕੇ ਤਾਂ ਬਾਹਰ ਕੌਣ ਰੋਲ ਦਊਗਾ ਫਿਰ ਬਾਹਰੋਂ ਰੋਲ ਆਇਆ ਜਾਂ ਫਿਰ ਅਗੇਨ ਆਪਣੇ ਲਈ ਇੱਕ ਵਾਰੀ ਹੋਰ ਕੋਸ਼ਿਸ਼ ਕਰਨੀ ਪਈ ਹਾਂ ਨਹੀਂ ਬਾਹਰੋਂ ਨਹੀਂ ਕੋਈ ਰੋਲ ਆਇਆ ਨਵਜੋਤ ਬਾਹਰੋਂ ਨਹੀਂ ਆਇਆ ਕੋਈ ਹਾਂਜੀ ਸੋ ਇਹ ਮੇਰੇ ਨਾਲ ਇਸ ਤਰ੍ਹਾਂ ਕਈ ਵਾਰ ਹੋਇਆ ਕਿ ਹੋਰ ਵੀ ਬਹੁਤ ਸਾਰੇ ਮਤਲਬ ਜਦੋਂ ਨਾ ਕਹਿੰਦੇ ਕਿ ਰੱਬ ਇੱਕ ਦਰਵਾਜ਼ਾ ਬੰਦ ਕਰਦਾ ਕਿਤੇ ਨਾ ਕਿਤੇ ਖਿੜਕੀ ਖੋਲ੍ਹ ਦਿੰਦਾ ਸੋ ਪਹਿਲਾਂ ਵੀ ਮੇਰੇ ਨਾਲ ਕਰੀਅਰ ਵਿੱਚ ਇੱਦਾਂ ਕਈ ਵਾਰ ਹੋ ਚੁੱਕਾ ਸੀ ਸੋ ਮੈਂ ਇਸ ਗੱਲ ਨੂੰ ਵੀ ਨਾ ਪੋਜ਼ੀਟਿਵਲੀ ਲਿਆ ਮੈਂ ਡਿਸਹਾਰਟਡ ਨਹੀਂ ਹੋਇਆ ਕਿ ਮਿੰਨੀ ਪੰਜਾਬ 'ਚ ਮੈਨੂੰ ਰੋਲ ਨਹੀਂ ਮਿਲਿਆ ਮੈਂ ਮਿੰਨੀ ਪੰਜਾਬ 'ਚ ਜਦੋਂ ਇੱਕ ਵਾਰੀ ਡਿਸੀਜਨ ਹੋ ਗਿਆ ਕਿ ਆਮ ਨੋਟ ਪਲੇਇੰਗ ਐਨੀ ਪਾਰਟ ਮੈਂ ਬਤੌਰ ਪ੍ਰੋਡਿਊਸਰ ਪੂਰਾ ਫੋਕਸ ਕਰਕੇ ਉਹ ਸਾਰੀ ਫਿਲਮ ਕੰਪਲੀਟ ਕੀਤੀ ਉੱਤੇ ਕੰਮ ਕੀਤਾ ਅਤੇ ਉਹਨੂੰ ਰਿਲੀਜ਼ ਕੀਤਾ ਰਿਲੀਜ਼ ਕਰਨ ਦੇ ਲਈ ਮੈਂ ਕੈਨੇਡਾ ਵੀ ਆਇਆ ਪੂਰੀ ਮਿਹਨਤ ਦੇ ਨਾਲ ਉਹ ਫਿਲਮ 'ਤੇ ਕੰਮ ਕਰਦੇ ਰਹੇ ਬਤੌਰ ਪ੍ਰੋਡਿਊਸਰ ਉਹ ਫਿਲਮ ਚੱਲੀ ਨਹੀਂ ਨੁਕਸਾਨ ਝੱਲਿਆ ਜਿਹੜੇ ਮੈਂ ਤੁਹਾਨੂੰ ਦੱਸਿਆ ਪਲਾਟ ਵੇਚ ਕੇ ਪੈਸੇ ਲਾਏ ਸੀ ਸਾਰੇ ਪੈਸੇ ਵੀ ਡੁੱਬ ਗਏ
ਸੋ ਅਸੀਂ ਮਤਲਬ ਕਾਫੀ ਫਾਈਨੈਂਸ਼ੀਅਲੀ ਲਾਸ ਸਾਨੂੰ ਹੋਇਆ ਤੇ ਇਹ 2009 ਦੀ ਗੱਲ ਹੈ। ਸੋ 2009 ਤੋਂ ਬਾਅਦ ਫਿਰ ਅਸੀਂ ਗੱਡੀ ਨੂੰ ਪਟੜੀ ਤੇ ਲਿਆਂਦਾ, ਮਿਹਨਤ ਕਰਕੇ ਫਿਰ 2-3 ਸਾਲ ਦੇ ਵਿੱਚ ਨਾ ਦੁਬਾਰਾ ਥੋੜਾ ਜਿਹਾ ਫਾਈਨੈਂਸ਼ੀਅਲੀ ਲੱਗਾ ਕਿ ਠੀਕ ਠਾਕ ਪੈਸੇ ਫਿਰ ਬਣ ਗਿਆ। ਸੋ ਚੁਆਇਸ ਸੀਗੀ ਕਿ ਜਾਂ ਫਿਰ ਹੁਣ ਘਰ ਬਣਾਈਏ ਆਪਣਾ ਕਿ ਜਾਂ ਫਿਰ ਇੱਕ ਹੋਰ ਫਿਲਮ ਬਣਾਈਏ ਜਾਂ ਫਿਰ ਕੀੜੇ ਨੇ ਉਸ ਸਲਵੱਟੇ ਲੈਣੇ ਸ਼ੁਰੂ ਕਰਤੇ ਫਿਰ। ਯੈਸ ਐਗਜ਼ੈਕਟਲੀ, ਫਿਰ ਰੈਸਟ ਹੋ ਗਈ ਜਾਂ ਹੁਣ ਫਿਰ ਉੱਠਿਆ ਜਾਏ। ਹਾਂ ਯੈਸ ਬਿਲਕੁਲ ਉਹੀ ਉਹੀ ਇਹੀ ਹੋਇਆ। ਤੇ ਫਿਰ ਮੈਂ ਦਿਨੇਸ਼ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਉਹ ਫਿਲਮ ਰਹਿ ਗਈ ਸੀ ਉਦੋਂ ਆਪਣੀ ਜਿਹੜੀ ਮੈਂ ਲਿਖੀ ਬੈਠਾ ਸੀਗਾ। ਅੱਛਾ, ਦਿਨੇਸ਼ ਕਹਿੰਦਾ ਯਾਰ ਤੂੰ ਹਟਣਾ ਨਹੀਂ। ਮੈਂ ਕਿਹਾ ਨਹੀਂ ਮੈਂ ਨਹੀਂ ਹਟਣਾ, ਮੈਂ ਕਰਨੀ। ਕਹਿੰਦਾ ਪੱਕਾ? ਮੈਂ ਕਿਹਾ ਹਾਂ ਕਰਨੀ ਹੈ। ਕਹਿੰਦਾ ਚੱਲ ਠੀਕ ਹੈ। ਫਿਰ ਫਾਈਨਲੀ ਦਿਨੇਸ਼ ਕਨਵਿੰਸ ਹੋ ਗਿਆ ਚੱਲ ਬਣਾ। ਫਿਰ ਅਸੀਂ 2012 ਦੇ ਵਿੱਚ ਉਸ ਫਿਲਮ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਉਹ ਫਿਲਮ ਜਿਹੜੀ ਸੀ ਫਿਰ 2013 'ਚ ਰਿਲੀਜ਼ ਹੋਈ। ਤੇ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ ਜੋ ਕੁਛ ਉਸ ਫਿਲਮ ਨਾਲ ਹੋਇਆ, ਜਿੰਨੀ ਸਟਰਗਲ ਉਹਨੂੰ ਰਿਲੀਜ਼ ਕਰ ਲਈ ਕਰਨੀ ਪਈ। ਐਂਡ ਉਸ ਤੋਂ ਬਾਅਦ ਜੋ ਮੈਨੂੰ ਬਤੌਰ ਮਾਨ ਸਨਮਾਨ ਮਿਲਿਆ ਐਕਟਰ ਦੇ ਤੌਰ ਤੇ, ਪ੍ਰੋਡਿਊਸਰ ਰਾਈਟਰ ਦੇ ਤੌਰ ਤੇ, ਮਤਲਬ ਅਨਬਲੀਵੇਬਲ ਸੀਗਾ। ਤੁਸੀਂ ਦੱਸਿਆ ਕਿ ਸਾਡਾ ਹੱਕ ਜਿਹੜੀ ਮੂਵੀ ਆ ਉਹ ਆ ਗਈ, ਮੂਵੀ ਵੀ ਵਿਵਾਦਾਂ ਦੇ ਵਿੱਚ ਘਿਰ ਗਈ ਉਸ ਤੋਂ ਬਾਅਦ। ਪਰ ਇੱਕ ਗੱਲ ਤਾਂ ਪੱਕੀ ਹੋ ਗਈ ਕਿ ਕੁਲਜਿੰਦਰ ਨੇ ਆਪਣੇ ਆਪ ਨੂੰ ਇੱਕ ਐਕਟਰ ਦੇ ਤੌਰ ਦੇ ਉੱਤੇ ਐਸਟੈਬਲਿਸ਼ ਕਰ ਦਿੱਤਾ। ਤੁਹਾਨੂੰ ਉਸ ਤੋਂ ਬਾਅਦ ਬੈਸਟ ਐਕਟਰ ਦਾ ਅਵਾਰਡ ਵੀ ਦਿੱਤਾ ਗਿਆ। ਇਹ ਗੱਲ ਬੜੀ ਸਪਸ਼ਟ ਹੋ ਗਈ ਕਿ ਜਿਹੜਾ ਕੁਲਜਿੰਦਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਵੀ ਮੈਂ ਕੁਝ ਕਰ ਸਕਦਾ, ਕੁਝ ਕਰ ਸਕਦਾ, ਆਪਣੀ ਪਛਾਣ ਬਣਾਉਣੀ ਚਾਹੁੰਦਾ, ਉਹ ਬਣਾਉਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਿਆ ਕੁਲਜਿੰਦਰ ਸਿੱਧੂ। ਕੁਲਜਿੰਦਰ ਉਸ ਵੇਲੇ ਹੌਸਲੇ ਕੀ ਕਹਿ ਰਹੇ ਸਨ? ਇਹ ਨਹੀਂ ਹੈ ਕਿ ਇੱਕ ਫਿਲਮ ਦੇ ਵਿੱਚ ਐਕਟਿੰਗ ਕੀਤੀ ਉਸ ਤੋਂ ਬਾਅਦ ਤੁਸੀਂ ਤਸੱਲੀ ਕਰਕੇ ਬੈਠ ਗਏ, ਜਾਂ ਉਸ ਚੀਜ਼ ਨੂੰ ਸਿਰਫ ਤੁਸੀਂ ਉਹਦਾ ਆਨੰਦ ਹੀ ਮਾਣ ਰਹੇ ਹੋ ਕਿ ਹਾਂ ਜੋ ਮੈਂ ਕਰਨਾ ਚਾਹੁੰਦਾ ਸੀ ਉਹ ਹੋ ਗਿਆ। ਪਰ ਉਸ ਤੋਂ ਬਾਅਦ ਜਿਹੜਾ ਹੌਸਲਾ ਆਇਆ, ਜਿਹੜਾ ਜਿਹੜੀ ਐਨਰਜੀ ਆਈ, ਹਾਊ ਵਾਜ਼ ਦੈਟ, ਜੇ ਤੁਸੀਂ ਥੋੜ੍ਹਾ ਜਿਹਾ ਐਕਸਪਲੇਨ ਕਰ ਸਕੋ। ਹਾਂਜੀ ਬਿਲਕੁਲ ਨਵਜੋਤ, ਉਸ ਵੇਲੇ ਤੱਕ ਜਿਹੜਾ ਮੇਰਾ ਡ੍ਰੀਮ ਸੀ ਜਾਂ ਇੱਕ ਬਹੁਤ ਵੱਡਾ ਖੁਆਬ ਸੀਗਾ ਜ਼ਿੰਦਗੀ ਦਾ, ਉਹ ਫਿਲਮ ਬਣਾਉਣੀ ਅਤੇ ਉਸ ਫਿਲਮ ਦੇ ਵਿੱਚ ਐਕਟ ਕਰਨਾ, ਉਸ ਫਿਲਮ ਨੂੰ ਲਿਖਣਾ, ਉਹ ਸਾਰਾ ਜਦੋਂ ਕੰਪਲੀਟ ਹੋ ਗਿਆ, ਪੂਰਾ ਹੋ ਗਿਆ, ਉਹਨੂੰ ਜਿਵੇਂ ਤੁਸੀਂ ਦੱਸਿਆ ਅਵਾਰਡ ਵੀ ਮਿਲਿਆ, ਮੈਨੂੰ ਬੈਸਟ ਐਕਟਰ ਦਾ ਅਵਾਰਡ ਵੀ ਮਿਲਿਆ, ਬੈਸਟ ਸਕਰੀਨ ਪਲੇ ਰਾਈਟਰ ਦਾ ਅਵਾਰਡ ਵੀ ਮਿਲਿਆ, ਫਿਲਮ ਨੂੰ ਵੀ 2 ਹੋਰ ਅਵਾਰਡ ਮਿਲੇ, ਟੋਟਲ 4 ਅਵਾਰਡ ਮਿਲੇ ਸੀਗੇ ਉਸ ਸਾਲ ਦੇ ਵਿੱਚ ਫਿਲਮ ਨੂੰ। ਸੋ ਉਸ ਵੇਲੇ ਤੱਕ ਓਨਾ ਹੀ ਗੋਲ ਸੀਗਾ ਉਸ ਫਿਲਮ ਤੱਕ ਹੀ, ਪਰ ਉਹ ਜਦੋਂ ਇੰਨੀ ਐਪਰੀਸ਼ੀਏਸ਼ਨ ਮਿਲੀ, ਇੰਨੀ ਇਨਕਰੇਜਮੈਂਟ ਮਿਲੀ, ਤਾਂ ਫਿਰ ਡੈਫੀਨੇਟਲੀ ਹੌਸਲੇ ਬਹੁਤ ਬੁਲੰਦ ਸੀਗੇ। ਫਿਰ ਲੱਗਾ ਕਿ ਹੋਰ ਵੀ ਅੱਗੇ ਕੰਮ ਕਰਨਾ ਚਾਹੀਦਾ। ਬਹੁਤ ਸਾਰੇ ਜਿਹੜੇ ਆਊਟਸਾਈਡ ਦੇ ਪ੍ਰੋਡਿਊਸਰ ਸੀਗੇ ਉਹਨਾਂ ਨੇ ਵੀ ਬਤੌਰ ਐਕਟਰ ਮੈਨੂੰ ਅਪਰੋਚ ਕਰਨਾ ਸ਼ੁਰੂ ਕਰਤਾ, ਫਿਲਮਾਂ ਦੀਆਂ ਆਫਰਜ਼ ਆਉਣੀਆਂ ਸ਼ੁਰੂ ਹੋ ਗਈਆਂ। ਸੋ ਉਹ ਸਾਰੇ ਦੇ ਵਿੱਚੋਂ ਮੈਨੂੰ ਲੱਗਾ ਕਿ ਮੈਨੂੰ ਹੁਣ ਇਸੇ ਲਾਈਨ ਦੇ ਵਿੱਚ ਆਪਣਾ ਅੱਗੇ ਪਰਸਿਊ ਕਰਨਾ ਚਾਹੀਦਾ, ਬਤੌਰ ਕਲਾਕਾਰ ਬਤੌਰ ਰਾਈਟਰ ਅੱਗੇ ਕੰਮ ਕਰਦੇ ਰਹਿਣਾ ਚਾਹੀਦਾ। ਸੋ ਉਸ ਤੋਂ ਬਾਅਦ ਫਿਰ ਨੈਕਸਟ ਫਿਲਮ ਅਸੀਂ ਆਪਣੀ ਟੀਮ ਦੇ ਨਾਲ ਹੀ ਦੁਬਾਰਾ, ਜਿਹੜੀ ਫਿਲਮ ਟੀਮ ਨੇ ਸਾਡਾ ਹੱਕ ਬਣਾਈ ਸੀ ਉਸੇ ਟੀਮ ਨਾਲ ਮਿਲ ਕੇ ਹੀ ਅਸੀਂ ਫਿਰ ਦੂਸਰੀ ਫਿਲਮ ਬਣਾਉਣ 'ਤੇ ਜੁੱਟ ਗਏ, ਯੋਧਾ ਫਿਲਮ ਜਿਹੜੀ 2014 'ਚ ਰਿਲੀਜ਼ ਹੋਈ ਸੀ। ਬਿਲਕੁਲ, ਯੋਧਾ ਆਈ, ਉਸ ਤੋਂ ਬਾਅਦ ਸ਼ਰੀਕ ਆਈ, ਪੰਜਾਬ ਸਿੰਘ ਰੀਸੈਂਟਲੀ, ਅਸੀਸ ਆਈ, ਡਾਕੂਆਂ ਦਾ ਮੁੰਡਾ, ਕਾਫੀ ਹੋਰ ਜਿਹੜੀਆਂ ਫਿਲਮਾਂ ਨੇ, ਪੋਸੀਬਲੀ ਤੁਸੀਂ ਹੁਣ ਵੀ ਫਿਲਮਾਂ ਦੇ ਵਿੱਚ ਰੁੱਝੇ ਹੋਗੇ। ਕੁਲਜਿੰਦਰ, ਇੱਕ ਮੈਂ ਹੋਰ, ਜੇ ਤੁਸੀਂ ਸਾਡੇ ਸੁਣਨ ਵਾਲਿਆਂ ਦੇ ਨਾਲ ਖੁੱਲ੍ਹ ਕੇ ਉਹ ਗੱਲ ਕਰ ਸਕੋ, ਕਈ ਵਾਰ ਇਹ ਹੁੰਦਾ ਕਿ ਚੈਲੰਜ ਕੋਈ ਬਾਹਰੋਂ ਆਉਂਦਾ ਤਾਂ ਤੁਸੀਂ ਬਹੁਤ ਡਟ ਕੇ ਖੜ੍ਹ ਜਾਂਦੇ ਹੋ। ਜਿਸ ਵੇਲੇ ਉਹ ਫਿਲਮ ਆਈ ਸੀ, ਉਸ ਵੇਲੇ ਫਿਲਮ ਬੈਨ ਹੋ ਗਈ, ਦੂਸਰੇ ਦਿਨ ਹੀ ਫਿਲਮ ਵਿਵਾਦਾਂ ਦੇ ਵਿੱਚ ਘਿਰ ਗਈ, ਬਹੁਤ ਕੁਝ ਹੋਇਆ, ਪਰ ਹੋਇਆ ਨਾਲ ਇਹ ਵੀ ਕਿ ਤੁਹਾਨੂੰ ਸਪੋਰਟ ਕਾਫੀ ਜ਼ਿਆਦਾ ਕਮਿਊਨਿਟੀ ਦੀ ਆਈ, ਕੁਝ ਲਾਈਕ ਮਾਈਂਡਡ ਲੋਕਾਂ ਦੀ ਵੀ ਆਈ। ਪਰ ਜਿਹੜਾ ਵਿਰੋਧ ਬਾਹਰੋਂ ਆਉਂਦਾ ਆ, ਕਿਤੋਂ ਵੀ ਆਉਂਦਾ ਆ, ਉਹਨੂੰ ਤੁਸੀਂ ਬਹੁਤ ਡਟ ਕੇ ਝੱਲ ਲੈਂਦੇ ਹੋ। ਹਰ ਇੱਕ ਇਨਸਾਨ ਦੇ ਲਈ ਇਹ ਸੌਖਾ ਹੈ, ਪਰ ਜਦੋਂ ਆਪਣਿਆਂ ਵੱਲੋਂ ਵਿਰੋਧ ਹੁੰਦਾ, ਚਾਹੇ ਉਹ ਆਪਣਾ ਪਰਿਵਾਰ ਹੈ ਜਾਂ ਉਹ ਆਪਣੀ ਕਮਿਊਨਿਟੀ ਹੈ, ਆਪਣੀ ਕੌਮ ਦੇ ਲੋਕ ਹੈਗੇ ਆ, ਮੈਨੂੰ ਉਹ ਦਿਨ ਵੀ ਖਿਆਲ ਦੇ ਵਿੱਚ ਆ ਰਹੇ ਆ ਕਿ ਕੁਝ ਤੁਹਾਨੂੰ ਇਹੋ ਜਿਹੀ ਕੰਟਰੋਵਰਸੀ ਦਾ ਵੀ ਸਾਹਮਣਾ ਕਰਨਾ ਪਿਆ, ਉਹਨੇ ਤੁਹਾਨੂੰ ਕਿਵੇਂ ਇੰਪੈਕਟ ਕੀਤਾ, ਆਪਣਿਆਂ ਵੱਲੋਂ ਆਪਣੇ ਦਾ ਹੀ ਵਿਰੋਧ ਹੋਣਾ? ਦੇਖੋ ਨਵਜੋਤ, ਉਹ ਪਾਰਟ ਆਫ ਗੇਮ ਸੀ, ਉਹ ਮੈਨੂੰ ਲੱਗਾ ਠੀਕ ਹੈ। ਜਿਹੜੇ ਵੀ ਲੋਕ ਵਿਰੋਧ ਵੀ ਕਰ ਰਹੇ ਸੀਗੇ ਉਹਨਾਂ 'ਤੇ ਮੈਂ ਜ਼ਿਆਦਾ ਫੋਕਸ ਨਾ ਕਰਕੇ, ਜਿਹੜੇ ਲੋਕਾਂ ਨੇ ਸਪੋਰਟ ਕੀਤੀ ਸੀ, ਜਿਹੜੇ ਲੋਕਾਂ ਨੇ ਨਾ ਪਿਆਰ ਕੀਤਾ ਸੀਗਾ, ਇੰਨਾ ਹੌਸਲਾ ਅਫਜਾਈ ਦਿੱਤੀ ਸੀ, ਉਹਨਾਂ 'ਤੇ ਜ਼ਿਆਦਾ ਫੋਕਸ ਸੀਗਾ। ਸੋ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਮੇਰਾ ਹੌਸਲਾ ਢਾਇਆ। ਹਾਂ, ਕਿਤੇ ਨਾ ਕਿਤੇ ਮਤਲਬ ਉਦੋਂ ਦਿਲ ਦੁੱਖਦਾ ਵੀ ਸੀ, ਫਰਸਟ੍ਰੇਸ਼ਨ ਹੁੰਦੀ ਸੀ ਉਹਨਾਂ ਦੀਆਂ ਗੱਲਾਂ ਦਾ, ਜੋ ਕੁਛ ਵੀ ਹੋ ਰਿਹਾ ਸੀ ਉਹਦਾ ਇੰਪੈਕਟ ਕਿਤੇ ਨਾ ਕਿਤੇ ਅਸਰ ਪੈਂਦਾ ਸੀਗਾ, ਬਟ ਮਾਮੂਲੀ ਜਿਹਾ ਮੈਂ ਕਹੂੰਗਾ, ਬੜਾ ਉਹ ਗੱਲਾਂ ਦਾ ਅਸਰ ਹੋਇਆ ਨਹੀਂ। ਸੋ ਮੈਂ ਪੋਜ਼ਿਟਿਵ ਹੀ ਰਿਹਾ। ਮੈਂ ਜ਼ਿੰਦਗੀ 'ਚ ਨਾ ਬਹੁਤ ਜ਼ਿਆਦਾ ਕਿਤਾਬਾਂ ਪੜ੍ਹਨ ਵਾਲਾ ਅਤੇ ਆਪਣੇ ਆਪ ਨੂੰ
पॉजिटिव फ्रेम ऑफ माइंड च रखने वाला बंदा। सो मैनू ये चीज़ा नैगेटिविटी जी ने लोगों के हौसला ढाने वाली गल् असर कर दी बहुत घट ने। सो किन्ना सौखा हुंदा लगातार पॉजिटिव रहना जां नैगेटिविटी तो बच जाना, इस गल ते भी एनर्जी लगती है, ये कोई सौखा हाँ। नहीं है, ये भी एक प्रैक्टिस का मसला है। बिल्कुल बिल्कुल 100% प्रैक्टिस है, एंड ये डेली करने वाली प्रैक्टिस है कि तुसी डेली कोई ना कोई किसी किताब के दो चार पन्ने ही पढ़ो जिहड़ी तुहानू इंस्पायर करती है, मोटीवेट करती है। सो मैं इहना किताबां नाल काफ़ी लगाव रहा, सो जां मैं हुण अजकल जिवें यूट्यूब ते बहुत कुछ मोटीवेशनल मिल जाता है, जिवें हुण तुहाडा शो भी अपने आप च एक बहुत मोटीवेशनल शो है, मैं तुहाडे शो नूं भी सुणदा हां, राणा रणवीर हुणां दी मैं इंटरव्यू भी तुहाडी सुनी। सो बहुत सारियां गल्लां लोकां दी जर्नी जिहड़े किसी ना किसी मुकाम ते पहुंचे हुए उहदे चों तुहानूं सिखण नूं मिलदियां ने। सो मैनूं लगदा इह करदे रहना चाहीदा, पढ़दे रहना चाहीदा, जां इहो जिहे प्रोग्राम देखदे रहना चाहीदा। ਬਲਜਿੰਦਰ ਸਿੱਧੂ ਆਪਣੀ ਪਛਾਣ ਬਣਾ ਚੁੱਕਾ, ਹੁਣ ਉਹਨੂੰ ਆਪਣੀ ਪਛਾਣ ਹੋ ਗਈ ਹੈ, ਜਿਹਦਾ ਉਹਨੂੰ ਲੱਗਦਾ ਸੀ ਕਿ ਜਦੋਂ ਜਲੰਧਰ ਪਹੁੰਚਿਆ ਕਿ ਵੀ ਆਪਣੀ ਪਛਾਣ ਬਣਾਉਣੀ ਹੈ। ਕੀ ਪਛਾਣ ਹੈ? ਜਰਨੀ ਅਜੇ ਜਰਨੀ ਔਨ ਹੈ ਜੀ, ਅਜੇ ਜਾਰੀ ਹੈ। ਅਜੇ ਤਾਂ ਮੈਨੂੰ ਲੱਗਦਾ ਕਿ ਮਤਲਬ ਇਟਸ ਜਸਟ ਅ ਟਿਪ ਆਫ ਦਾ ਆਈਸਬਰਗ, ਮੈਨੂੰ ਹੁਣ ਆਪਣੇ ਆਪ ਤੇ ਲੱਗਦਾ ਕਿ ਬਹੁਤ ਜ਼ਿਆਦਾ ਅਜੇ ਪੋਟੈਂਸ਼ੀਅਲ ਹੈ, ਬਹੁਤ ਕੁਛ ਮੈਂ ਕਰ ਸਕਦਾ ਅਜੇ, ਮਤਲਬ ਅਜੇ ਤਾਂ ਸਟਾਰਟ ਹੋਈ ਹੈ, ਅਜੇ ਅਪਰਚੁਨਿਟੀਜ਼ ਜਿੰਨੀਆਂ ਹੋਣੀਆਂ ਚਾਹੀਦੀਆਂ ਉਸ ਤੋਂ ਘੱਟ ਮੈਨੂੰ ਲੱਗਦੀਆਂ। ਮੈਨੂੰ ਲੱਗਦਾ ਕਿ ਮੈਨੂੰ ਅਜੇ ਇੰਡਸਟਰੀ ਇੰਨਾ ਜ਼ਿਆਦਾ ਐਕਸਪਲੋਰ ਨਹੀਂ ਕਰ ਰਹੀ। ਸੋ ਮੈਂ ਖੁਦ ਹੁਣ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਆਊਗਾ ਕਾਫੀ ਕੁਛ, ਐਂਡ ਖੁਦ ਮੈਂ ਆਪਣੇ ਆਪ ਨੂੰ ਦੁਬਾਰਾ ਤੋਂ ਐਕਸਪਲੋਰ ਕਰ ਰਿਹਾ। ਮੈਂ ਕਾਫੀ ਟਾਈਮ ਵਿੱਚ ਬੋਂਬੇ ਵੀ ਲਾਇਆ, ਸੋ ਉੱਥੇ ਵੀ ਮੇਰੀ ਅੱਛੀ ਖਾਸੀ ਲਰਨਿੰਗ ਹੋਈ। ਬੋਂਬੇ ਵਿੱਚ ਕੁਛ ਮੈਂ ਹਿੰਦੀ ਫਿਲਮਾਂ ਦੇ ਵਿੱਚ ਕੰਮ ਵੀ ਕੀਤਾ, ਸੋ ਉਹ ਔਨਲਾਈਨ ਪਲੇਟਫਾਰਮਸ ਦੇ ਉੱਪਰ ਪਈਆਂ ਵੀ ਹੋਈਆਂ ਨੇ। ਸੋ ਮੈਨੂੰ ਲੱਗਦਾ ਹੈ ਕਿ ਅਜੇ ਮੈਂ ਨਹੀਂ ਸਮਝਦਾ ਕਿ ਮੈਂ ਬਹੁਤ ਕੋਈ ਮੁਕਾਮ ਹਾਸਲ ਕਰ ਲਿਆ। ਤੁਸੀਂ ਮੇਰੀ ਹੌਸਲਾ ਅਫਜਾਈ ਕਰ ਰਹੇ ਹੋ, ਮਾਣ ਦੇ ਰਹੇ ਹੋ ਕਿ ਇੰਨੇ ਵਧੀਆ ਇੰਨੇ ਇੰਪੋਰਟੈਂਟ ਪ੍ਰੋਗਰਾਮ ਦੇ ਵਿੱਚ ਤੁਸੀਂ ਮਾਈ ਮੋਟੀਵੇਸ਼ਨਲ ਮੰਡੇ ਦੇ ਵਿੱਚ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ। ਜਿੰਨਾ ਕੁ ਮੈਂ ਥੋੜ੍ਹਾ ਬਹੁਤ ਅਚੀਵ ਕੀਤਾ ਵਾ ਉਹ ਠੀਕ ਹੈ, ਰੱਬ ਦੀ ਮਿਹਰ ਹੈ, ਥੋੜ੍ਹੀ ਬਹੁਤੀ ਮਿਹਨਤ ਕੀਤੀ ਹੈ ਅਤੇ ਕਿਤੇ ਪਹੁੰਚੇ ਹਾਂ। ਸੋ ਮੈਨੂੰ ਲੱਗਦਾ ਬਹੁਤ ਲੋਕ ਨੇ ਜਿਹੜੇ ਸਟਰਗਲ ਕਰਦੇ ਨੇ, ਪਰ ਕਈ ਵਾਰ ਲੱਕ ਉਹਨਾਂ ਦਾ ਸਾਥ ਨਹੀਂ ਦਿੰਦਾ, ਪਰ ਲੱਗੇ ਰਹਿਣਾ ਚਾਹੀਦਾ, ਤੁਹਾਡਾ ਸਮਾਂ ਆ ਹੀ ਜਾਂਦਾ ਅਲਟੀਮੇਟਲੀ ਨਾ। ਸੋ ਮੈਂ ਵੀ ਮੇਰਾ ਵੀ ਸਮਾਂ ਐਡਾ ਸੌਖਾ ਨਹੀਂ ਆਇਆ, 10-12 ਸਾਲ ਲੱਗ ਗਏ, ਮੈਨੂੰ ਵੀ ਲੱਗਿਆ ਰਿਹਾ ਅਲਟੀਮੇਟਲੀ ਜੋ ਕੰਮ ਕਰਨਾ ਸੀ ਉਹ ਫਿਰ ਕੀਤਾ। 2002 ਤੋਂ ਇੱਕ ਸੁਪਨਾ ਸੀ, 2012 'ਚ ਜਾ ਕੇ ਉਹ ਕੀਤਾ ਅਤੇ ਉਸ ਤੋਂ ਬਾਅਦ ਲਾਈਫ ਚੇਂਜ ਹੋਈ। ਕੁਲਜਿੰਦਰ, ਰਿਜੈਕਸ਼ਨਸ ਜਿਹੜੀਆਂ ਆ, ਚੈਲੇਂਜਸ ਆ, ਉਹ ਲਾਈਫ ਦਾ ਪਾਰਟ ਜ਼ਰੂਰ ਹੈਗੇ ਆ। ਜਦੋਂ ਫਿਲਮ ਇੰਡਸਟਰੀ ਦੇ ਵਿੱਚ ਬੰਦਾ ਚਲੇ ਜਾਂਦਾ, ਬਹੁਤ ਸਾਰੀਆਂ ਕਹਾਣੀਆਂ, ਕਈ ਲੋਕ ਕਹਿੰਦੇ ਕਿ ਵੀ ਅਸੀਂ ਪੰਜਾਬ ਛੱਡ ਕੇ ਬੰਬੇ ਚਲੇ ਗਏ, ਅਸੀਂ ਡਟੇ ਰਹੇ, ਅਸੀਂ ਕਾਮਯਾਬ ਹੋ ਗਏ। ਉਹਦੇ ਵਿੱਚ ਕਈ ਜਿਹੜੀਆਂ ਕਹਾਣੀਆਂ ਨੇ, ਕੰਪਰੋਮਾਈਜ਼ ਦੀਆਂ ਕਹਾਣੀਆਂ ਲੋਕ ਬਹੁਤ ਸੁਣਾਉਂਦੇ ਆ ਕਿ ਸਾਨੂੰ ਕਈ ਤਰ੍ਹਾਂ ਦੇ ਕੰਪਰੋਮਾਈਜ਼ ਕਰਨੇ ਪਏ। ਹੁਣ ਸਾਡਾ ਹੱਕ ਜਿਹੜੀ ਫਿਲਮ ਸੀ, ਉਹ ਇੱਕ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਫਿਲਮ ਸੀ, ਲੀ ਤੋਂ ਹਟ ਕੇ ਫਿਲਮ ਸੀ। ਤੁਹਾਡੀ ਜਿਹੜੀ ਅਪੀਅਰੈਂਸ ਸੀ ਉਹਦੇ ਵਿੱਚ ਕੋਈ ਬਤੌਰ ਹੀਰੋ ਵਰਗੀ ਨਹੀਂ ਸੀ ਕਿ ਜਿਹੋ ਜਿਹੇ ਟਿਪੀਕਲ ਬਾਲੀਵੁੱਡ ਦੇ ਵਿੱਚ ਹੀਰੋ ਹੁੰਦੇ ਹੈਗੇ ਆ। ਇੱਕ ਉਹ ਇਮੇਜ ਬਣਾ ਕੇ ਪੇਸ਼ ਕਰ ਦੇਣੀ, ਫਿਰ ਉਹ ਪੱਕੇ ਤੌਰ ਦੇ ਉੱਤੇ ਅਸਟੈਬਲਿਸ਼ ਹੋਣ ਦਾ ਵੀ ਉਹ ਡਰ ਰਹਿੰਦਾ ਕਿ ਵੀ ਮੈਂ ਇਹੋ ਜਿਹਾ ਚਿਹਰਾ ਮੋਹਰਾ ਬਣਾ ਕੇ ਪੇਸ਼ ਕੀਤਾ, ਹੁਣ ਉਸ ਇਮੇਜ ਨੂੰ ਬ੍ਰੇਕ ਵੀ ਕਰਨਾ। ਕਈ ਵਾਰ ਉਸ ਰੋਲ ਦੇ ਵਿੱਚ ਟਾਈਪ ਹੋ ਕੇ ਜਾਂ ਉਹਦੇ ਬਾਕਸ ਦੇ ਵਿੱਚ ਲੋਕ ਕੈਦ ਹੋ ਕੇ ਰਹਿ ਜਾਂਦੇ ਆ। ਥੋੜ੍ਹਾ ਜਿਹਾ ਜੇ ਤੁਸੀਂ ਇਹਦੇ ਬਾਰੇ ਬਿਆਨ ਕਰ ਸਕੋ, ਸਾਡੇ ਸੁਣਨ ਵਾਲਿਆਂ ਦੇ ਨਾਲ ਖੁੱਲ੍ਹ ਕੇ ਇਹ ਜਿਹੀ ਗੱਲ ਕਰ ਸਕੋ ਕਿ ਤੁਹਾਡੇ ਮਨ ਦੇ ਵਿੱਚ ਵੀ ਕੋਈ ਇਹੋ ਜਿਹੇ ਫੀਅਰਸ ਹੈਗੇ ਸੀ ਕਿ ਜੇ ਮੈਂ ਬਤੌਰ ਐਨ ਐਕਟਰ ਇਹੋ ਜਿਹੀ ਅਪੀਅਰੈਂਸ ਦੇ ਤੌਰ ਦੇ ਉੱਤੇ ਆਉਣਾ ਤਾਂ ਇਹ ਨਾ ਹੋਵੇ ਕਿਤੇ ਆਉਂਦੇ ਸਮੇਂ ਲਈ ਮੇਰੇ ਲਈ ਫਿਲਮਾਂ ਲਈ ਰਾਹ ਹੀ ਬੰਦ ਹੋ ਜਾਣ। ਨਵਜੋਤ, ਤੁਸੀਂ ਤਾਂ ਮੈਨੂੰ ਜਾਣਦੇ ਹੋ ਜਰਨਲਿਜ਼ਮ ਬੇਸ ਤੋਂ, ਮੇਰਾ ਇਹੀ ਹੇਅਰ ਸਟਾਈਲ ਜਾਂ ਇੱਦਾਂ ਦਾ ਹੀ, ਮੈਂ ਕਟਿੰਗ ਵਾਲਾ ਹੀ ਸੀਗਾ, ਮਤਲਬ ਕੇਸ ਮੈਂ ਜਾਂ ਵਾਲ ਮੈਂ ਰੱਖੇ ਸੀਗੇ ਉਸ ਫਿਲਮ ਕਰਨ ਲਈ। ਉਸ ਫਿਲਮ ਦੇ ਲਈ ਇੱਕ ਗੈਟਅਪ ਲਿਆ ਸੀਗਾ, ਉਹ ਕਰੈਕਟਰ ਨੂੰ ਪਲੇ ਕਰਨ ਦੇ ਲਈ, ਮੈਂ ਉਹ ਲੁੱਕ ਲਈ, ਅਤੇ ਜਦੋਂ ਉਸ ਲੁੱਕ ਦੇ ਨਾਲ ਮੈਂ ਲੋਕਾਂ ਦੇ ਸਾਹਮਣੇ ਇੱਕ ਫਿਲਮ ਦੇ ਵਿੱਚ ਆਇਆ, ਲੋਕਾਂ ਨੂੰ ਲੱਗਾ ਕਿ ਬੰਦਾ ਹੀ ਇਹੀ ਹੈ, ਅਸਲ 'ਚ ਹੀ ਇਹ ਬੰਦਾ ਸ਼ਾਇਦ ਇੱਦਾਂ ਦਾ ਹੀ ਹੋਊਗਾ। ਸੋ ਲੋਕਾਂ ਨੇ ਮੈਨੂੰ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਟੋਟਲੀ ਟਾਈਪ ਕਾਸਟ ਕਰ ਲਿਆ ਕਿ ਇਹ ਬੰਦਾ ਤਾਂ ਸਾਬਤ ਸੂਰਤ ਸਿੱਖ ਅਤੇ ਸ਼ਾਇਦ ਅੰਮ੍ਰਿਤਧਾਰੀ ਸਿੰਘ ਹੀ ਆ। ਹਾਲਾਂਕਿ ਲੋਕਾਂ ਨੇ ਉਸ ਫਿਲਮ ਦੇ ਵਿੱਚ ਇਹ ਵੀ ਨੋਟਿਸ ਨਹੀਂ ਕੀਤਾ, ਇਗਨੋਰ ਹੀ ਕਰਤਾ। ਇੱਕ ਗਾਣਾ ਮੈਂ ਗਾਇਆ ਸੀ, ਉਹ ਸਾਰੀ ਫਿਲਮ ਸ਼ੂਟ ਕਰਨ ਤੋਂ ਬਾਅਦ ਦਾੜੀ ਦੂੜੀ ਕੱਟ ਕੇ ਛੋਟਾ ਜਿਹਾ ਉਹਦੇ ਯੰਗ ਡੇਜ਼ ਦਿਖਾਉਣੇ ਸੀ, ਜਦੋਂ ਉਹਦਾ ਹਾਕੀ ਖੇਡਦਾ ਸੀ ਜਾਂ ਉਹਦਾ ਰੋਮਾਂਸ ਚੱਲਦਾ ਹੁੰਦਾ ਸੀਗਾ, ਉਹ ਲੁੱਕ ਨੂੰ ਇਗਨੋਰ ਹੀ ਕਰਤਾ ਲੋਕਾਂ ਨੇ। ਐਂਡ ਉਸ ਤੋਂ ਬਾਅਦ ਜਦੋਂ ਫਿਲਮ ਚੱਲ ਗਈ ਅਤੇ ਉਸ ਤੋਂ ਬਾਅਦ ਮੇਰਾ ਉਸ ਲੁੱਕ ਦੇ ਵਿੱਚੋਂ ਬਾਹਰ ਆਉਣਾ ਇੱਕ ਬਹੁਤ ਵੱਡਾ ਚੈਲੰਜ ਸੀਗਾ,
क्योंकि मैं मैनू सारे मेरे बहुत सारे वैलविशर सारे तो नहीं मैं कहूँगा मतलब 90% मेरे वैलविशर कहते कि तू हूँ यही लुक दे विच रह ये तेरी लुक एक्सैप्ट की ऑडियंस ने तू ऐसे लुक्स में ही फिल्म करी जा थोड़ी बहुत दाढ़ी बड़ी छोटी करता रही बट तू हूँ इस लुक च रह पगड़ी दे विच ही रह के तू काम कर बतौर सिख एक्टर ही काम कर मैनू लगा कि मैं तो यार एक करैक्टर प्ले कर लियो एक गैटअप लिया सो कुदरती तौर पर दूसरी फिल्म की स्क्रिप्ट भी जी असी फाइनल की योधा की ओद भी मतलब वो कहानी इदा की सी कि एक एन आर आई मुंडा जरा बहरों आया तो कि ट्रांसफॉर्मेशन होंगी है सो ओद ही मेरी ये वाली लुक बहर आई तो लोगों को बड़ा शौक लगा लोगों लगा कि खास तौर पर सिख कम्यूनिटी के यार ये बंदा तो गदारी कर गया हीरो बनने लिए इन्हें वाल कटाते आ जा ये वो बहुत तरह की मैं उदो नैगटिविटी चलनी पी तो मेरे लिए सगा कि एक्टर जोड़ा वा वो एक पानी वाग होना चाहिए जोड़ा रंग पाओ उस रंग का हो जाए सो मैं वो गल की परवाह नहीं की मैं लगा कि नहीं मैं मेरी जर्नी कोई होर है सो मैं सिर्फ ये कि अपने करियर मतलब बहुत सारे लोग अजे भी कहते हैं कि जो तू उस लुक च रहा शायद तेरा ज़्यादा करियर फलरिश करता पर मैनू जो अंदरों आवाज आ रही थी कि मैं सिर्फ वो गुरबाणी भी कहते ना रोटियां कारण पूरे ताल सो मैनू लगता सी कि ये नहीं कि हुण इसे लुक च ही मैं काम करी जा सो जो मैं ओरिजिनल सीगा मैनू लगा मैनू अपनी ओरिजिनैलिटी छड़नी चाहिए जिहो जिहा मैं हैगा उहो जिहा जे लोग एक्सैप्ट करनगे ठीक है नहीं करनगे तां वी ठीक है सो इस करके मैं योधा च भी वो दोनों लुक्स दिखाइया शरीक ज उस तो बाद सारिया बाद फिल्म जिदा तुम दसिया पंजाब सिंह ज आने वाले समय से भी डिफ दोनों लुक्स में मेरिया फिल्म आ रही ने सो मैं एक एक्टर के तौर पर बिल्कुल ये चाहता सी कि मैं टाइपकास्ट ना हो पर तुसी उन ब्रेक करने विच कामयाब हो गए इस चीज़ के लिए भी तुसी वधाई दे हकदार हैगे हो असीस दे विच जिहड़ा रोल सी ओह भी तुहाडा डिफरेंट तरह का सी उस तो पहला शरीक दे विच पेश होए ओह भी बहुत वक्री तरह का चैलेंजिंग रोल सीगा हुण कुछ गल्लां करनियां कि जदों हुण तुहाडी स्टोरी साडे सुणन वाले सुन रहे आ बहुत सारे नौजवान मुंडे होणगे जिन्हां दे मनां दे विच इह इस तरह के ख्वाब हुंदे आ कि भी मैं भी कुछ इस तरह का करना चाहना एक्टर जिहड़े आ अक्सर ओह नौजवानों के लिए रोल मॉडल बन जाते हैं पर हो सकता है उन्होंने मन के यही चीज़ है कि मैं भी थोड़ा जहा शाई किस्म की मेरी नेचर है ज मैनू चांस नहीं मिल रहा ज मैनू रिजैक्शन हो गई है हूँ जो थानू सुन रहे हो लगेगा कि तो बहुत सारिया आम जी चीज़ा आ यह सारिया के नाल होंदिया होंदिया पर एक जी पिछे कहानी लुकी होंगी है कि यह बंदा अपने आप को निखारन के लिए अपने आप को इंप्रूव करन के लिए की कर रहा है कितना समा ला रहा है कितनी इन्वेस्टमेंट कर रहा है चाहे वह टाइम के रूप के है ज पैसे के रूप के है ज एनर्जी के रूप के है वो दस सकोगे हाँ ये तुसी बहुत ही इंपोर्टेंट गल की नवजोत क्योंकि सक्सैस तो हर कोई चाहता हर कोई चाहता कामयाब होना अपने सपने पूरे करना चाहता पर पिछे जी मेहनत है पिछे जड़ा वो हासिल करने दे लई जो तुहानू देना पैंदा है जिहड़ी शिद्दत दे नाल तुहानू काम करना पैंदा अपने उत्ते मेहनत करके मतलब कई साल लग जांदे आ तुहानू अपने हुनर नू तलाश के ते तुसी फिर किते जाके किते तुहानू रेकग्निशन मिलदी आ सो वो जिहड़ी स्ट्रगल वो हार्डवर्क वाली जिहड़ी जर्नी हुंदी आ लोकी उहनू स्किप करके सीधा रिवार्ड दे उत्ते जंप करना चाहुंदे हुंदे मोस्टली मैं भी ये देखिया अपनी जिंदगी पर इदां कदे नहीं हुंदा तुहानू वो जर्नी जिहड़ी है दुखां तकलीफां नाल भरी होई ते मतलब बहुत सारे फेलीयर आते हैं उस रस्ते दे विच बहुत सारे सैटबैक्स लगते हैं लोग तरह मजाक भी उड़ाते हैं लोग तुहानू डिसकरेज करते हैं सो वो सारे रस्तियां दे विचों निकल के ही तुसी सक्सैस तक पहुँचते हो मैं आप अपनी जर्नी दे विच देखिया कोई भी समूथ नहीं सी मेरे लिए कि मैं बस बैक टू बैक बहुत सारे लोगों नू तां यही लगा जदों पहली मैं फिल्म बतौर प्रोड्यूसर बनाई कि पता नहीं अमीर घर का मुंडा होना शायद इन्हें कितने बापू के पैसे लैके फिल्म बनाती बट असल में तो तुम जानते हो ना कि मैं तो मतलब बहुत ही साधारण जे परिवार तो सी फाइनैशियली तो बहुत ही स्ट्रगल चलती होंगी सी क्योंकि फादर साहब न जिदा मैं दसिया पंजाबी अखबार वाले सैलरी सुलरी देंदे नहीं सी सो मदर मेरे गवर्नमेंट टीचर से उन्होंने सैलरी से ही असी पढ़ पुढ़ के जड़े हुए तो जदों मास कम्यूनीकेशन पूरी भी हुई उदों भी हौसला नहीं सी कि घरद्या को पैसे मंगण का क्योंकि पता हों कि पैसे घरद्या को अपने तो वड्डे एक्टर तजर्बे उमर उमर उस वेले
ਜਿਹੜੇ ਹੌਸਲੇ ਆ ਹੁਣ ਵੀ ਕਦੇ ਕਦੇ ਢਹਿ ਜਾਂਦੇ ਆ ਜਾਂ ਹੁਣ ਲੱਗਦਾ ਕਿ ਨਹੀਂ ਹੁਣ ਪੂਰੀ ਤਰ੍ਹਾਂ ਲੀਹ ਤੇ ਆ ਗੱਡੀ? ਉਲਟਾ ਹੁੰਦਾ ਮੇਰੇ ਨਾਲ ਨਾ, ਉਲਟਾ ਹੋ ਜਾਂਦਾ ਕਿਵੇਂ? ਮੈਂ ਮਤਲਬ ਇੰਨਾ ਮੇਰੇ ਅੰਦਰ ਕੌਨਫੀਡੈਂਸ ਇੰਨਾ ਭਰਿਆ ਹੁੰਦਾ ਜਦੋਂ ਮੈਂ ਸੈੱਟ ਦੇ ਉੱਤੇ ਜਾਂਦਾ, ਜਦੋਂ ਕੈਮਰਾਜ਼ ਔਨ ਹੁੰਦੇ ਨਾ ਮੇਰੇ ਸਾਹਮਣੇ ਵੱਡੇ ਵੱਡੇ ਐਕਟਰ ਜਿਹੜੇ ਖੜੇ ਹੁੰਦੇ ਆ, ਉਲਟਾ ਉਹ ਨਰਵਸ ਹੋ ਜਾਂਦੇ ਆ। ਇਹ ਚੀਜ਼ ਮੈਂ ਨੋਟਿਸ ਕੀਤੀ ਆ। ਹਾਂ ਸੱਚੀ ਮੈਂ ਹੈਰਾਨ, ਮੈਂ ਕਿਹਾ ਯਾਰ ਮਤਲਬ ਰੀਅਲੀ ਮੇਰੇ ਨਾਲ ਦੋ ਤਿੰਨ ਵਾਰੀ ਐਕਸਪੀਰੀਅੰਸ ਹੋਇਆ ਨਵਜੋਤ, ਐਂਡ ਉਹ ਮੈਨੂੰ ਮੈਂ ਫਿਰ ਮਤਲਬ ਰੱਬ ਦਾ ਸ਼ੁਕਰ ਕਰਦਾ ਹੁੰਦਾ ਕਿ ਮੈਂ ਕਦੀ ਨਹੀਂ, ਕੋਈ ਵੀ ਮੇਰੇ ਸਾਹਮਣੇ ਜਿਹੜਾ ਮਰਜ਼ੀ ਖੜਾ ਹੋਵੇ ਮੈਂ ਕਦੀ ਨਹੀਂ ਉਹਨੂੰ ਮਤਲਬ ਹਾਵੀ ਹੋਣ ਦਿੱਤਾ ਦਿਮਾਗ ਦੇ ਉੱਪਰ, ਤੇ ਨਾ ਹੀ ਉਸ ਟਾਈਮ ਉਸ ਮੌਕੇ ਦੇ ਉੱਤੇ। ਉਲਟਾ ਉਹਨਾਂ ਨੂੰ ਕਈ ਵਾਰ ਲੱਗਦਾ ਵੀ ਇਹ ਤਾਂ ਛਾਈ ਜਾਂਦਾ ਯਾਰ। ਅੱਛਾ ਉਹ ਮੈਂ ਉਹ ਨੋਟਿਸ ਇਹ ਗੱਲ ਕੀਤੀ ਹੈ ਕਿ ਯਾਰ ਅੱਛਾ ਹਾਂ ਇਹ ਮਤਲਬ ਗੋਡ ਵੱਲੋਂ ਹੀ ਕਹਿ ਲਓ ਕਿ ਹੁਣ ਕੌਨਫੀਡੈਂਸ ਬਹੁਤ ਹੈ ਵਾਹਿਗੁਰੂ ਦੀ ਕਿਰਪਾ ਨਾਲ। That's very good, very good. ਅਸਲ ਦੇ ਵਿੱਚ ਜਿਹੜਾ ਇੱਕ ਤੁਹਾਡਾ ਡ੍ਰੀਮ ਪ੍ਰੋਜੈਕਟ ਸੀ ਜਿਹਦੇ ਕਰਕੇ ਤੁਹਾਨੂੰ ਲੱਗਦਾ ਸੀ ਕਿ ਕੋਈ ਫਿਲਮ ਬਣਾਵਾਂ, ਜਿਹੜਾ ਮੇਰਾ ਆਈਡੀਆ ਹੈ ਮੈਂ ਉਹ ਪੇਸ਼ ਕਰਾਂ, ਉਹ ਤਾਂ ਚਲੋ ਸਾਡਾ ਹੱਕ ਦੇ ਵਿੱਚ ਜਦੋਂ ਤੁਸੀਂ ਉਹ ਪ੍ਰੋਡਕਸ਼ਨ ਕਰ ਲਈ, ਉਹ ਚੀਜ਼ ਬਣਾ ਕੇ ਪੇਸ਼ ਕਰ ਦਿੱਤੀ, ਤੁਹਾਡੀ ਰੂਹ ਨੂੰ ਜ਼ਰੂਰ ਉਸ ਚੀਜ਼ ਦਾ ਸਕੂਨ ਮਿਲਿਆ ਹੋਏਗਾ। ਹਾਲੇ ਵੀ ਮਨ ਦੇ ਵਿੱਚ ਕੋਈ ਇਹੋ ਜਿਹੀਆਂ ਇਹੋ ਜਿਹੇ ਕੌਨਸੈਪਟ ਹੈਗੇ ਆ, ਇਹੋ ਜਿਹੇ ਆਈਡੀਆਜ਼ ਹੈਗੇ ਆ ਜਿਹੜੇ ਲੱਗਦੇ ਆ ਕਿ ਵੀ ਹਾਂ ਇਹ ਮੇਰੇ ਡ੍ਰੀਮਸ ਹੈਗੇ ਆ, ਇਸ ਇਹਨਾਂ ਇਸ਼ੂਜ਼ ਦੇ ਉੱਤੇ ਮੂਵੀ ਜ਼ਰੂਰ ਬਣਨੀ ਚਾਹੀਦੀ ਹੈ ਤੇ ਮੈਂ ਇੱਕ ਦਿਨ ਬਣਾਉਂਗਾ? ਹਾਂਜੀ ਨਵਜੋਤ, ਬਹੁਤ ਸਾਰੀਆਂ ਨੇ ਹੁਣ ਮੇਰੀਆਂ ਪਲੈਨਿੰਗ, ਬਹੁਤ ਸਾਰੀਆਂ ਸਕ੍ਰਿਪਟਸ ਮੈਂ ਲਿਖੀ ਬੈਠਾ ਹਾਂ, ਐਂਡ ਬਹੁਤ ਸਾਰੀਆਂ ਸਕ੍ਰਿਪਟਸ ਮੈਂ ਹੋਰਨਾਂ ਰਾਈਟਰਾਂ ਦੀਆਂ ਵੀ ਸੁਣਦਾ ਹਾਂ। ਸੋ ਬਹੁਤ ਸਾਰਾ ਕੰਮ ਮੈਂ ਅਜੇ ਕਰਨਾ ਚਾਹੁੰਦਾ ਹਾਂ ਬਤੌਰ ਐਕਟਰ, ਬਤੌਰ ਰਾਈਟਰ ਵੀ, ਐਂਡ ਮੈਂ ਮੇਰੀ ਆਪਣੀ ਇੱਕ ਕੋਸ਼ਿਸ਼ ਹੈ ਕਿ ਇੱਕ ਰਿਅਲਿਸਟਿਕ ਕਿਸਮ ਦਾ ਸਿਨੇਮਾ ਜਾਂ ਇੱਕ ਕੋਈ ਮੀਨਿੰਗਫੁੱਲ ਸਿਨੇਮਾ, ਇੱਕ ਐਂਟਰਟੇਨਮੈਂਟ ਦੇ ਨਾਲ ਨਾਲ ਇੱਕ ਮੈਸੇਜ ਵਾਲੀ ਜਾਂ ਇੱਕ ਗੱਲ ਕਰਦੀ ਹੋਈ ਕਹਾਣੀਆਂ ਜਿਹੜੀਆਂ ਨੇ ਉਹ ਸਾਹਮਣੇ ਲਿਆਉਂਦੀਆਂ ਜਾਣ। ਸੋ ਇਸ ਵੇਲੇ ਲੱਗੇ ਹੋਏ ਆ। ਮੇਰੀ ਟੀਮ ਜਿਹੜੀ ਸੀ ਓ ਐਕਸਲ ਦੇ ਜਿਹੜਾ ਸੀ ਪ੍ਰੋਡਕਸ਼ਨ ਹਾਊਸ ਦੇ ਵਿੱਚ ਮਿੰਨੀ ਪੰਜਾਬ ਸਾਡਾ ਹੱਕ ਯੋਧਾ ਬਣਾਈ ਸੀ, ਉਹ ਟੀਮ ਬਾਅਦ ਵਿੱਚ ਮੇਰੇ ਬੰਬੇ ਜਾਣ ਕਰਕੇ ਉਹ ਖਿਲਰ ਗਈ ਇੱਧਰ ਉੱਧਰ, ਪਰ ਹੁਣ ਮੈਂ ਦੁਬਾਰਾ ਤੋਂ ਉਹ ਟੀਮ ਨੂੰ ਇਕੱਠੇ ਕਰਕੇ ਕੋਸ਼ਿਸ਼ ਕਰ ਰਿਹਾ ਕਿ ਫਿਰ ਤੋਂ ਉਹੋ ਜਿਹੀਆਂ ਨਵੇਂ ਨਵੇਂ ਕੰਸੈਪਟ ਜਿਹੜੇ ਪੰਜਾਬੀ ਵਿਰਸੇ ਨਾਲ ਜਾਂ ਪੰਜਾਬ ਦੀਆਂ ਜੜ੍ਹਾਂ ਨਾਲ, ਪੰਜਾਬ ਦੀ ਮਿੱਟੀ ਨਾਲ ਜੁੜੀਆਂ ਹੋਈਆਂ ਕਹਾਣੀਆਂ ਜਿਹੜੀਆਂ ਨੇ ਉਹ ਲੈ ਕੇ ਆਈਏ ਸਾਹਮਣੇ। ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਕੁਲਜਿੰਦਰ ਦੇ ਨਾਲ ਹੁਣ ਤੱਕ ਜਿੰਨੀ ਗੱਲ ਕੀਤੀ ਹੈ, ਕੁਲਜਿੰਦਰ ਇਸ ਇੰਡਸਟਰੀ ਦੇ ਨਾਲ ਜਿਸ ਦੇ ਨਾਲ ਜੁੜੇ ਹੋਏ ਨੇ, ਫਿਲਮ ਇੰਡਸਟਰੀ, ਚਾਹੇ ਵੱਖੋ ਵੱਖਰੇ ਰੋਲਸ ਦੇ ਵਿੱਚ, ਚਾਹੇ ਪ੍ਰੋਡਿਊਸਰ ਦੇ ਤੌਰ 'ਤੇ, ਰਾਈਟਰ ਦੇ ਤੌਰ 'ਤੇ, ਡਾਇਰੈਕਟਰ ਦੇ ਤੌਰ 'ਤੇ ਜਾਂ ਐਕਟਰ ਦੇ ਤੌਰ 'ਤੇ, ਮਾਫੀ ਚਾਹੁੰਦੀ, ਡਾਇਰੈਕਟਰ ਨਹੀਂ ਐਕਟਰ ਦੇ ਤੌਰ ਦੇ ਉੱਤੇ ਉਹਨਾਂ ਨੇ ਕੰਮ ਕੀਤਾ। ਬਹੁਤ ਕੁਝ ਕਿਹਾ ਜਾਂਦਾ ਕਿ ਇਹ ਨਕਲੀ ਚੀਜ਼ਾਂ ਦੇ ਨਾਲ ਜੁੜੀ ਹੋਈ ਇੰਡਸਟਰੀ ਹੈ, ਇਹ ਫੇਕ ਹੈ ਸਾਰਾ ਕੁਝ, ਪਰ ਇੱਕ ਕੁਲਜਿੰਦਰ ਦਾ ਹੋਰ ਰੂਪ ਉੱਭਰ ਕੇ ਸਾਹਮਣੇ ਆਇਆ ਸੀ ਪਿਛਲੇ ਸਮੇਂ ਦੇ ਦੌਰਾਨ, ਜਿਹੜਾ ਕਿਸਾਨ ਅੰਦੋਲਨ ਹੈ, ਕਾਫੀ ਪ੍ਰੈਜੈਂਸ ਕੁਲਜਿੰਦਰ ਨੇ ਉੱਥੇ ਦਿਖਾਈ। ਕੁਲਜਿੰਦਰ ਕਿਹੜੀ ਚੀਜ਼ ਸੀ ਜਿਹੜੀ ਖਿੱਚ ਕੇ ਲੈ ਆਈ ਔਰ ਕਿਵੇਂ ਤੁਸੀਂ ਦਿੱਲੀ ਬੈਠੇ ਰਹੇ? ਓਨੈਸਟਲੀ ਦੱਸਿਓ, ਕਿਉਂਕਿ ਬਹੁਤ ਸਾਰੇ ਪੰਜਾਬ ਦੇ ਐਕਟਰ ਆ, ਬਹੁਤ ਸਾਰੇ ਉਹ ਇਹ ਕਹਿੰਦੇ ਆ ਕਿ ਅਸੀਂ ਜ਼ਮੀਨਾਂ ਦੇ ਨਾਲ ਜੁੜੇ ਹੋਏ ਹਾਂ, ਅਸੀਂ ਪਿੰਡਾਂ ਦੇ ਨਾਲ ਜੁੜੇ ਹੋਏ ਹਾਂ, ਕੁਝ ਦਿਨ ਬੈਠ ਕੇ ਹੰਭ ਕੇ ਉਹ ਮੁੜ ਜਾਂਦੇ ਸੀ, ਪਰ ਗੱਲ ਚੱਲਦੀ ਨਾ ਰਹਿ ਸਕੀ ਉਹਨਾਂ ਦੇ ਬਿਹਾਫ 'ਤੇ ਉਸ ਹਿਸਾਬ ਦੇ ਨਾਲ ਜਿੱਦਾਂ ਦੀਆਂ ਉਹਨਾਂ ਕੋਲ ਆਸਾਂ ਸਨ। ਜੀ 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 ਨਵਜੋਤ, ਮੈਂ ਬੋਂਬੇ ਸੀ ਉਸ ਟਾਈਮ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ, ਐਂਡ ਮੈਂ ਉਹਦੇ ਦੋਨੋਂ ਪੱਖ ਸੁਣ ਰਿਹਾ ਸੀਗਾ ਮੀਡੀਆ ਦੇ ਵਿੱਚ, ਜਿਹੜੇ ਲੋਕ ਉਹ ਬਿੱਲਸ ਦੀ ਸਪੋਰਟ ਕਰ ਰਹੇ ਸੀਗੇ ਕਿ ਉਹ ਬਿੱਲ ਦੇ ਵਿੱਚ ਜਿਹੜੇ ਫਾਇਦੇ ਗਿਣਾ ਰਹੇ ਸੀਗੇ, ਅਤੇ ਉਦੋਂ ਜਿਹੜੇ ਲੋਕ ਅਪੋਜ਼ ਕਰ ਰਹੇ ਸੀ, ਮੈਂ ਕਾਫੀ ਟਾਈਮ ਉਸ ਨੂੰ ਸਟੱਡੀ ਕਰਨ 'ਤੇ ਲਗਾਇਆ। ਉਸ ਤੋਂ ਬਾਅਦ ਮੈਂ ਫਿਰ ਜਦੋਂ ਇੱਥੇ ਆ ਕੇ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਨਹੀਂ ਇਹ ਬਹੁਤ ਮਾਰੂ ਨੇ, ਕਿਸਾਨਾਂ ਨੂੰ ਘਸਿਆਰੇ ਬਣਾਉਣ ਵਾਲੇ ਪਾਸੇ ਨੂੰ ਲੈ ਕੇ ਜਾ ਰਹੇ ਨੇ, ਇਹਨਾਂ ਨੂੰ ਬੇਰੁਜ਼ਗਾਰ ਕਰ ਦੇਣਾ ਇਹਨਾਂ ਬਿੱਲਾਂ ਨੇ, ਕਿਉਂਕਿ ਕਾਰਪੋਰੇਟਸ ਜਿਸ ਢੰਗ ਦੇ ਨਾਲ ਜ਼ਮੀਨਾਂ ਦੇ ਉੱਤੇ ਉਹਨਾਂ ਦੇ ਕਬਜ਼ੇ ਹੋ ਜਾਣੇ ਨੇ, ਉਸ ਢੰਗ ਨਾਲ ਇਹ ਮਤਲਬ ਪੰਜਾਬ ਦਾ ਵਿਰਸਾ ਵਿਰਾਸਤ ਬਹੁਤ ਵੱਡਾ ਨੁਕਸਾਨ ਹੋਊਗਾ, ਬਲਕਿ ਪੂਰੇ ਇੰਡੀਆ ਦੇ ਕਿਸਾਨਾਂ ਦਾ ਹੀ ਹੋਊਗਾ। ਸੋ ਉਹ ਗੱਲਾਂ ਮੈਂ ਸੋਚ ਕੇ ਮੈਂ ਫਿਰ ਇੱਥੇ ਆਇਆ ਅਤੇ ਮੋਹਾਲੀ, ਐਂਡ ਮੈਂ ਫਿਰ ਇੱਥੇ ਆ ਕੇ ਪਟਿਆਲਾ ਦੇ ਵਿੱਚ ਰਾਜਪੁਰੇ ਸੀਗਾ ਪਹਿਲੀ ਰੈਲੀ ਜਿੱਥੋਂ ਮੈਂ ਇਹਨੂੰ ਜੁਆਇਨ ਕੀਤਾ, ਆਈ ਥਿੰਕ ਨਵੰਬਰ ਦੀ ਗੱਲ ਹੈ ਉਹ। ਸੋ ਨਵੰਬਰ ਤੋਂ ਵੀ ਅਕਤੂਬਰ ਦੇ ਐਂਡ ਦੇ ਵਿੱਚ ਮੈਂ ਜੁਆਇਨ ਕਰ ਲਿਆ। ਫਿਰ ਉਸ ਤੋਂ ਬਾਅਦ ਲਗਾਤਾਰ ਮੈਂ ਗਤੀਵਿਧੀਆਂ ਦੇ ਵਿੱਚ ਇਨਵੋਲਵ ਰਿਹਾ, ਐਂਡ ਸਾਰੀ ਗੱਲ ਨੂੰ ਪੂਰੀ ਨੂੰ ਸਮਝਿਆ ਕਿ ਕਿਉਂ ਕੀ ਵਿਰੋਧ ਹੈ, ਕਿਉਂ ਵਿਰੋਧ ਕਰ ਰਿਹਾ। ਸੋ ਇਹ ਨਹੀਂ ਕਿ ਭੇਡ ਚਾਲ ਦੇ ਵਿੱਚ ਦੇਖੋ ਦੇਖੀ ਵੀ ਬਾਕੀ ਕਲਾਕਾਰ ਲੱਗੇ ਆ ਤਾਂ ਮੈਂ ਵੀ ਤੁਰ ਪਵਾਂ। ਸੋ ਉਹ ਤੋਂ ਬਾਅਦ ਫਿਰ ਜੋ ਵੀ ਆ, ਜਿੱਥੇ ਵੀ ਦਿੱਲੀ ਜਾਣਾ ਪਿਆ, ਡਾਂਗਾ ਦੇ ਵਿੱਚ, ਅੱਥਰੂ ਗੈਸ ਦੇ ਗੋਲਿਆਂ ਦੇ ਵਿੱਚ, ਜਿੱਥੇ ਜਿੱਥੇ ਵੀ ਕਿਤੇ
ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੱਗੇ ਹੋਏ ਹਾਂ। ਹੁਣ ਅੱਜ ਵੀ ਇੱਥੇ ਪੰਜਾਬ ਬੰਦ ਸੀਗਾ, ਉਹਦੇ ਸੰਬੰਧ 'ਚ ਵੀ ਮੈਂ ਜਥੇਬੰਦੀਆਂ ਦੇ ਸੰਪਰਕ ਸੀਗਾ, ਜੁੜੇ ਰਹੇ। ਸੋ ਬੜਾ ਸਕਸੈਸਫੁਲ ਬੰਦ ਰਿਹਾ, ਅੱਜ ਇੰਡੀਆ ਭਾਰਤ ਬੰਦ ਦਾ ਸੱਦਾ ਸੀਗਾ। ਸੋ ਉਹ ਮੈਨੂੰ ਲੱਗਦਾ ਜਿਹੜੇ ਕਲਾਕਾਰ ਨੇ, ਜੇ ਤੁਸੀਂ ਆਪਣੀ ਕਮਿਊਨਿਟੀ ਲਈ ਨਹੀਂ ਖੜ੍ਹੇ ਹੋ ਸਕਦੇ, ਜਾਂ ਜੇ ਤੁਹਾਡੇ ਅੰਦਰ ਇੰਨੀ ਸੈਂਸਿਟੀਵਿਟੀ ਨਹੀਂ ਆ ਕਿ ਤੁਸੀਂ ਲੋਕਾਂ ਲਈ, ਸਮਾਜ ਲਈ ਜੇ ਉਹਨਾਂ ਦੇ ਨਾਲ ਖੜ੍ਹਦੇ ਨਹੀਂ ਹੋ, ਜੇ ਇਸ ਮੌਕੇ 'ਤੇ ਤੁਹਾਡੀ ਜ਼ਰੂਰਤ ਹੈ, ਤਾਂ ਫਿਰ ਉਹ ਜੀ ਕਲਾ ਦਾ ਕੋਈ ਫਾਇਦਾ ਨਹੀਂ। ਸੋ ਕਲਾ ਦਾ ਇੱਕ ਬਹੁਤ ਵੱਡਾ ਇਹ ਵੀ ਅਹਿਮ ਰੋਲ ਹੁੰਦਾ ਕਿ ਲੋਕਾਂ ਦੇ ਸਹੀ ਮੁੱਦਿਆਂ ਨੂੰ ਉਭਾਰੋ ਤੁਸੀਂ ਬਤੌਰ ਕਲਾਕਾਰ, ਐਂਡ ਕਲਾ ਦੇ ਰਾਹੀਂ ਵੀ ਉਭਾਰੋ। ਸੋ ਬਹੁਤ ਸਾਰੇ ਇੱਦਾਂ ਦੇ ਉਹ ਇਸ ਵੇਲੇ ਕਲਾਕਾਰ ਨੇ, ਮੇਰੇ ਦੋਸਤ ਨੇ ਸ਼ਾਮੋਲ ਜੌਨ ਹੁਣੀ, ਜਾਂ ਬਹੁਤ ਸਾਰੇ ਇੱਦਾਂ ਦੇ ਲੋਕ ਵੀ ਨੇ ਕਿ ਜਿਹੜੇ ਪਲੇ ਕਰ ਰਹੇ ਨੇ, ਛੋਟੇ ਛੋਟੇ ਨੁੱਕੜ ਨਾਟਕ ਟਾਈਪ ਮੋਟੀਵੇਟ ਕਰਨ ਲਈ, ਕਿਸਾਨਾਂ ਦਾ ਦੁੱਖ ਆਮ ਲੋਕਾਂ ਤੱਕ, ਸ਼ਹਿਰੀ ਲੋਕਾਂ ਤੱਕ ਪਹੁੰਚਾਉਣ ਲਈ ਇੱਦਾਂ ਦੀਆਂ ਗਤੀਵਿਧੀਆਂ ਵੀ ਚੱਲ ਰਹੀਆਂ ਨੇ। ਸੋ ਸਾਰੇ ਜਿੰਨੇ ਵੀ ਲੋਕ ਇਸ ਵੇਲੇ ਲੱਗੇ ਹੋਏ ਨੇ, ਮੇਰਾ ਸਾਰਿਆਂ ਨੂੰ ਬਹੁਤ ਸਲਾਮ ਹੈ, ਸਲੂਟ ਹੈ ਕਿ ਇਹ ਲੜਾਈ ਜਾਰੀ ਰਹਿਣੀ ਚਾਹੀਦੀ ਹੈ ਜਦ ਤੱਕ ਆਪਾਂ ਜਿੱਤਦੇ ਨਹੀਂ। ਕੁਲਜਿੰਦਰ, ਬਹੁਤ ਸਾਰੀਆਂ ਜਿਹੜੀਆਂ ਲਾਈਫ ਦੇ ਵਿੱਚ ਪਲਾਨਸ ਹੁੰਦੀਆਂ, ਉਹ ਸਾਡੀਆਂ ਕਾਮਯਾਬ ਨਹੀਂ ਹੁੰਦੀਆਂ, ਅਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਅਣਕਿਆਸੀਆਂ ਹੀ ਸਾਡੇ ਨਾਲ ਘੱਟ ਜਾਂਦੀਆਂ ਨੇ, ਵਾਪਰ ਜਾਂਦੀਆਂ ਨੇ। ਪਰ ਇਸ ਸਾਰੇ ਕਾਸੇ ਦੇ ਦੌਰਾਨ ਅਸੀਂ ਰੋਜ਼ ਰੋਜ਼ ਲੈਸਨ ਜ਼ਰੂਰ ਲਰਨ ਕਰਦੇ ਹੈਗੇ ਹਾਂ। ਮੈਂ ਤੁਹਾਨੂੰ ਜਿਹੜੀ ਚੀਜ਼ ਖਾਸ ਕਰਕੇ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਆਪ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਟਰਾਂਸਫਰਮੇਸ਼ਨ ਮਹਿਸੂਸ ਕੀਤੀ ਹੈ ਜਿੱਥੋਂ ਤੁਸੀਂ ਸ਼ੁਰੂ ਹੋਏ? ਮੈਂ ਉਸੇ ਮੋੜ 'ਤੇ ਤੁਹਾਨੂੰ ਲੈ ਕੇ ਆ ਰਹੀ ਹਾਂ, ਜਦੋਂ ਤੁਸੀਂ ਜਰਨਲਿਜ਼ਮ ਦੀ ਆਪਣੀ ਡਿਗਰੀ ਕੰਪਲੀਟ ਕੀਤੀ, ਉਹਦੇ ਤੋਂ ਹੁਣ ਤੱਕ ਜਿੰਨੀਆਂ ਤੁਸੀਂ ਗੱਲਾਂ ਕੀਤੀਆਂ, ਟਰਾਂਸਫਰਮੇਸ਼ਨ ਤਾਂ ਜ਼ਰੂਰ ਆਈ ਹੈਗੀ ਆ, ਪਰ ਜਿਹੜਾ ਤੁਹਾਡਾ ਆਪਣਾ ਤਜਰਬਾ ਹੈ, ਕਿਹੜੀਆਂ ਕਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਆਪਣੀ ਲਾਈਫ ਦੇ ਵਿੱਚ ਜਾਣ ਬੁੱਝ ਕੇ ਨਵੀਆਂ ਅਪਣਾ ਲਈਆਂ, ਅਤੇ ਜਾਣ ਬੁੱਝ ਕੇ ਕੁਝ ਉਹ ਚੀਜ਼ਾਂ ਸੀ ਜਿਹੜੀਆਂ ਤੁਹਾਡੀ ਪਰਫੋਰਮੈਂਸ ਨੂੰ ਲਿਮਿਟ ਕਰ ਰਹੀਆਂ ਸੀ, ਪਰ ਹੋ ਸਕਦਾ ਤੁਹਾਡੇ ਕੁਝ ਲਿਮਿਟਿੰਗ ਬਿਲੀਫਸ ਦੇ ਤੌਰ 'ਤੇ ਉਹ ਕੰਮ ਕਰ ਰਹੀਆਂ ਸੀ, ਅੜਿੱਕਾ ਬਣ ਰਹੀਆਂ ਸੀ, ਓਬਸਟੇਕਲਸ ਬਣ ਰਹੀਆਂ ਸੀ, ਉਹ ਤੁਸੀਂ ਫਿਰ ਛੱਡ ਦਿੱਤੀਆਂ, ਜੇ ਕੁਝ ਉਹਨਾਂ ਦਾ ਜ਼ਿਕਰ ਕਰ ਸਕੋ। ਜੀ ਬਿਲਕੁਲ ਨਵਜੋਤ, ਜਦੋਂ ਤੁਸੀਂ ਗਰੋ ਕਰਨਾ ਹੁੰਦਾ ਨਾ, ਤੁਹਾਨੂੰ ਆਪਣੇ ਆਪ 'ਚ ਸਭ ਤੋਂ ਪਹਿਲਾਂ ਆਪਣੇ 'ਤੇ ਕੰਮ ਕਰਨਾ ਪੈਂਦਾ, ਆਪਣੇ ਆਪ 'ਤੇ ਤੁਹਾਨੂੰ ਆਪਣੀ ਕਾਲਿੰਗ ਪਤਾ ਹੋਣੀ ਚਾਹੀਦੀ, ਆਪਣੇ ਆਪ ਪ੍ਰਤੀ ਤੁਸੀਂ ਅਵੇਅਰ ਹੁੰਦੇ ਹੋ ਸਭ ਤੋਂ ਪਹਿਲਾਂ। ਸੋ ਟਰਾਂਸਫਰਮੇਸ਼ਨ ਸ਼ੁਰੂ ਹੀ ਉਦੋਂ ਹੁੰਦੀ ਆ ਕਿ ਜਦੋਂ ਤੁਹਾਨੂੰ ਆਪਣੀ ਪਤਾ ਲੱਗੇ ਕਿ ਮੇਰੀ ਕਾਲਿੰਗ ਕੀ ਹੈ, ਮੈਂ ਚਾਹੁੰਦਾ ਕੀ ਹਾਂ ਜ਼ਿੰਦਗੀ 'ਚ, ਕਿੱਥੇ ਮੁਕਾਮ 'ਤੇ ਹਾਸਿਲ ਕੀ ਕਰਨਾ ਚਾਹੁੰਦਾ। ਸੋ ਜੇ ਤੁਸੀਂ ਉਹ ਹਾਸਿਲ ਕਰਨ ਦੇ ਲਈ ਜੋ ਚਾਹੀਦਾ, ਜੇ ਉਹ ਤੁਸੀਂ ਦੇ ਸਕਦੇ ਹੋ, ਮਤਲਬ ਜਿੰਨੀ ਮਿਹਨਤ ਕਰਨੀ ਪਊਗੀ, ਜੇ ਤੁਸੀਂ ਫਿਲਮ ਲਾਈਨ 'ਚ ਆਉਣਾ ਹੈ, ਜਾਂ ਤੁਸੀਂ ਸਕਸੈਸਫੁਲ ਜਰਨਲਿਸਟ ਬਣਨਾ ਹੈ, ਜਾਂ ਸਕਸੈਸਫੁਲ ਹੋਸਟ ਬਣਨਾ ਹੈ ਜਿਹੜੇ ਤੁਸੀਂ ਸ਼ੋਅ ਇੰਨਾ ਵਧੀਆ ਕਰਦੇ ਹੋ, ਸੋ ਕਿਸੇ ਵੀ ਮੁਕਾਮ 'ਤੇ ਪਹੁੰਚਣਾ, ਸੋ ਉਹਦੇ ਲਈ ਮਤਲਬ ਸਭ ਤੋਂ ਪਹਿਲਾਂ ਗੋਲ ਐਂਡ ਤੁਹਾਨੂੰ ਆਪਣੇ ਆਪ 'ਤੇ ਕੰਮ ਕਰਨਾ ਪੈਂਦਾ। ਮੈਨੂੰ ਲੱਗਦਾ ਕਿ ਜੋ ਮੈਂ ਸੀਗਾ ਜਦੋਂ ਜਰਨਲਿਜ਼ਮ ਦੇ ਵਿੱਚ ਤੁਸੀਂ ਮੈਨੂੰ ਮਿਲੇ, ਉਸ ਤੋਂ ਲੈ ਕੇ ਜਾਂ ਉਸੇ ਟਾਈਮ ਹੀ ਮੇਰੀ ਉਹ ਇੱਕ ਟਰਾਂਸਫਰਮੇਸ਼ਨ ਸ਼ੁਰੂ ਹੋ ਗਈ ਸੀ, ਉਸ ਟਾਈਮ ਤੋਂ ਹੀ ਮੈਂ ਆਪਣੇ ਆਪ 'ਤੇ ਕੰਮ ਕਰਨਾ ਸ਼ੁਰੂ ਕਰਤਾ ਸੀਗਾ। ਕਿਉਂਕਿ ਤੁਸੀਂ ਜਦੋਂ ਮੈਨੂੰ ਲੱਗਾ ਕਿ ਮੈਂ ਤਾਂ ਕਿਤੇ ਖੜ੍ਹਦਾ ਹੀ ਨਹੀਂ, ਇਹ 15 ਸਟੂਡੈਂਟਸ ਦੇ ਵਿੱਚ ਮੈਂ ਸਭ ਤੋਂ ਫਾਡੀ ਹਾਂ, ਮਤਲਬ ਸਭ ਤੋਂ ਨਿਲ ਹੈ, ਮਤਲਬ ਆਲਮੋਸਟ ਮੇਰਾ ਉਹਦੇ ਨਾਂ ਵੀ, ਮੇਰਾ ਜਰਨਲਿਜ਼ਮ ਦੇ ਵਿੱਚ ਇੱਕ ਸਾਡੀ ਕਲਾਸਮੇਟ ਹੁੰਦੀ ਸੀ, ਉਹਨੇ ਮੇਰਾ ਨਾਂ ਹੀ ਡੰਬੋ ਰੱਖਿਆ ਹੁੰਦਾ ਸੀਗਾ, ਹਾਂ ਵੀ ਤੂੰ ਤਾਂ ਬਸ, ਜਿਹਨੂੰ ਉਹ ਕਹਿ ਦਿੰਦੇ ਨਾ ਪੰਜਾਬੀ 'ਚ ਵੀ ਮਾਤਾ ਦਾ ਮਾਲ ਹੀ ਆ ਬੰਦਾ, ਸੋ ਮਤਲਬ ਐਵੇਂ ਹੀ ਸੀਟ ਖਰਾਬ ਕਰਨ ਲਈ ਆਇਆ ਹੋਇਆ ਉਹਨਾਂ ਨੂੰ ਲੱਗਦਾ ਸੀ ਸਾਰਿਆਂ ਨੂੰ। ਸੋ ਉੱਥੋਂ ਹੀ ਉਹ ਗੱਲਾਂ ਨੇ ਕਿਤੇ ਮੈਨੂੰ ਇੱਕ ਚੈਲੰਜ ਕੀਤਾ, ਉਹ ਗੱਲਾਂ ਨੇ ਮੈਨੂੰ ਇੰਸਪਾਇਰ ਵੀ ਕੀਤਾ ਕਿ ਆਈ ਹੈਵ ਟੂ ਪ੍ਰੂਵ ਮਾਈ ਸੈਲਫ। ਸੋ ਉੱਥੋਂ ਹੀ ਜਰਨੀ ਸ਼ੁਰੂ ਹੋਈ। ਐਂਡ ਜਿਹੜਾ ਤੁਸੀਂ ਬੜਾ ਸੋਹਣਾ ਕੰਸੈਪਟ ਦੱਸਦੇ ਹੁੰਦੇ ਹੋ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਮੈਂ ਤੁਹਾਡਾ ਸ਼ੋਅ ਸੁਣਦਾ ਹੈ, ਐਕਸੈਪਟ ਦਾ ਜਿਹੜਾ ਤੁਸੀਂ ਕੰਸੈਪਟ ਦੱਸਦੇ ਹੋ, ਤੁਸੀਂ ਸਮਝਾਉਂਦੇ ਹੋ, ਸਭ ਤੋਂ ਪਹਿਲਾਂ ਆਪਣੇ ਆਪ ਪ੍ਰਤੀ ਅਵੇਅਰ ਹੋਣਾ, ਹੈ ਨਾ। ਸੋ ਉਹ ਮਤਲਬ ਪਹਿਲੀ ਪੌੜੀ ਉਹੀ ਹੈ ਕਿ ਤੁਹਾਡੀ ਕਾਲਿੰਗ ਤੁਹਾਨੂੰ ਪਤਾ ਹੋਵੇ, ਐਂਡ ਉਸ ਤੋਂ ਬਾਅਦ ਮੇਰੀ ਜਰਨੀ ਦੇ ਵਿੱਚ ਮਤਲਬ ਜਿੰਨੇ ਵੀ ਫੇਲੀਅਰਸ ਆਏ ਨੇ, ਮਤਲਬ ਫੇਲੀਅਰਸ ਬਹੁਤ ਜ਼ਿਆਦਾ ਨੇ। ਜੇ ਮੈਂ ਸਿਰਫ ਅੱਜ ਦਾ ਸ਼ੋਅ ਆਪਾਂ ਸਿਰਫ ਮੇਰੇ ਫੇਲੀਅਰਸ 'ਤੇ ਹੀ ਗੱਲਾਂ ਸ਼ੁਰੂ ਕਰੀਏ ਤਾਂ ਮਤਲਬ ਲੱਗੂਗਾ ਕਿ ਇਹ ਤਾਂ ਬੜਾ ਵੱਡਾ ਫੇਲੀਅਰ ਹੈ। ਸੋ ਇਬਰਾਹਿਮ ਲਿੰਕਨ ਦੀ ਮੈਂ ਇੱਕ ਸਟੋਰੀ ਪੜ੍ਹਦਾ ਹੁੰਦਾ ਕਿ ਉਹ ਬੰਦਾ ਕਿੰਨੀ ਵਾਰ ਇਲੈਕਸ਼ਨ ਹਾਰਿਆ, ਹਰ ਮੁਕਾਮ ਦੇ ਉੱਤੇ ਉਹ ਹਾਰਿਆ, ਐਂਡ ਫਿਰ ਵੀ US ਦਾ ਪ੍ਰੈਜੀਡੈਂਟ ਬਣਿਆ, ਐਂਡ ਗ੍ਰੇਟ ਪ੍ਰੈਜੀਡੈਂਟ ਬਣਿਆ। ਸੋ ਹਰੇਕ ਬੰਦਾ ਜਿੰਨੇ ਵੱਡੇ ਮੁਕਾਮ 'ਤੇ ਪਹੁੰਚਿਆ ਹੋਊਗਾ, ਓਨੀ ਜ਼ਿਆਦਾ ਉਹਨੇ ਫੇਲੀਅਰ ਦੇਖੇ ਹੋਣਗੇ। ਸੋ ਇਹ ਮੇਰਾ ਸਟਰੋਂਗ ਬਿਲੀਫ ਹੈ ਕਿ ਉਹ ਫੇਲੀਅਰ ਨੂੰ ਤੁਸੀਂ ਇਹਦਾ ਹਿੱਸਾ ਮੰਨੋ, ਅਤੇ ਜਿੰਨੀ ਵੱਧ ਤੋਂ ਵੱਧ ਵਾਰ ਤੁਸੀਂ ਫੇਲ ਹੋ ਸਕਦੇ ਹੋ, ਵੱਧ ਤੋਂ ਵੱਧ ਟਾਈਮਸ ਟਰਾਈ ਟੂ ਫੇਲ ਐਜ਼ ਮੈਨੀ ਟਾਈਮਸ ਐਜ਼ ਪੋਸੀਬਲ, ਅਲਟੀਮੇਟਲੀ ਤੁਸੀਂ ਸਕਸੈਸ ਹੋ ਹੀ ਜਾਣਾ।
ਬਿਲਕੁਲ। ਮੈਂ ਕਮਰਸ਼ੀਅਲ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੀ ਸੀ ਕਿ ਕੁਝ ਐਕਟਰਸ ਦਾ ਤੁਸੀਂ ਪਿਛਲੀ ਮੁਲਾਕਾਤ ਦੇ ਵਿੱਚ ਆਪਾਂ ਜਦੋਂ ਬੈਠੇ ਸੀ ਗੱਲਬਾਤ ਕੀਤੀ ਸੀ, ਇਰਫਾਨ ਖਾਨ ਦਾ, ਨਵਾਜ਼ੁਦੀਨ ਸਿੱਦੀਕੀ ਦਾ, ਉਹਨਾਂ ਦਾ ਜ਼ਿਕਰ ਕੀਤਾ ਤੁਸੀਂ ਕਿ ਵੀ ਮੈਨੂੰ ਬਹੁਤ ਪਿਆਰੇ ਐਕਟਰ ਲੱਗਦੇ ਆ। ਅੱਜ ਬੇਸ਼ੱਕ ਇਰਫਾਨ ਖਾਨ ਨਹੀਂ ਹੈਗੇ, ਪਰ ਸਟਿਲ ਹੋਰ ਬਹੁਤ ਸਾਰੇ ਐਕਟਰਸ ਹੋਣਗੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਆ ਇੰਡਸਟਰੀ ਦੇ ਵਿੱਚ। ਕੋਈ ਕੁਲਜਿੰਦਰ ਕਦੇ ਇਸ ਤਰ੍ਹਾਂ ਦਾ ਵੀ ਹੁੰਦਾ ਕਿ ਜੇ ਆਹ ਜਿਹੜਾ ਰੋਲ ਫਲਾਂ ਐਕਟਰ ਨੇ ਕੀਤਾ ਕਿਤੇ ਇਹ ਮੈਨੂੰ ਮਿਲਿਆ ਹੁੰਦਾ ਤਾਂ? ਬਹੁਤ ਵਾਰ ਹੁੰਦਾ ਰਣਜੋਤ, ਇਹ ਤਾਂ ਬਹੁਤ ਵਾਰ ਹੁੰਦਾ। ਐਂਡ ਮੈਂ ਬੰਬੇ ਗਿਆ ਹੀ ਮੈਂ ਸੀਗਾ ਇਹਨਾਂ ਲੋਕਾਂ ਨਾਲ ਕੰਮ ਕਰਨ ਦੀ ਇੱਛਾ ਲੈ ਕੇ। ਐਂਡ ਇੱਕ ਫਿਲਮ ਮੈਂ ਇਨਫੈਕਟ ਇਰਫਾਨ ਖਾਨ ਹੋਣਾ ਦੇ ਨਾਲ ਸਾਈਨ ਵੀ ਕਰ ਲਈ ਸੀ, ਉਹ ਫਿਲਮ ਦਾ ਨਾਮ ਸੀਗਾ ਗੁਸਤਾਖੀਆਂ। ਐਂਡ ਉਹ ਫਿਲਮ ਸੰਜੇ ਲੀਲਾ ਬੰਸਾਲੀ ਹੋਣਾ ਨੇ ਬਣਾਉਣੀ ਸੀ, ਇਰਫਾਨ ਖਾਨ ਸੀ ਉਹਦੇ ਵਿੱਚ, ਆਪਣੀ ਪ੍ਰਿਯੰਕਾ ਚੋਪੜਾ ਸੀਗੀ। ਐਂਡ ਮੈਨੂੰ ਉਹਦੇ ਲਈ ਕਾਸਟ ਕਰ ਲਿਆ ਗਿਆ ਸੀ। ਉਹ ਫਿਲਮ ਨਹੀਂ ਸੀ ਅਮ੍ਰਿਤਾ ਪ੍ਰੀਤਮ ਹੋਣਾ ਤੇ ਜਿਹੜੀ ਬਣਨੀ ਸੀ ਉਹ ਸੀ? ਯੈਸ ਯੈਸ ਐਗਜ਼ੈਕਟਲੀ ਐਗਜ਼ੈਕਟਲੀ ਐਗਜ਼ੈਕਟਲੀ। ਸੋ ਉਹਦੇ ਡਾਇਰੈਕਟਰ ਨੇ ਮੇਰਾ ਆਡੀਸ਼ਨ ਕੀਤਾ, ਮੈਨੂੰ ਕਾਸਟ ਕੀਤਾ ਉਹਨਾਂ ਦੇ, ਅਮ੍ਰਿਤਾ ਪ੍ਰੀਤਮ ਦਾ ਜਿਹੜਾ ਹਸਬੈਂਡ ਸੀ ਉਸ ਕੈਰੈਕਟਰ ਦੇ ਲਈ। ਇਰਫਾਨ ਖਾਨ ਨੇ ਉਹ ਸ਼ਾਇਰ ਲੁਧਿਆਣਵੀ ਦਾ ਰੋਲ ਪਲੇ ਕਰਨਾ ਸੀਗਾ। ਇਰਫਾਨ ਨੇ ਕਰਨਾ ਸੀ, ਪਤੀ ਦਾ ਕਰੈਕਟਰ ਮੈਂ ਕਰਨਾ ਸੀ, ਤੇ ਜਿਹੜਾ ਅਮਿਤੋਜ ਦਾ ਕਰੈਕਟਰ ਸੀ ਉਹ ਕਿਸੇ ਹੋਰ ਐਕਟਰ ਨੇ ਕਰਨਾ ਸੀ। ਸੋ ਸਾਰੀ ਕਾਸਟਿੰਗ ਹੋ ਚੁੱਕੀ ਸੀ, ਸਾਰਾ ਕੁਛ ਹੋ ਚੁੱਕਾ ਸੀਗਾ, ਪਰ ਉਹ ਅਨਫੋਰਚੂਨੇਟਲੀ ਜੋ ਕੁਛ ਹੋਇਆ ਤੁਹਾਨੂੰ ਪਤਾ ਹੀ, ਇਰਫਾਨ ਬਿਮਾਰ ਹੋ ਗਏ। ਸੋ ਬਹੁਤ ਸਾਰੇ ਹੋਰ ਚੈਲੰਜਸ ਵੀ ਆਏ, ਪ੍ਰਿਯੰਕਾ ਵੀ ਹੋਰ ਪਾਸੇ ਬਿਜ਼ੀ ਹੋ ਗਈ, ਉਹਨਾਂ ਦੀਆਂ ਡੇਟਸ ਹੀ ਨਹੀਂ ਬਣ ਸਕੀਆਂ। ਸੋ ਉਹ ਠੀਕ ਹੈ, ਨਹੀਂ ਇਹ ਹੁਣ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਇੱਕ ਫੇਲੀਅਰ ਹੈ ਵੀ ਨਹੀਂ ਹੋਇਆ, ਕੁਦਰਤ ਨੂੰ ਨਹੀਂ ਸੀ ਮਨਜ਼ੂਰ, ਨਹੀਂ ਹੋਇਆ। ਹੁਣ ਮੈਂ ਇਹ ਗੱਲਾਂ ਦੇ ਮਤਲਬ ਕੋਈ ਮਤਲਬ ਨਹੀਂ ਹੈ ਨਾ, ਮੂਵ ਔਨ ਕਰੋ ਜ਼ਿੰਦਗੀ 'ਚ। ਬਹੁਤ ਸਾਰੇ ਕਲੋਜ਼ ਮੈਂ ਦੇਖਿਆ, ਬਹੁਤ ਸਾਰੀਆਂ। ਮੇਰੇ ਅਕਸ਼ੇ ਕੁਮਾਰ ਦੇ ਨਾਲ ਇੱਕ ਫਿਲਮ ਮੈਨੂੰ ਮਿਲੀ ਸੀਗੀ, ਉੱਥੇ ਜਾਂਦਿਆਂ ਹੀ ਮੈਂ ਇੱਕ ਆਡੀਸ਼ਨ ਦਿੱਤਾ, ਮੁਕੇਸ਼ ਆਬੜਾ ਉੱਥੇ ਕਾਸਟਿੰਗ ਏਜੰਸੀ ਹੈਗੀ ਆ, ਮੈਂ ਵੈਸੇ ਹੀ ਗਿਆ ਸੀ ਬੰਬੇ ਕੁਛ ਦਿਨਾਂ ਲਈ, ਅਤੇ ਮੈਂ ਜਾਂਦੇ ਆਡੀਸ਼ਨ ਦਿੱਤਾ, ਉਹਨਾਂ ਨੇ ਆਡੀਸ਼ਨ ਕੀਤਾ ਅਤੇ ਨਾਲ ਦੀ ਨਾਲ ਹੀ ਆਡੀਸ਼ਨ ਮੇਰਾ ਸਿਲੈਕਟ ਹੋ ਗਿਆ, ਓਕੇ ਹੋ ਗਿਆ। ਮੈਨੂੰ ਬੜਾ ਇੰਪੋਰਟੈਂਟ ਕਰੈਕਟਰ ਸਿੰਘ ਇਜ਼ ਬਲਿੰਗ ਦੇ ਵਿੱਚ ਮਿਲਿਆ। ਐਂਡ ਗੋਆ ਦੇ ਲਈ ਮੈਨੂੰ ਸ਼ਡਿਊਲ ਵੀ ਉਹਨਾਂ ਨੇ ਭੇਜਤਾ, ਜਿਹੜੀ ਉਹਦੀ ਪ੍ਰੋਡਕਸ਼ਨ ਕੰਪਨੀ ਸੀ। ਸੋ ਉਹ ਅਲਟੀਮੇਟਲੀ ਉਹ ਜੋ ਮੇਰੀਆਂ ਉਹਨਾਂ ਨਾਲ ਮੀਟਿੰਗਸ ਹੋਈਆਂ, ਮੈਨੂੰ ਉਹ ਕਰੈਕਟਰ ਜਿਹੜਾ ਕਹਿ ਰਹੇ ਸੀ ਜਿਸ ਢੰਗ ਨਾਲ ਐਕਸਪਲੇਨ ਕਰ ਰਹੇ ਸੀ, ਮੈਨੂੰ ਕਨਵਿੰਸਿੰਗ ਨਹੀਂ ਲੱਗਾ। ਐਂਡ ਮੈਂ ਛੱਡਤੀ ਉਹ ਫਿਲਮ ਕਿ ਨਹੀਂ ਯਾਰ, ਮੈਨੂੰ ਕਨਵਿੰਸਿੰਗ ਨਹੀਂ ਲੱਗ ਰਿਹਾ, ਤੁਸੀਂ ਐਵੇਂ ਮੈਨੂੰ ਲੱਗਦਾ ਕਿ ਐਵੇਂ ਬੈਕਗਰਾਊਂਡ ਦੇ ਆਰਟਿਸਟ ਬਣਾ ਕੇ ਰੱਖੋਗੇ ਸ਼ਾਇਦ। ਪਰ ਉਹ ਬਾਅਦ 'ਚ ਜਦੋਂ ਮੈਂ ਫਿਲਮ ਦੇਖੀ, ਜਿਹੜਾ ਕਰੈਕਟਰ ਮੇਰਾ ਬਣਾ ਰਹੇ ਸੀ ਉਹ ਬੋਕਸਰ ਦਾ, ਉਹ ਕਰੈਕਟਰ ਅੱਛਾ ਸੀਗਾ। ਬਟ ਇੱਦਾਂ ਦੀਆਂ ਬਹੁਤ ਸਾਰੀਆਂ ਅਪਰਚੁਨਿਟੀਜ਼ ਮੈਂ ਮਿਸ ਵੀ ਕੀਤੀਆਂ ਲਾਈਫ ਦੇ ਵਿੱਚ, ਵੱਡੀਆਂ ਵੱਡੀਆਂ ਅਪਰਚੁਨਿਟੀਜ਼ ਮਿਸ ਕੀਤੀਆਂ। ਕੁਛ ਕਹਿ ਲਓ ਕਿ ਮੇਰੀ ਗਲਤ ਜਜਮੈਂਟ ਹੁੰਦੀ ਰਹੀ, ਕੁਛ ਕਹਿ ਲਓ ਜਿਵੇਂ ਇਰਫਾਨ ਵਾਲੀ ਫਿਲਮ ਦੀ ਐਗਜ਼ਾਮਪਲ ਦਿੱਤੀ, ਕੁਦਰਤ ਵੱਲੋਂ ਹੀ ਮੌਕਾ ਨਹੀਂ ਬਣਿਆ। ਐਂਡ ਕੁਛ ਮੇਰੇ ਕੋਲ ਇਹੋ ਜਿਹੀਆਂ ਫਿਲਮਾਂ ਵੀ ਮਿਲੀਆਂ ਜਿਹੜੀਆਂ ਹੋਰਨਾਂ ਐਕਟਰਸ ਨੇ ਕਰਨੀਆਂ ਸੀਗੀਆਂ, ਪਰ ਉਹ ਡੈਸਟਨੀ ਉਹਨਾਂ ਦੀ 'ਚ ਨਹੀਂ ਸੀ, ਉਹ ਮੇਰੇ ਕੋਲ ਆ ਗਈਆਂ। ਸੋ ਇਹ ਸਾਰਾ ਕੁਛ ਚੱਲਦਾ ਰਹਿੰਦਾ ਹੈ ਜ਼ਿੰਦਗੀ ਦੇ ਵਿੱਚ, ਮਤਲਬ ਅਪਸ ਡਾਊਨਸ। ਅਤੇ ਤੁਸੀਂ ਜੇ ਇਹਨਾਂ ਸੈਟਬੈਕਸ ਤੋਂ ਫਰਸਟ੍ਰੇਟ ਹੋਣਾ ਸ਼ੁਰੂ ਹੋ ਜਾਓ ਤਾਂ ਮਤਲਬ ਮਾੜੀ ਗੱਲ ਹੈ। ਮੇਰੇ ਲਈ ਕਾਫ਼ੀ ਪਿਛਲੇ 3-4 ਸਾਲ ਜਿਹੜੇ ਮੈਂ ਬੰਬੇ 'ਚ ਲਾਏ ਕਾਫ਼ੀ ਚੈਲੇਂਜਿੰਗ ਰਹੇ, ਕਾਫ਼ੀ ਫਰਸਟ੍ਰੇਟਿੰਗ ਵੀ ਰਹੇ ਕਿ ਬਹੁਤ ਸਾਰਾ ਕਲੋਜ਼ਲੀ ਮੈਂ ਕਿਸੇ ਚੀਜ਼ ਕੋਲ ਪਹੁੰਚਦਾ ਸੀ ਅਤੇ ਉਹ ਲਾਸਟ ਮੂਮੈਂਟ ਦੇ ਉੱਤੇ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਨਹੀਂ ਸੀ ਕੰਪਲੀਟ ਹੁੰਦੀ। ਮੇਰੀ ਆਪਣੀ ਸਕ੍ਰਿਪਟ ਜਿਹੜੀ ਸੀਗੀ ਇੱਕ ਬਹੁਤ ਵੱਡੇ OTT ਪਲੇਟਫਾਰਮ ਦੇ ਉੱਪਰ ਅਪਰੂਵ ਹੋ ਗਈ, ਸਭ ਕੁਛ ਹੋ ਗਿਆ, ਲਾਸਟ ਮੂਮੈਂਟ ਦੇ ਉੱਪਰ ਉਹ ਕੁਛ ਚੀਜ਼ਾਂ ਇਹੋ ਜਿਹੀਆਂ ਹੋ ਗਈਆਂ ਕਿ ਉਹ ਡਰੋਪ ਕਰਤਾ ਆਈਡੀਆ OTT ਨੇ। ਸੋ ਬਹੁਤ ਸਾਰੇ ਸੈਟਬੈਕਸ ਹੋ ਰਹੇ ਨੇ, ਚੱਲੀ ਜਾ ਰਹੇ ਹਾਂ ਫਿਰ ਵੀ, ਮਤਲਬ ਸੋ ਇਟਸ ਪਾਰਟ ਆਫ ਲਾਈਫ, ਪਾਰਟ ਆਫ ਜਰਨੀ। ਸੋ ਠੀਕ ਹੈ, ਵਧੀਆ, ਮਜ਼ਾ ਆ ਰਿਹਾ, ਇੰਜੋਏ ਕਰ ਰਹੇ ਹਾਂ, ਸਟੋਰੀ ਵਧੀਆ ਚੱਲ ਰਹੀ ਹੈ ਜ਼ਿੰਦਗੀ ਦੀ। ਪੰਜਾਬੀ ਫਿਲਮਾਂ ਜਦੋਂ ਐਕਟਰ ਆਮ ਤੌਰ 'ਤੇ ਕਰਦੇ ਆ, ਫਿਰ ਉਸ ਤੋਂ ਬਾਅਦ ਅਗਲਾ ਨਿਸ਼ਾਨਾ ਹੁੰਦਾ ਕਿ ਵੀ ਹੁਣ ਬਾਲੀਵੁੱਡ ਵੱਲ ਵਧਿਆ ਜਾਵੇ। ਬਾਲੀਵੁੱਡ ਤੁਸੀਂ ਆਲਰੇਡੀ ਐਂਟਰ ਕਰ ਚੁੱਕੇ ਹੋ, ਕਿਤੇ ਸੁਪਨਿਆਂ ਦੇ ਵਿੱਚ ਹਾਲੀਵੁੱਡ ਦੀ ਵੀ ਥਾਂ ਹੈਗੀ ਆ? ਬਿਲਕੁਲ ਹੈਗੀ ਆ ਜੀ, ਹੈਗੀ ਆ, 100% ਹੈਗੀ। ਸੁਪਨੇ ਤਾਂ ਮੈਨੂੰ ਲੱਗਦਾ ਕਿ ਜਿੰਨੇ ਵੱਡੇ ਤੁਸੀਂ ਸੋਚ ਸਕਦੇ ਹੋ, ਜਿੰਨਾ ਵੱਡੇ ਤੋਂ ਵੱਡਾ ਸੋਚ ਸਕਦੇ ਹੋ ਉਨਾ ਵੱਡਾ ਸੋਚੋ। ਮਤਲਬ ਡੈਫੀਨੇਟਲੀ ਮੈਂ ਡੈਨੀਅਲ ਡੇ ਲਿਊਇਸ ਨੂੰ ਆਪਣਾ ਆਈਡਲ ਮੰਨਦਾ ਐਕਟਿੰਗ ਦੇ ਵਿੱਚ। ਉਹ ਬੰਦੇ ਨੂੰ 4 ਓਸਕਰ ਮਿਲੇ ਨੇ, ਮੈਂ ਉਹਦੀਆਂ ਫਿਲਮਾਂ ਦਾ, ਉਹਦੀ ਐਕਟਿੰਗ ਦਾ ਬਹੁਤ ਵੱਡਾ ਫੈਨ ਹੈ। ਮੈਨੂੰ ਲੱਗਦਾ ਕਿ ਮੈਨੂੰ ਕਦੀ ਉੱਥੇ ਹਾਲੀਵੁੱਡ ਦੇ ਵਿੱਚ ਬਿਲਕੁਲ ਮੌਕਾ ਮਿਲੂਗਾ। ਐਂਡ ਮੈਂ ਬਿਲਕੁਲ ਹੋਪਫੁੱਲ ਹੈ। ਐਂਡ ਮੈਂ ਈਵਨ ਪਿੱਛੇ US ਦੇ ਵਿੱਚ ਚੱਕਰ ਲੱਗਾ ਸੀ ਅਤੇ ਮੈਂ ਉੱਥੇ ਜਾ ਕੇ LA ਦੇ ਵਿੱਚ ਸੀਗਾ ਅਤੇ ਮੈਂ ਉੱਥੇ ਦੀਆਂ ਕਾਸਟਿੰਗ ਏਜੰਸੀਆਂ ਦੇਖੀਆਂ ਕਿ ਕਿਹੜੀਆਂ ਕਿਹੜੀਆਂ ਨੇ, ਅਤੇ ਮੇਰੇ ਕੋਲ 2 ਦਿਨ ਹੀ ਸੀਗੇ। ਮੈਨੂੰ ਸੀਗਾ ਕਿ 2-4 ਕਾਸਟਿੰਗ ਏਜੰਸੀਜ਼ ਕੋਲ ਜਾ ਕੇ ਮੈਂ ਆਪਣੀ ਇੰਟਰੋਡਕਸ਼ਨ ਜਾਂ ਕੋਈ ਆਡੀਸ਼ਨ ਜੇ ਚੱਲ ਰਿਹਾ ਤਾਂ ਦੇ ਆਵਾਂ।
ਸੋ ਉਸ ਲੈਵਲ ਦਾ ਜੇ ਤੁਸੀਂ ਸੋਚੋਗੇ, ਉਸ ਲੈਵਲ ਦੀ ਜੇ ਤੁਸੀਂ ਐਫਰਟ ਕਰੋਗੇ, ਤੁਸੀਂ ਨੈਵਰ ਨੋ ਕਿੱਥੋਂ ਅਪਰਚੁਨਿਟੀ ਮਿਲ ਜੇ। ਪਰ ਕਦਮ ਤਾਂ ਤੁਹਾਨੂੰ ਪੁੱਟਣੇ ਪੈਣਗੇ ਨਾ, ਚੱਲਣਾ ਤਾਂ ਪਊਗਾ ਹੀ ਉਸ ਪਾਸੇ। ਸੋ ਜਿਹੜੀ ਗੱਲ ਸੋ ਅਸਲ 'ਚ ਸ਼ੁਰੂ ਹੁੰਦੀ ਹੈ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੰਜ਼ਿਲ ਜਿਹੜੀ ਮਰਜ਼ੀ ਤੁਸੀਂ ਹਾਸਲ ਕਰ ਲੈਂਦੇ ਹੋ, ਸ਼ੁਰੂਆਤ ਉਹਦੀ ਖਿਆਲ ਤੋਂ ਹੀ ਆਉਣੀ ਹੈ। ਪਹਿਲਾਂ ਉਹਦਾ ਯੈਸ ਥਾਟ ਆਉਣਾ ਜ਼ਰੂਰੀ ਹੈ, ਉਹਦਾ ਖਿਆਲ, ਯੈਸ ਉਹਦਾ ਖਾਬ ਆਉਣਾ ਜ਼ਰੂਰੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਉਹ ਕਹਿੰਦੇ ਨਾ, ਤੀਰ ਦਾ ਨਿਸ਼ਾਨਾ ਤੁਸੀਂ ਜਿੰਨਾ ਉੱਚਾ ਰੱਖੋਗੇ, ਚਲੋ ਉੱਪਰ ਨਹੀਂ ਵੱਜੂਗਾ ਤੇ ਥੋੜਾ ਜਿਹਾ ਥੱਲੇ ਵੱਜੂਗਾ, ਮਤਲਬ ਨਿਸ਼ਾਨਾ ਹੀ ਜੇ ਤੁਸੀਂ ਜ਼ਮੀਨ ਤੇ ਰੱਖੋਗੇ ਤੇ ਫਿਰ ਤੁਸੀਂ ਕਿੱਥੇ ਹਿੱਟ ਕਰੋਗੇ ਹਨਾ। ਸੋ ਨਿਸ਼ਾਨਾ ਆਪਣੀ ਜ਼ਿੰਦਗੀ ਦਾ ਜਿੰਨਾ ਵੱਡਾ ਏਮ ਤੁਸੀਂ ਹਾਈ ਰੱਖ ਸਕਦੇ ਹੋ, ਪਰ ਰਿਅਲਿਸਟਿਕ ਵੀ ਹੋਣਾ ਚਾਹੀਦਾ, ਬਿਲੀਵੇਬਲ ਵੀ ਹੋਣਾ ਚਾਹੀਦਾ। ਸੋ ਏਮ ਐਗਜ਼ੈਕਟ ਜਦੋਂ ਤੁਸੀਂ ਰੱਖਦੇ ਹੋ ਨਾ, ਇਟ ਹੈਜ਼ ਟੂ ਬੀ ਰਿਅਲਿਸਟਿਕਲ ਬਿਲੀਵੇਬਲ, ਤੁਹਾਨੂੰ ਖੁਦ ਤੇ ਯਕੀਨ ਹੋਣਾ ਚਾਹੀਦਾ ਉਹਦੇ ਤੇ। ਇਹ ਵੀ ਨਹੀਂ ਕਿ ਨਿਸ਼ਾਨਾ ਉਹ ਰੱਖ ਲਓ ਵੀ ਮੈਂ ਚੰਦ ਤੇ ਪਹੁੰਚਣਾ ਹੈ, ਤੇ ਖੁਦ ਤੇ ਹੀ ਆਪਣੇ ਆਪ ਤੇ ਯਕੀਨ ਹੀ ਨਾ ਹੋਵੇ ਕਿ ਨਾ ਹੈ, ਉਹ ਵੀ ਨਹੀਂ। ਆਪਣਾ ਮਤਲਬ ਪੋਟੈਂਸ਼ੀਅਲ ਵੀ ਪਤਾ ਹੁੰਦਾ ਨਾ ਨਾਲ ਨਾਲ, ਆਪਣਾ ਯੈਸ ਪੋਟੈਂਸ਼ੀਅਲ ਵੀ ਪਤਾ ਐਗਜ਼ੈਕਟ। ਹੋਣਾ ਚਾਹੀਦਾ ਹੈ ਨਾ। ਹਾਂ ਹਾਂਜੀ ਯੈਸ ਸੁਕੁਲਜਿੰਦਰ, ਬਹੁਤ ਥੋੜਾ ਜਿਹਾ ਸਮਾਂ ਬਾਕੀ ਆਪਣੇ ਕੋਲ ਰਹਿ ਗਿਆ। ਚੰਗਾ ਲੱਗਾ, ਬਹੁਤ ਗੱਲਾਂ ਬਾਤਾਂ ਤੁਸੀਂ ਕੀਤੀਆਂ ਜਿਹੜੀਆਂ ਇਹ ਦਿਲ ਖੋਲ ਕੇ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਨਾਲ ਸੰਬੰਧਿਤ ਜਿੰਨੇ ਸਾਡੇ ਸੁਣਨ ਵਾਲੇ ਇਸ ਵੇਲੇ, ਉਹਨਾਂ ਨੂੰ ਇੰਨਾ ਜ਼ਰੂਰ ਉਡੀਕ ਹੋਏਗੀ ਕਿ ਹੁਣ ਕੋਵਿਡ ਤੋਂ ਬਾਅਦ ਜਿਹੜੀ ਫਿਲਮ ਇੰਡਸਟਰੀ ਹੈ, ਇਹਦਾ ਵੀ ਸ਼ਾਇਦ ਇੱਕ ਵੱਖਰੀ ਤਰ੍ਹਾਂ ਦਾ ਰੂਪ ਸਾਹਮਣੇ ਆਏਗਾ। ਬਹੁਤ ਸਾਰੀਆਂ ਫਿਲਮਾਂ ਤੁਹਾਡੀਆਂ ਜਮ੍ਹਾਂ ਹੋਈਆਂ ਪਈਆਂ ਹੋਣਗੀਆਂ, ਕੁਝ ਤੇ ਸ਼ੂਟਸ ਚੱਲ ਰਹੇ ਹੋਣਗੇ। ਜੇ ਜਾਂਦੇ ਜਾਂਦੇ ਇਹ ਦੱਸ ਦਿਓ ਕਿ ਆਉਣ ਵਾਲੇ ਕਿਹੜੇ ਪ੍ਰੋਜੈਕਟਸ ਨੇ ਜਿਹਦਾ ਤੁਹਾਡੇ ਫੈਨਸ ਨੂੰ ਇੰਤਜ਼ਾਰ ਕਰਨਾ ਚਾਹੀਦਾ। ਹਾਂਜੀ ਬਿਲਕੁਲ ਜੀ, ਮੇਰੀਆਂ ਆਲਮੋਸਟ 5-6 ਫਿਲਮਾਂ ਨੇ ਜਿਹੜੀਆਂ ਦੇ ਵਿੱਚ ਮੈਂ ਕੰਮ ਕਰ ਚੁੱਕਾ, ਤਿਆਰ ਨੇ, ਕਦੀ ਵੀ ਰਿਲੀਜ਼ ਹੋ ਸਕਦੀਆਂ ਨੇ। ਸੋ ਉਹਨਾਂ 'ਚੋਂ 2-3 ਇੰਪੋਰਟੈਂਟ ਫਿਲਮਾਂ ਨੇ ਜਿਨ੍ਹਾਂ ਦਾ ਮੈਂ, ਸਾਰੀਆਂ ਹੀ ਵੈਸੇ ਤਾਂ ਇੰਪੋਰਟੈਂਟ ਨੇ ਮੇਰੇ ਲਈ, ਪਰ ਗੁਰਮੁਖ ਫਿਲਮ ਹੈ ਜਿਹੜੀ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਰਿਲੀਜ਼ ਹੋਊਗੀ, ਅਕਤੂਬਰ ਜਾਂ ਨਵੰਬਰ ਦੇ ਵਿੱਚ ਉਹ ਫਿਲਮ ਆ ਜਾਣੀ ਚਾਹੀਦੀ ਆ। ਪਾਲੀ ਭੁਪਿੰਦਰ ਉਹਨਾਂ ਨੇ ਬਹੁਤ ਖੂਬਸੂਰਤ ਸਕ੍ਰਿਪਟ ਲਿਖੀ ਹੈ, ਅਤੇ ਉਹ ਮੈਨੂੰ ਫਿਲਮ ਔਫਰ ਹੋਈ ਸੀ ਸਾਡਾ ਹੱਕ ਤੋਂ ਬਾਅਦ, ਪਰ ਉਹਦੀ ਡੈਸਟੀਨੀ ਸੀ ਕਿ ਉਹ ਹੁਣ ਆ ਕੇ ਫਿਲਮ ਕੰਪਲੀਟ ਹੋਈ ਆ, ਹੁਣ ਬਣੀ ਆ ਫਿਲਮ ਉਹ, ਐਂਡ ਫਾਈਨਲੀ ਉਹ ਅਸੀਂ ਸਾਰਾ ਉਹਨੂੰ ਦੇਖ ਚੁੱਕੇ ਹਾਂ। ਅਸੀਂ ਬਹੁਤ ਹੀ ਕਮਾਲ ਦੀ ਫਿਲਮ ਹੈ। ਸੋ ਉਸ ਤੋਂ ਬਾਅਦ ਇੱਕ ਜਮਰੌਦ ਫਿਲਮ ਹੈ ਨਵਤੇਜ ਸੰਧੂ ਹੁਣਾਂ ਦੀ, ਉਹ ਅਸੀਂ ਕੈਨੇਡਾ ਸ਼ੂਟ ਕਰਨ ਆਏ ਸੀ, ਉਹ ਵੀ ਬੜੀ ਖੂਬਸੂਰਤ ਕਹਾਣੀ ਹੈ, ਵਰਿਆਮ ਸਿੰਘ ਹੁਣਾਂ ਦੀ ਕਹਾਣੀ, ਜਿਹਦਾ ਨਾਂ ਹੀ ਜਮਰੌਦ ਹੈ, ਉਸ ਕਹਾਣੀ 'ਤੇ ਆਧਾਰਿਤ ਹੈ। ਸੋ ਬਹੁਤ ਹੀ ਮਿੱਟੀ ਨਾਲ ਜੁੜੀ ਹੋਈ ਉਹ ਕਹਾਣੀ ਹੈ। ਸੋ ਇੱਕ ਜਤਿੰਦਰ ਮੌਰ ਹੁਣਾਂ ਨਾਲ ਮੈਂ ਇੱਕ ਪ੍ਰੋਜੈਕਟ ਕੀਤਾ ਹਰੀਕੇ, ਉਹਨੂੰ ਅਸੀਂ ਮੋਸਟ ਲਾਈਕਲੀ ਵੈਬ ਸੀਰੀਜ਼ ਦੇ ਤੌਰ 'ਤੇ ਜਾਂ ਫਿਲਮ ਦੇ ਤੌਰ 'ਤੇ ਰਿਲੀਜ਼ ਕਰਨ ਬਾਰੇ ਸੋਚ ਰਹੇ ਹਾਂ, ਉਹ ਵੀ ਰੈਡੀ ਹੈ। ਸੋ ਇੱਕ ਗੁਲਾਮ ਫਿਲਮ ਹੈ, ਦੈਨ ਇੱਕ ਫਿਲਮ ਮੈਂ ਹੁਣੇ ਕੀਤੀ ਆ ਹਾਕਮ, ਸੋ ਇੱਕ ਫਿਲਮ ਮੈਂ ਹੁਣੇ ਸ਼ੂਟ ਕਰਨੀ ਹੈ PTC ਦੇ ਨਾਲ ਬਤੌਰ ਮੇਨ ਲੀਡ, ਉਹਦਾ ਟਾਈਟਲ ਮੈਂ ਅਜੇ ਡਿਸਕਲੋਜ਼ ਨਹੀਂ ਕਰ ਸਕਦਾ, ਕੁਛ ਹੀ ਦਿਨਾਂ 'ਚ ਉਹਦਾ ਵੀ ਸ਼ੁਰੂਆਤ ਹੋ ਜਾਣੀ ਹੈ। ਸੋ ਕਾਫੀ ਸਾਰੇ ਪ੍ਰੋਜੈਕਟਸ ਨੇ ਜਿਹੜੇ ਕੰਪਲੀਟ ਹੋ ਗਏ ਨੇ, 2-3 ਨੇ ਜਿਹੜੇ ਮੈਂ ਇਸ ਵੇਲੇ ਕਰੰਟਲੀ ਕੰਮ ਕਰ ਰਿਹਾ ਜਿਨ੍ਹਾਂ 'ਤੇ। ਸੋ ਉਮੀਦ ਹੈ ਮੇਰੇ ਚਾਹਣ ਵਾਲੇ ਪਸੰਦ ਕਰਨਗੇ ਜਿਹੜਾ ਕੰਮ ਆਇਆ ਮੇਰਾ ਆਉਣ ਵਾਲੇ ਸਮੇਂ 'ਚ। ਸੋ ਕੁਲਜਿੰਦਰ, ਅਖੀਰ ਦੇ ਵਿੱਚ ਕੋਈ ਇਹੋ ਜਿਹੀ ਗੱਲਬਾਤ ਜਿਹੜੀ ਤੁਹਾਨੂੰ ਲੱਗਾ ਹੋਵੇ ਕਿ ਤੁਸੀਂ ਕਰਨੀ ਸੀ ਪਰ ਨਵਜੋਤ ਨੇ ਪੁੱਛੀ ਨਹੀਂ ਮੇਰੇ ਕੋਲੋਂ, ਜਾਂ ਕੁਝ ਰਹਿ ਗਿਆ ਹੋਵੇ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਜ਼ਰੂਰੀ ਤੌਰ 'ਤੇ ਸੁਣਨ ਵਾਲਿਆਂ ਦੇ ਲਈ ਇਹ ਜਾਣਨਾ ਜ਼ਰੂਰੀ ਹੈ? ਨਹੀਂ, ਮੈਨੂੰ ਲੱਗਦਾ ਮੈਂ ਤੁਹਾਡੇ ਸ਼ੋਅ ਤੋਂ ਮੈਂ ਬਹੁਤ ਜ਼ਿਆਦਾ ਇਸ ਵੇਲੇ ਚਾਰਜਡ ਹੋ ਗਿਆ, ਹੁਣ ਮੈਨੂੰ ਨੀਂਦ ਆਉਣੀ ਨਹੀਂ। ਸੋ ਸੋ ਬਹੁਤ ਇਨਸਪਾਇਰਿੰਗ ਸ਼ੋਅ ਕਰਦੇ ਹੋ ਤੁਸੀਂ, ਐਂਡ ਕੀਪ ਇਟ ਅਪ, ਆਈ ਐਮ ਪ੍ਰਾਊਡ ਆਫ ਯੂ, ਐਂਡ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਐਂਡ ਮੋਟੀਵੇਸ਼ਨਲ ਜਦੋਂ ਤੁਸੀਂ ਗੱਲਾਂ ਕਰਦੇ ਹੋ, ਚਾਹੇ ਤੁਸੀਂ ਆਪਣੀ ਜਰਨੀ ਸ਼ੇਅਰ ਕਰਦੇ ਹੋ ਜਾਂ ਤੁਹਾਡੀਆਂ ਗੱਲਾਂ ਮੈਂ ਸੁਣਦੇ ਹਾਂ ਜਿਹੜੀਆਂ ਤੁਸੀਂ ਵਿੱਚ ਵਿੱਚ ਕਰ ਰਹੇ ਹੋ ਜਿਸ ਢੰਗ ਦੇ ਨਾਲ, ਉਹ ਮੈਨੂੰ ਬਹੁਤ ਇੰਸਪਾਇਰ ਕਰ ਰਹੀਆਂ, ਐਂਡ ਸਰੋਤਿਆਂ ਨੂੰ ਜ਼ਰੂਰ ਕਰ ਰਹੀਆਂ ਹੋਣਗੀਆਂ। ਐਂਡ ਇਹ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ, ਆਈ ਮਸਟ ਸੇ, ਕਿ ਤੁਸੀਂ ਜਿਹੜੀ ਜੇ ਸ਼ੈਟੀ ਦੀ ਵਰਕਸ਼ਾਪ ਤੋਂ ਬਾਅਦ ਜਿਹੜੀ ਤੁਸੀਂ ਆਪਣੇ ਆਪ 'ਚ ਟਰਾਂਸਫਰਮੇਸ਼ਨ ਲਿਆ ਕੇ, ਅਤੇ ਹੁਣ ਤੁਸੀਂ ਲੋਕਾਂ ਤੱਕ ਜਿਹੜਾ ਇਹ ਮੈਸੇਜ ਪਹੁੰਚਾ ਰਹੇ ਹੋ ਨਾ, ਇਹ ਬਹੁਤ ਇੰਪੋਰਟੈਂਟ ਹੈ। ਮੈਨੂੰ ਲੱਗਦਾ ਬਹੁਤ, ਮੈਂ ਪਹਿਲੀ ਵਾਰੀ ਇਹ ਦੇਖਿਆ ਕਿਸੇ ਰੇਡੀਓ ਦੇ ਉੱਪਰ ਕਿ ਇਸ ਤਰ੍ਹਾਂ ਦਾ ਮੋਟੀਵੇਸ਼ਨਲ ਸ਼ੋਅ ਜਿਹੜਾ ਇੰਸਪਾਇਰ ਕਰੇ ਲੋਕਾਂ ਨੂੰ, ਜ਼ਿੰਦਗੀ 'ਚ ਅੱਗੇ ਵਧਣ ਲਈ ਪ੍ਰੇਰਿਤ ਕਰੇ। ਸੋ ਮੈਂ ਵੀ ਇੱਕ ਸ਼ੋਅ ਕੀਤਾ ਸੀ, ਉਹਨੇ ਮੈਨੂੰ ਮਤਲਬ ਲੋਕਾਂ ਨੂੰ ਇੰਸਪਾਇਰ ਕਰਨ ਲਈ ਮੈਂ ਸ਼ੋਅ ਕਰਦਾ ਸੀ, ਉਹਦਾ ਨਾਂ ਸੀ Top 20 ਅਚੀਵਰਸ। ਸੋ ਤੁਹਾਡੀ ਫਰੈਂਡ ਰਮਨ ਵੀ ਸਾਡੇ ਨਾਲ ਉਦੋਂ ਜੁੜੀ ਹੋਈ ਸੀਗੀ, ਉਹ ਦੂਰਦਰਸ਼ਨ ਦੇ ਉੱਪਰ ਚਲਾਉਂਦੇ ਸੀ ਅਸੀਂ ਉਹ ਸ਼ੋਅ Top 20 ਪੰਜਾਬੀ ਅਚੀਵਰਸ। ਉਹਦੇ 'ਚ ਅਸੀਂ ਦਾਰਾ ਸਿੰਘ, ਗੁਲਜ਼ਾਰ ਸਾਹਿਬ, ਨਵਜੋਤ ਸਿੱਧੂ, ਕਿਰਨ ਬੇਦੀ, ਗੁਰਦਾਸ ਮਾਨ ਸਾਹਿਬ, ਜਿੰਨੇ ਵੀ ਪੰਜਾਬ ਦੀਆਂ ਟੌਪ ਪਰਸਨੈਲਿਟੀ ਸੀ, ਉਹਨਾਂ ਨੂੰ ਮਿਲੀਦਾ ਸੀ, ਅਤੇ ਉਹ ਉਹਨਾਂ ਕੋਲ ਉਹਨਾਂ ਦੀ ਸਕਸੈਸ ਦੀ ਸਟੋਰੀ ਹੀ ਪੁੱਛੀਦਾ ਸੀ ਕਿ ਕਿੱਦਾਂ ਕਿੱਦਾਂ ਉਹ ਇਸ ਮੁਕਾਮ 'ਤੇ ਪਹੁੰਚੇ। ਸੋ ਉਹ ਬੜਾ ਉਦੋਂ ਇੰਸਪਾਇਰ ਕੀਤਾ ਸੀ, ਉਹ 2004 ਦੇ ਵਿੱਚ ਅਸੀਂ ਚਲਾਉਂਦੇ ਹੁੰਦੇ ਸੀਗੇ। ਸੋ ਉਹ ਸ਼ੋਅ ਨੇ ਵੀ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਮੇਰੀ ਲਾਈਫ ਦੇ ਵਿੱਚ, ਕਿ ਹੋਰ ਵੱਡਾ ਸੋਚਣਾ ਸ਼ੁਰੂ ਕੀਤਾ, ਲੱਗਾ ਕਿ ਵੀ ਯਾਰ ਸਾਡੇ ਵਰਗੇ ਹੀ ਆਮ ਜਿਹੇ ਬੰਦੇ ਆ,
ਜੇ ਇੰਨਾ ਕੁਛ ਕਰ ਸਕਦੇ ਅਸੀਂ ਕਿਉਂ ਨਹੀਂ ਕਰ ਸਕਦੇ ਸੋ ਇਹੋ ਜਿਹੇ ਸ਼ੋਜ਼ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ ਤੁਹਾਡੀ ਲਾਈਫ ਦੇ ਵਿੱਚ ਜੇ ਤੁਸੀਂ ਦੇਖੋ ਸੁਣੋ ਦਿਲੋਂ ਉਹ ਗੱਲਾਂ ਨੂੰ ਉਹਨਾਂ 'ਤੇ ਅਮਲ ਵੀ ਕਰੋ ਕੁਲਜਿੰਦਰ ਬਹੁਤ ਬਹੁਤ ਸ਼ੁਕਰੀਆ ਸਮਾਂ ਕੱਢਣ ਦੇ ਲਈ ਅਤੇ ਉਮੀਦ ਕਰਦੇ ਹਾਂ ਕਿ ਕਿਸੇ ਤੁਸੀਂ ਆਪਣੀ ਮੂਵੀ ਦੇ ਲਈ ਜਾਂ ਈਵਨ ਆਪਣੇ ਪਰਸਨਲ ਵਿਜ਼ਿਟ ਦੇ ਲਈ ਜਲਦੀ ਕੈਨੇਡਾ ਆਓਗੇ ਹੁਣ ਕੋਵਿਡ ਤੋਂ ਬੇਸ਼ੱਕ ਆਪਾਂ ਉੱਭਰ ਚੁੱਕੇ ਹਾਂ ਸਟਿਲ ਜਿਹੜੀਆਂ ਅੱਜ ਜਿਹੜੀ ਚੰਗੀ ਖਬਰ ਇਹੀ ਹੈ ਕਿ ਫਲਾਈਟਸ ਕੈਨੇਡਾ ਲਈ ਖੁੱਲ੍ਹ ਗਈਆਂ ਨੇ ਸੋ ਅਸੀਂ ਤੁਹਾਡਾ ਵੈਲਕਮ ਕਰਨ ਲਈ ਤਿਆਰ ਹਾਂ ਐਨੀ ਡੇ ਐਨੀ ਟਾਈਮ ਵਿਜ਼ਿਟ ਅਸ ਜੀ ਸ਼ੋਰ ਸ਼ੋਰ ਜੀ ਬਹੁਤ ਮੈਨੂੰ ਚੰਗਾ ਲੱਗੂਗਾ ਤੁਹਾਨੂੰ ਮਿਲ ਕੇ ਐਂਡ ਥੈਂਕ ਯੂ ਸੋ ਮੱਚ ਫੋਰ ਗਿਵਿੰਗ ਮੀ ਦਿਸ ਅਪਰਚੁਨਿਟੀ ਥੈਂਕ ਯੂ ਸਤਿ ਸ੍ਰੀ ਅਕਾਲ ਸਾਰਿਆਂ ਥੈਂਕ ਯੂ ਸੋ ਮੱਚ ਕੁਲਜਿੰਦਰ ਸਿੱਧੂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨੀ ਹੀ ਗੱਲਬਾਤ ਕੋਈ ਫੀਡਬੈਕ ਦੇਣੀ ਹੋਵੇ ਨਵਜੋਤ @sherepunjabradio.ca ਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ